ਸਾਡੇ ਵੀ ਘਰੇ ਨੀ ਕਦੇ ਅੱਗ ਲੈਣ ਆਏਗੀ, ਸਾਡੇ ਵੀ ਘਰੇ ਨੀ ਕਦੇ ਅੱਗ ਲੈਣ ਆਏਗੀ, ਚਪੜੀ ਵਗਾ ਕੇ ਮਾਰਾਂਗੇ ਨੀ ਤੇਰਾ ਤਪਦਾ ਸੀਨਾ, ਤਾਰਾਂਗੇ ਨੀ ਤੇਰਾ ਤਪਦਾ ਸੀਨਾ। ਛੜਿਆਂ ਬੰਨੀ ਨੀ ਦੇਖਦੇ ਹੁੰਦੇ ਪੁੱਤ, ਇਹ ਤਾਂ ਕੁੜੀ ਕਤਰੀ ਨੂੰ ਅੱਖਾਂ ਨਾਲ ਹੀ ਅੰਦਰ ਲੰਘਾ ਜਾਂਦੇ ਨੇ। ਅਸੋ ਨੀ ਅਸੋ ਬੜੀਏ ਟਹਿ ਜਾਣਿਆ, ਮੈਂ ਤਾਂ ਥੋੜੀ ਜੀ ਵੱਡੀ ਹਾਂ, ਮੈਂ ਤੈਨੂੰ ਬੁੜੀ ਦੇਂਦੀ ਆ ਵੇ। ਨਾ ਨਾ ਤੂੰ ਤਾਂ ਇਸ਼ਤੀਰ ਅਰਗੀ ਪਈ ਐ। ਲਾਵਾ ਜੁੱਤੀ। ਓਏ ਜੁੱਤੀ ਲਾ ਲਈ ਤਾਂ ਤੇਰੇ ਪੈਰ ਮੱਚ ਜਾਣਗੇ, ਫੇ ਤੈਨੂੰ ਵੀ ਟਰੰਕ ਦੇ ਨਾਲ ਚੱਕਣਾ ਪੈ ਜਾਣਾ ਵਾ। ਜੇ ਤੈਨੂੰ ਮੈਂ ਚੱਕ ਲਿਆ ਫੇ ਲੋਕ ਕਹਿਣਗੇ ਚੱਕ ਲਈ ਰੱਬ ਦਾ ਨਾਂ ਲੈ ਕੇ ਰੰਨ ਮਦਰੋ ਜੀ। ਟੁੱਟ ਪੈਣਿਆ, ਸੰਗ ਨਹੀਂ ਆਉਂਦੀ ਤੈਨੂੰ? ਗੱਲਾਂ ਕਰਦੀ ਆ ਸੰਗ ਦੀ ਆ, ਅੰਦਰੋਂ ਤਾਂ ਮੇਰੀ ਗੱਲ ਸੁਣ ਕੇ ਸੂਰਜਮੁਖੀ ਵਾਂਗੂ ਖਿੜ ਗਈ, ਸੰਗ ਦੀ ਤਾਂ ਆਏ ਤੇਰੇ ਨਾਲ ਦੀ। ਇਹ ਕੌਣ ਏ? ਮੇਰੀ ਭਤੀਜੀ ਭਾਗੋ ਹੈ। ਭਾਗੋ? ਇਹ ਤਾਂ ਜਮਾ ਗੱਲ ਗੱਲ ਅਰਗੀ ਆ, ਤੂੰ ਤਾਂ ਬੁੜੀਏ ਇਹਦੇ ਪੈਰ ਅਰਗੀ ਵੀ ਹੈ ਨੀ। ਮੈਂ ਮਰ ਜਾਣਿਆ ਨਜ਼ਰ ਨਾ ਲਾਦੀ ਮੇਰੀ ਭਤੀਜੀ ਨੂੰ, ਕਿਵੇਂ ਅੱਖਾਂ ਗੱਡੀਆਂ ਨੇ ਸਦਾਈ ਜੇ ਨੇ ਕੁੜੀ ਤੇ, ਕਰਦਾ ਕੀ ਹੈ ਬੋਕ ਜਾ। ਕੀ ਕਿਹਾ? ਤੇਰੀ ਮਾਂ ਦਾ ਸਿਰ ਜਿਹੜੀ ਜੰਮ ਕੇ ਧਰਗੀ ਬਿੱਜੂ। ਆ ਚੱਕਾ ਬਣਾ ਤਾਮਾ ਜਾਮਾ ਤੇ ਹੋ ਜਾ ਪਿੰਡ ਨੂੰ ਡੰਡੀ। ਤੂੰ ਤਾਂ ਗੁੱਸਾ ਹੀ ਕਰ ਗਿਆ ਗਿਰਧਾਰੀ, ਮੈਂ ਤਾਂ ਐਵੇਂ ਸੁਭਾਈ ਕੇ ਬੋਲਤਾ ਹੈ। ਬੋਲਾ ਦੱਸ, ਮੈਨੂੰ ਜੋ ਮਰਜ਼ੀ ਕਹੀ ਚੱਲ, ਮੇਰੀ ਬੀਬੀ ਨੂੰ ਕੁਛ ਨਾ ਬੋਲੀ। ਹਾਂ ਜਾਣਾ ਮਰ ਜਾਣਾ, ਆ ਫੜ ਕੁੜੇ ਮੇਰੇ ਸਿਰ ਤੇ ਰੱਖ ਤਾਂ ਫੇਰ। ਬੇਬੇ ਆਸੋ ਚਾਚੀ ਦੇ ਦਿਮਾਗ 'ਚ ਕੂੜਾ ਭਰਿਆ, ਤੂੰ ਉਹਦਾ ਗੁੱਸਾ ਨਾ ਕਰੀ। ਕਿੱਥੇ ਚੱਲਿਆ ਗਰਦਾਰੀ? ਤੇਰੀ ਭੈਣ ਦੀ ਨਾਲ ਨਾਲ ਤੇਰੀ ਲੈਣ ਚੱਲਿਆ। ਉਹ ਕਾਕਾ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ। ਕੋਈ ਨਾ ਕੋਈ ਨਾ ਕਹਿ ਲਾ ਪੁੱਤ, ਉਹ ਰਿਸ਼ਤੇ ਤਾਂ ਇੱਕ ਦਿਨ ਮੈਨੂੰ ਇੰਨੇ ਆਉਣੇ ਆ, ਮੈਂ ਤਾਂ ਬੌਂਦਲ ਜਾਣਾ ਵੀ ਕਿਹੜੀ ਛੱਡਾਂ ਕਿਹੜੀ ਵਿਆਹਾਂ। ਐਵੇਂ ਨਹੀਂ ਜੱਟ ਨੂੰ ਗਰਦਾਰੀ ਲਾਲ ਕਹਿੰਦੇ ਜਾ। ਕੀ ਮੰਗਿਆ ਬਾਬਾ ਜੀ ਤੋਂ? ਬੇਬੇ ਕੁਛ ਨੀ। ਕਿਉਂ? ਉਹ ਸਾਰੇ ਤਾਂ ਕਹਿੰਦੇ ਆ ਵੀ ਬਾਬਾ ਜਾਣੀ ਜਾਣਾ, ਫਿਰ ਮੰਗਣ ਦਾ ਕੀ ਫਾਇਦਾ। ਨਾਲੇ ਪਹਿਲਾਂ ਇੰਨੀ ਵਾਰੀ ਮੰਗਿਆ ਵੀ ਮੇਰੀ ਬੇਬੇ ਮੋੜ ਦੇ। ਲੋਕ ਕਹਿੰਦੇ ਮਰੇ ਹੋਏ ਮੁੜਦੇ ਨੀ। ਫਿਰ ਤੂੰ ਮੈਨੂੰ ਪਾਲਦਾ ਕਿਉਂ ਰਹਿਣਾ ਪੁੱਤ? ਉਹ ਬੀਬੀ ਜਿਉਂਦੇ ਮੈਨੂੰ ਤੰਗ ਬਹੁਤ ਕਰਦੇ ਆ, ਤੇਰੇ ਬਿਨਾਂ ਨਾ ਜੀ ਜਿਹਾ ਹੀ ਲੱਗਦਾ ਮੇਰਾ। ਪਰ ਪੁੱਤ ਮੈਂ ਤਾਂ ਇਸ ਜਹਾਨ ਤੇ ਹੈ ਹੀ ਨਹੀਂ। ਲੈ ਤੂੰ ਤਾਂ ਮੇਰੇ ਦਿਲ 'ਚ ਆ ਬੀਬੀ, ਮੇਰੇ ਦਿਮਾਗ 'ਚ ਸਾਰੇ ਕਿਤੇ ਦਾ ਤੂੰ ਹੈ। ਉਹ ਗਿਰਧਾਰੀ ਲਾ ਬੀਬੀ, ਹੁਣ ਤੂੰ ਵੀ ਮੈਨੂੰ ਗਰਦਾਰੀ ਕਹਿਣ ਲੱਗ ਗਈ। ਉਹ ਤੇਰਾ ਤਾਂ ਮੈਂ ਮੱਗਰ ਹੈ, ਮੱਗਰ ਸਿੰਘ ਸੰਧੂ। ਗਰਦਾਰੀ? ਹਾਂ। ਉਹ ਕੀ ਮੰਤਰ ਜੇ ਪੜ੍ਹੀ ਜਾਂਦਾ ਸੀ ਖੜਾ? ਗੁਰੂ ਘਰ ਦੀ ਸੇਵਾ ਮੇਰੇ ਨਾਲ ਲਿਖੇ ਬਾਬਾ ਜੀ ਨੇ, ਘਰੇ ਜਾ ਕੇ ਕੰਮ ਧੰਦਾ ਕਰ। ਸਾਰਾ ਕੁ ਬਾਬਾ ਜੀ ਨੇ ਤੇਰੇ ਨਾਲ ਹੀ ਲਿਖਤਾ ਜੇਠੂ ਬਾਈ, ਸੇਵਾ ਤੀਵੀ ਨਿਆਣੇ। ਓਏ ਮੱਥਾ ਤਾਂ ਟੇਕ ਜਾਂਦਾ ਹੋਇਆ। ਵਾਹਿਗੁਰੂ। ਬਾਬਾ ਜੀ ਨੂੰ ਕਿਹਾ ਸੀ ਸਾਈਕਲ ਨਹੀਂ ਟੇਕਦਾ। ਬਾਬਾ ਜੀ ਸਾਡੇ ਵਾਲੇ ਸਿਧਰੇ ਨੂੰ ਸਮਾਂ ਤੋਂ ਬਾਪੂ ਸਿੰਘ ਜੀ ਕਿੱਧਰੋਂ ਆ ਰਹੇ ਹੋ ਬੁੱਲੇ ਲੁੱਟ ਕੇ? ਲੱਗਦਿਆ ਬੁੱਲਿਆਂ ਦੇ ਆ, ਤੇਰੀਆਂ ਕਰਤੂਤਾਂ ਦੇ ਉਲਾਂਬਿਆਂ ਦਾ ਟੋਕਰਾ ਲੈ ਕੇ ਆਇਆ। ਉਹ ਅੱਛਾ ਜੀ, ਕਿੱਥੇ ਟੋਕਰਾ? ਆ ਠੀਕਰੇ ਚ। ਗੱਲ ਸੁਣੋ, ਤੂੰ ਪਿੰਡ ਦੀਆਂ ਨੂੰ ਨਾਲ ਹੀ ਫੇਰੇ ਲੈਣ ਨੂੰ ਤੱਤਾ ਹੋਇਆ ਫਿਰਦਾ।
ਓ ਬਾਪੂ, ਮੈਂ ਤਾਂ ਜਦੋਂ ਕੋਈ ਤੀਵੀਂ ਜਾਂ ਕੁੜੀ ਕਤਰੀ ਦੇਖਦਾ ਨਾ, ਮੇਰੇ ਅੰਦਰ ਚਗਿਆੜੇ ਨਿਕਲਣ ਲੱਗ ਜਾਂਦੇ ਨੇ। ਮੇਰੇ ਅੰਦਰ ਦੀ ਗੱਲ ਮੂੰਹ ਤੇ ਆ ਜਾਂਦੀ ਹੈ। ਆ ਜਿਹੜਾ ਅੰਦਰਲਾ ਮੂੰਹ ਤੇ ਆਉਂਦਾ ਨਾ, ਇਹ ਪਾਲਦਾ ਪਿਆ। ਬਾਹਰ ਅੰਦਰ ਇਹ ਜੀ ਗੱਲ ਬੋਚ ਕੇ ਕਰਿਆ ਕਰ, ਜਦੋਂ ਵਿਆਹ ਹੋ ਗਿਆ ਫਿਰ ਸਭ ਠੀਕ ਹੋ ਜੂ। ਬਾਪੂ ਜੀ, ਫਿਰ ਕਰਾ ਦੋ ਮੇਰਾ ਵਿਆਹ। ਓਏ ਪੁੱਤ ਮੇਰਿਆ, ਸਾਗ ਤਾਂ ਤੈਨੂੰ ਆਲਾ ਤਵਾਲਾ ਆਉਂਦੇ ਸੀ, ਤੁਸੀਂ ਨੀ ਪੈਰ ਲਾਏ। ਐਡਾ ਵੱਡਾ ਟੱਬਰ ਹੈ ਮੇਰਾ, ਫਿਰ ਵੀ ਮੰਜਾ ਮੇਰਾ ਆਦਰਾਂ ਚ। ਤੇਰਾ ਦਰਾਂ ਚ ਬਾਪੂ? ਮੇਰਾ ਉਹ ਕੋਠੇ ਤੇ। ਜੇ ਤੇਰਾ ਵਿਆਹ ਨਾ ਹੋਇਆ ਨਾ, ਤੇਰਾ ਮੰਜਾ ਨਾ ਕੋਠੇ ਤੇ ਨਾ ਦਰਾਂ ਚ। ਬਾਪੂ ਬੀਹੀ ਚ ਨੀ ਮੈਂ ਤੁਪਾ ਹੋਇਆ ਕਰਨਾ, ਸਾਲੀ ਕਤੀੜ ਮੂੰਹ ਚੜ ਜਾ ਕਰੂਗੀ ਮੇਰਾ। ਚਾਚਾ, ਕਈ ਵਿਹਲੀ ਹੈ। ਉਹ ਭੋਲੇ ਬਾਦਸ਼ਾਹ, ਜਿਹੜੇ ਤੇਰੇ ਵਰਗਿਆਂ ਦੇ ਮਨਾਂ ਚ ਭੋਰਾ ਮੈਲ ਨਹੀਂ ਹੁੰਦੀ, ਲੋਕ ਉਹਨਾਂ ਨੂੰ ਮਿੱਟੀ ਚ ਰੋਲ ਕੇ ਰੱਖ ਦਿੰਦੇ ਨੇ। ਇਹਦੇ ਲਈ ਬਾਪੂ ਫਿਰ ਕੀ ਕੀਤਾ ਜਾਵੇ? ਆਪਣੇ ਵੱਲ ਧਿਆਨ ਦੇ। ਹੈਂ, ਮਤਬਲ ਖੋਰਿਆਂ ਪਿੱਛੇ ਲੱਗ ਕੇ ਸਾਰਾ ਦਿਨ ਹਬੜ ਹਬੜ ਕਰਦਾ ਫਿਰਦਾ ਰਹਿਣਾ। ਹਾਂ ਨਿੰਦੋ, ਆਇਆ ਆ ਦੇਖੋ ਕੀ ਲਿਖਿਆ। ਕੀ ਚਾਚਾ, ਚਾਚੀ, ਤਾਇਆ, ਤਾਈ। ਚਾਚੇ ਹੁਣ ਛੜੇ ਅੱਗੇ ਕੀ ਲਿਖਿਆ? ਛੜੇ ਅੱਗੇ ਲਿਖ ਭਾਗਾਂ ਵਾਲੀ। ਅੱਛਾ ਜੀ। ਹਾਂ, ਉਹ ਛੜੇ ਤਾਂ ਰੱਬ ਦੇ ਲਾਡਲੇ ਹੁੰਦੇ ਆ, ਲਾਡਲੇ। ਜਿਹੜੀ ਛੜੇ ਨੂੰ ਉਲੂਗੀ ਉਹ ਤਾਂ ਭਾਗਾਂ ਵਾਲੀ ਹੋਊਗੀ। ਕਿਉਂ? ਮੈਂ ਕਿਹਾ ਜੀ ਪੈਰੀ ਪੈਣੀ ਆ ਜੇਠ ਜੀ। ਆ ਦੇਖ ਲੈ ਬਾਪੂ, ਜੀਤੋ ਭਾਬੀ ਮੈਨੂੰ ਟਿੱਚਰਾਂ ਕਰਦੀ ਆ। ਉਹ ਚੱਲ ਕੋਈ ਨਾ, ਛੋਟੀ ਏਦੇ ਤੋਂ ਸਿਰ ਪਲੋਸ ਕੇ ਸੀਸ ਦਿਆ ਕਰ ਜੀਤੋ ਨੂੰ। ਵੇ ਦੇ ਨਿੱਕਾ ਨਿੱਕੀ, ਤੇਰੀ ਜਨ ਚੜੇ। ਮੈਂ ਤਾਂ ਸੋਚ ਰੱਖਿਆ ਵੀ ਜੇ ਮੇਰਾ ਮੁੰਡਾ ਹੋਇਆ, ਆਪਣੇ ਮੁੰਡੇ ਦੀ ਸਾਲੀ ਦਾ ਸਾਗ ਵੱਡੇ ਬਾਈ ਨੂੰ ਕਰਾ ਦੂੰ। ਮੈਂ ਰੂੜਿਆ, ਤੂੰ ਤਾਂ ਪੈਰ ਧੋ ਧੋ ਕੇ ਪੀਆ ਕਰ ਮੇਰੇ ਦਿਓਰ ਦੇ। ਜੇ ਜੀਤੋ ਨੂੰ ਨਾ ਨਾ ਕਰਦਾ ਨਾ, ਤਾਂ ਤੈਨੂੰ ਤਾਂ ਭੰਗ ਪੀਣੇ ਨੂੰ ਕਿਸੇ ਨੇ ਬੱਕਰੀ ਨਾਲ ਨਹੀਂ ਵਿਆਹਣਾ ਸੀ। ਹਾਂ ਕਰ ਹੁਣ ਗੱਲ ਕਾਕਾ ਬਲੀ, ਉਹ ਛੜੇ ਤਾਂ ਨਜ਼ਾਰੇ ਲੈਂਦੇ ਨੇ ਨਜ਼ਾਰੇ। ਓਏ ਤਾਂ ਸਭ ਮਨ ਸਮਝਾਉਣ ਦੀ ਬਾਤਾਂ ਨੇ ਕਰਦਾਰੀ ਲਾਲ ਜੀ। ਛੜੇ ਬੰਦੇ ਦਾ ਗੋਤੀ ਦੇ ਚੁੱਚੀ ਪਾ ਕੇ ਉਹਨੂੰ ਕਹੀ ਜਾਣਗੇ। ਲਾਣੇਦਾਰ ਨਹੀਂ ਹੈ, ਦੱਸ ਤੇਰੇ ਵਾਸਤੇ ਕੀ ਲੈ ਕੇ ਆਵਾਂ, ਚੂੜੀਆਂ ਜਾਂ ਪਰਾਂਦੀ? ਚੱਲ ਬਹਿ ਜਾ। ਖਰਚਾ ਕੋਈ ਆਉਂਦਾ ਨਹੀਂ। ਉਹ ਜੱਗਰ ਬਾਈ, ਛੜੇ ਬੰਦੇ ਦਾ ਸ਼ਰਾਬ ਬਹੁਤ ਭੈੜਾ ਹੁੰਦਾ। ਜੇ ਕਿਤੇ ਮੈਂ ਉੱਤੇ ਨੂੰ ਮੂੰਹ ਕਰਕੇ ਛੱਡ ਤੇ ਨਾ ਬੋਲ, ਵੀ ਰੱਬਾ ਸਾਰੇ ਜਹਾਨ ਦੀ ਸ਼ਰਾਬ ਹੋਕੇ ਪਾਣੀ ਵਰਗੀ ਕਰ ਦੇ, ਤੂੰ ਤਾਂ ਕੋਠੇ ਦੇ ਚੜ ਚੜ ਲੇਰਾ ਮਾਰੇਗਾ। ਮਗਰ ਧਿਆਨ, ਉਹ ਪੁੱਤਾ ਸ਼ਰਾਬ ਤਾਂ ਦੇ ਹੀ ਦੇ। ਆਪ ਤਾਂ ਸਾਰੀ ਉਮਰ ਝੋਲ ਸਕੇ, ਹੁਣ ਮੰਜੇ ਨੂੰ ਲੱਗ ਗਿਆ। ਤੜਕੀ ਲੱਗ ਜਾ ਕਰੋ ਝੱਜੂ ਪਾਉਣ, ਉਹ ਕਦੇ ਰੱਬ ਦਾ ਨਾਂ ਵੀ ਲੈ ਲਿਆ ਕਰੋ। ਤੂੰ ਖੇਤ ਨੀ ਗਿਆ? ਮੈਂ ਤਾਂ ਚੱਲਿਆ ਸੀ ਬਾਈ, ਬਸ ਲੀੜੇ ਜੇ ਬਦਲਣ ਆ ਗਿਆ ਸੀ। ਆਹ ਘਰਦਿਆਂ ਦੀਆਂ ਗੱਲਾਂ ਹੀ ਨੀ ਮੁੱਕਦੀਆਂ। ਲੀੜੇ ਬਦਲਣੇ ਨੇ, ਵੱਡੇ ਰਾਂਝੇ ਨੇ। ਉਹ ਸਿੱਧਾ ਖੇਤ ਜਾਈ, ਕਿਤੇ ਰਾਜ ਪਿੰਡਾਂ ਦਾ ਗੋਲ ਪੋਣਾ ਨਾ ਕਰੀ ਜਾਈ। ਢਾਕੇ ਦੀ ਮਲਮਲ ਪਸ਼ਮੀਨਾ ਦਾ ਸ਼ਾਲ, ਢਾਕੇ ਦੀ ਮਲਮਲ ਪਸ਼ਮੀਨਾ ਦਾ ਸ਼ਾਲ। ਬਸ ਲੋਕਾਂ ਦੀਆਂ ਜਨਾਨੀਆਂ ਦੀ ਸੇਵਾ ਕਰੀ, ਆਪਦੀ ਨਾ ਲਿਆਈ। ਨਾ ਮੈਂ ਹੁਣ ਕਿਸੇ ਦੀ ਧੱਕੇ ਨਾ ਚੱਕ ਲਿਆ। ਮੈਂ ਕਰਾਨੀ ਨਾ ਤੇਰਾ ਸਾਗ, ਪਰ ਤੈਨੂੰ ਮੇਰੇ ਨਾਲ 12 ਡਿਟੀ ਖੇਡਣੀ ਪਊ। 12 ਡਿਟੀ ਨਾ ਕੁਸੋਰ, ਮਰਨਾ ਤਰਨਾ 12 ਡਿਟੀ ਖੇਡ ਕੇ, ਨਾਲੇ ਤੇਰਾ ਨਿਆਣਾ ਤੇ ਸਮਾਨ ਵੀ ਅੱਜੇ ਚੱਕਿਆ। ਅੱਜ ਤੋਂ ਬਾਅਦ ਮਤਲਬ ਪ੍ਰੈਸ ਲੋਕਾਂ ਦੇ ਕੰਮ ਨਹੀਂ ਕਰਨੇ ਮੈਂ। ਛੜਾਏ ਛੜਾਈ ਮਰੇਗਾ। ਲਾ ਛੜੇਗਾ, ਘੱਟ ਲੱਕੜਾਂ ਜਿਹਾ ਵੱਜਦੇ ਆ। ਬਿੱਜੂ ਆ ਭਰਜਾਈਏ ਤੂੰ ਵੀ। ਆ ਲੈ, ਆ ਫੜ, ਆ ਜਾ ਬਈ। ਅਈਆ ਬੇਗਰਦਾਰੀ, ਆ ਚਰਨੋ ਕੀ ਕਣਕ ਦੀ ਬੋਰੀ ਉਤਾਰਿਆ ਚੱਕੀ ਨਾ ਭਾਈ, ਕੋਰਾ ਜਵਾਬ ਹੈ ਨਾ। ਮੈਂ ਤੁਹਾਡਾ ਗੁੱਲਾ ਰੱਖਿਆ, ਨਾਲੇ ਕੰਮ ਕਰਾਉਣ ਤੋਂ ਬਾਅਦ ਤੂੰ ਪੁੱਠਾ ਬੋਲਦੀ ਹੈ। ਨਾ ਤੈਨੂੰ ਸਿੱਧਾ ਕਿਹੜਾ ਬੋਲਦਾ ਵੇ? ਮੇਰਾ ਬਾਪੂ ਬੋਲਦਾ, ਮੇਰੀ ਬੀਬੀ ਬੋਲਦੀ ਆ, ਨਾਲੇ ਬੋਲਿਆ ਕਰੂਗੀ ਮੇਰੀ ਬਹੂ। ਲੈ ਵੇ ਰੱਖਿਆ, ਸਿਆਣੇ ਪੁੱਤ ਜਵਾਬ ਨਹੀਂ ਦਿੰਦੇ ਹੁੰਦੇ। ਫਿਰ ਆਪਦੇ ਤੋਤੀ ਤੋਂ ਰਖਾ ਲਾ। ਉਹ ਤੋਤੀ ਨਹੀਂ, ਗੁਰਮੇਲ ਆ ਮੇਰੇ ਮੁੰਡੇ ਦਾ ਨਾਮ। ਉਹ ਤੋਤੀ ਦੀ ਅੰਮੀ, ਤੋਤੀ ਦੀ ਅੰਮੀ, ਤੋਤੀ ਦੀ ਅੰਮੀ, ਤੋਤੀ ਕੀ? ਤੋਤੀ ਤੋਤੀ ਲਾਈ ਆ ਗਾਹਾਂ, ਤੋਤੀ ਦੇ ਸੱਪ ਲੜ ਗਿਆ। ਹਾਂ, ਤੋਤੀ ਦੇ ਸੱਪ ਲੜ ਗਿਆ। ਤੋਤੀ ਭਾਈ ਨੂੰ ਨਹੀਂ, ਮੈਂ ਮਰ ਜਾ, ਕਿੱਡੀ ਕਾਲੀ ਜਵਾਨ ਹੈ ਨਹੀਂ ਇਹਦੀ। ਉਹ ਮੈਂ ਮਰ ਗਈ, ਪੱਟੇ ਗਏ ਪੈ ਲੋਕੋ, ਮੈਂ ਚੱਲ ਹੋਈ ਛੇਤੀ ਕਰ। ਓਏ ਹੋ
ਕੀੜਾ ਹੀ ਕੀੜਾ। ਨਹੀਂ ਨਹੀਂ ਕੀੜਾ ਨਹੀਂ, ਮੈਂ ਆਪ ਵੇਖਿਆ ਸੱਪ ਹੀ। ਤੇਰੀ ਭੈਣ ਦਾ ਮੰਜਾ ਸੀ ਉਹ ਸੱਪ, ਤਾਂ ਮੈਨੂੰ ਵੀ ਪਤਾ, ਪਰ ਇਹ ਤਾਂ ਕਈ ਦਾ ਨਹੀਂ ਹੁੰਦਾ, ਬੰਦਾ ਦਹਿਲ ਕੇ ਮਰ ਜਾਂਦਾ ਸੁਰਮਿਆਂ। ਉਹ ਕੀੜਾ ਹੀ ਕੀੜਾ ਕੀੜਾ, ਸੱਪ ਨਹੀਂ ਸੀ। ਉਹ ਸੱਪ ਨੂੰ ਸੱਪ ਲੜੂ, ਦੱਸੋ ਵਿਆਹ ਕਿਹਨੂੰ ਚੜੂ। ਸ਼ੁਕਰ ਆ ਭਰਾਵਾ ਮੈਂ ਬਚ ਗਿਆ। ਮੈਂ ਗਿਆ, ਪਤਾ ਨਹੀਂ ਤੁਰਦੀ ਦੇ ਪਿੰਡ ਦੀ ਮੁਸਕ ਚੜ ਗਈ, ਪਤਾ ਨਹੀਂ ਸੱਪ ਦੀ ਜ਼ਹਿਰ ਮੈਨੂੰ ਛੱਡਿਆ। ਉਹ ਬਾਂਸ ਛੱਡਿਆ ਨਹੀਂ ਗੱਡਿਆ ਜਾਂਦਾ ਆ ਬਾਪੂ। ਹਾਂ, ਮੈਨੂੰ ਉਹਨਾਂ ਨੇ ਬਾਂਸ ਕਿਉਂ ਕਿਹਾ? ਓਏ ਪੁੱਤ, ਲੋਕ ਤਾਂ ਕਮਲਿਆ ਹੈ, ਉਹ ਸੋਚਦੇ ਆ ਬਈ ਬਾਂਸ ਅੰਦਰੋਂ ਖੋਖਲਾ ਹੁੰਦਾ ਤੇ ਉਹਦੀ ਲੱਕੜ ਵੀ ਘਟਿਆ ਹੁੰਦੀ ਹੈ। ਉਹਨਾਂ ਨੂੰ ਕੋਈ ਪੁੱਛੇ ਬਈ ਬੰਸਰੀ ਵੀ ਤਾਂ ਬਾਂਸ ਤੋਂ ਹੀ ਬਣਦੀ ਹੈ। ਬਾਪੂ, ਮੇਰਾ ਜੀ ਕਰਦਾ ਮੈਂ ਬਾਂਸਰੀ ਬਣ ਕੇ ਆਪਣੀ ਘਰਵਾਲੀ ਦੇ ਕੰਨਾਂ 'ਚ ਰਸ ਘੋਲਾਂ। ਰਸ ਘੋਲਣ ਵੇਲੇ ਤਕੜੀ ਘੋਲਤੀ, ਆ ਤੇਰੇ ਨੱਕ ਬੁੱਲੇ ਦੇ ਮਾਰਨ ਕਰਕੇ ਤੇਰੇ ਵਾਲਾ ਰਿਸ਼ਤਾ ਰੂੜੇ ਨੂੰ ਹੋ ਗਿਆ। ਫਿਰ ਲੋਕਾਂ ਨੇ ਤਾਂ ਗੱਲਾਂ ਬਣਾਉਣੀਆਂ ਹੋਈਆਂ ਨਾ, ਬਈ ਵੱਡੇ 'ਚ ਜ਼ਰੂਰ ਕੋਈ ਨੁਕਸ ਹੋਊਗਾ ਜਿਹੜਾ ਛੋਟਾ ਪਹਿਲਾਂ ਵਿਆਹ ਲਿਆ। ਕੋਈ ਹਾਲੇ ਵੀ ਵੇਲਾ, ਤੂੰ ਭਾਬੀਆਂ ਦੇ ਪੈਰ ਫੜ ਲੈ ਆਪਦੀਆਂ ਦੇ, ਉਹੀ ਚੜ੍ਹਨੀਆਂ ਟਿੱਬਿਆਂ 'ਤੇ ਪਾਣੀ। ਹਾਂ, ਓ ਮੇਰਾ ਵਿਆਹ ਕਰਵਾ ਦੇ, ਮੈਨੂੰ ਕੋੜੀ ਚੜਾ ਦੇ, ਮੈਨੂੰ ਬਟਣਾ ਲਾ ਦੇ, ਤੇਰਾ ਦਿਓਰ ਕਰੇ ਯਾਰ ਜੋ ਹੀ ਨੀ ਲੱਭ ਕੇ ਹੂਰ ਲਿਆ ਦੇ ਕੋਈ, ਮੈਨੂੰ ਜ਼ੁਰਮਾ ਪਾ ਦੇ ਭਾਬੀ। ਭਾਬੀ, ਆਪਣੇ ਪੇਕਿਆਂ ਤੋਂ ਕੋਈ ਨਰਮ ਜਿਹਾ ਪਟੋਲਾ ਲੱਭ ਕੇ ਲਿਆ ਦਾ, ਚਾੜ ਦੇ ਕੰਧਾਂ ਤੇ ਕੁੱਤੀਆਂ। ਓਏ ਤੀਵੀਆਂ ਦੀਆਂ ਮਿਹਨਤਾਂ ਨਹੀਂ ਕਰਦੇ ਹੁੰਦੇ ਮਰਦ ਬੰਦੇ, ਆ ਚੱਕ ਮੇਰੀ ਬੰਦੂਕ ਤੇ ਕੱਢ ਲੈ ਕਿਸੇ ਚੂਚਕ ਦੀ ਬੇਟੀ ਨੂੰ। ਇਸ ਉਮਰ ਦੇ ਵਿੱਚ ਸਾਗ ਤਾਂ ਜਾਣਾ ਨਹੀਂ, ਤਾਪ ਭਾਵੇਂ ਚੜ ਜੇ। ਕਿਉਂ, ਮੈਂ ਕੀ ਰੱਬ ਦੇ ਮਾਂ ਮਾਰਿਆ? ਓਏ ਬਹੂ ਤਾਂ ਮੈਂ ਲੈ ਕੇ ਆਊਂਗਾ ਸੀਸੇ ਵਰਗੀ, ਉਹਦੇ ਵੱਲ ਦੇਖ ਕੇ ਪੱਗ ਤੇ ਲੜ ਚੜਿਆ ਕਰੂੰਗਾ, ਤੁਸੀਂ ਦੇਖਦੇ ਜਾਇਓ ਜੇਠੂ ਬਾਈ ਜੀ। ਲੈ ਵੇਖ ਲੈ ਕਿਵੇਂ ਬੁੜੇ ਬਲ ਦਾ ਬੱਗੀ ਤਿੱਤਰੀ ਨੂੰ ਸਿੰਘਾਂ ਤੇ ਬਿਠਾਉਣ ਨੂੰ ਜੀ ਕਰਦਾ। ਉਹ ਜੀ ਤਾਂ ਬਾਲੇ ਕਾਸੇ ਨੂੰ ਕਰਦਾ ਭਾਬੀ ਸਾਹਿਬ, ਮੈਂ ਵੀ ਹੱਡ ਮਾਸ ਦਾ ਬਣਿਆ ਹੋਇਆ, ਕਰਾ ਕੋਈ ਸਾਗ ਕਿਸੇ ਮੱਖਣ ਦੇ ਪੇੜੇ ਦਾ, ਮੈਨੂੰ ਵੀ ਕਰ ਦੋ ਤੀਵੀ ਵਾਲਾ। ਉਹ ਤੀਵੀ 'ਚ ਰਹਿਣੀ ਵੀ ਹੈ ਪਰਸੈਨੀ ਏ, ਕਹਿੰਦੇ ਵੀ ਰੱਬ ਨੇ ਜਦੋਂ ਤੀਵੀ ਬਣਾਈ ਨਾ ਤਾਂ ਆਪਣੇ ਕਾਲਜ ਦਾ ਲਹੂ ਪਾ ਕੇ ਸਿਰ ਨਾਲ ਮਿੱਟੀ ਗੁੰਨੀ ਸੀ। ਉਹ ਤਾਹੀ ਤੀਵੀ ਆਏ ਕਾਲਜ ਰਾਹੀਂ ਹੁੰਦੀ ਸਿੱਧੀ ਸਿਰ 'ਚ ਵੜ ਜਾਂਦੀ ਆ, ਮੁੜ ਕੇ ਨਿਕਲਦੀ ਨੀ। ਜਿਹੜੀ ਗੁੱਤ ਦੇ ਪਰਾਂਦੇ 'ਚ ਸ਼ੀਸ਼ੇ ਜੜ ਕੇ ਰੱਖਦੀ ਹੋਵੇ ਤੇ ਉਹਨਾਂ ਸ਼ੀਸ਼ਿਆਂ ਦੀ ਲਿਸ਼ਕੋਰ ਮੇਰੇ ਮੂੰਹ ਤੇ ਪੈਂਦੀ ਹੋਵੇ ਤੇ ਉਹ ਮੈਨੂੰ ਕਹੇ ਜਿਹਦੀਆਂ ਬਾਹਾਂ ਰੰਗ ਬਿਰੰਗੀਆਂ ਚੂੜੀਆਂ ਦੇ ਨਾਲ ਭਰੀਆਂ ਹੋਣ, ਤੇ ਮੈਂ ਉਹਨੂੰ ਉਹਦੀਆਂ ਚੂੜੀਆਂ ਵਰਗੀ ਇੱਕ ਸੱਤ ਰੰਗੀ ਪੀਂਘ ਪਾ ਕੇ ਦੇਵਾਂ ਤੇ ਉਸ ਪੀਂਘ 'ਤੇ ਉਹ ਮੈਨੂੰ ਬਿਠਾ ਕੇ ਚੂੜੇ ਦੇ ਜਾਵੇ, ਨਜ਼ਾਰੇ ਆਈ ਜਾਣ ਜਾਈ ਜਾਣ। ਜਦੋਂ ਕੋਠੇ 'ਤੇ ਖੜ ਕੇ ਕੇਸ ਸੁਕਾਵੇ ਉਹਦੇ ਕੇਸਾਂ 'ਚੋਂ ਡਿੱਗਦੇ ਪਾਣੀ ਦੇ ਛੱਟੇ ਸੂਰਜ ਦਾ ਵੀ ਸੀਨਾ ਠਾਰ ਦੇਣ,
ਮੈਂ ਉਹਨੂੰ ਕਹਾਂ ਚੱਲ ਵਿਆਹ ਕਰਾਈਏ, ਉਹ ਕਹੇ ਵਿਆਹ ਨਹੀਂ, ਮੈਨੂੰ ਮਿਰਜੇ ਵਾਂਗੂ ਕੱਢ ਕੇ ਲੈ ਜਾ। ਕੁੜੀ ਇਹੋ ਜਿਹੀ ਹੋਵੇ ਜਿਹਨੂੰ ਤੁਰਦੀ ਨੂੰ ਦੇਖ ਕੇ ਐਂ ਲੱਗੇ ਜਿਵੇਂ ਨਹਿਰ ਦਾ ਪਾਣੀ ਵਗਦਾ ਹੁੰਦਾ, ਜਿਹਦੀ ਚੁੰਨੀ ਦਾ ਲੜ ਧਰਤੀ ਦਾ ਸਿਰ ਪੜੋਸਦਾ ਜਾਂਦਾ ਹੋਵੇ। ਜਿਹੜੀ ਆਪਦੇ ਹੱਥੀ ਮੇਰੇ ਮੂੰਹ 'ਚ ਬੁਰਕੀਆਂ ਪਾਵੇ, ਜਿਹਦੀ ਦਿੱਤੀ ਹੋਈ ਰੁੱਖੀ ਬੁਰਕੀ ਵੀ ਮੈਨੂੰ ਮਾਲ ਪੁੜਿਆ ਕੇ ਲੱਗੇ ਹੋਏ। ਧੁੱਪ ਨਾਲ ਉਹ ਗੋਰੀ ਦੂਧ ਦੀ ਛਿਟੀ ਵਰਗੀ ਨੂੰ ਦੇਖ ਕੇ ਲੱਗੇ, ਜਿਵੇਂ ਹੋਰਾਂ ਪਰੀਆਂ ਦੀਆਂ ਬਾਤਾਂ ਇਹਦੇ ਕਰਕੇ ਸ਼ੁਰੂ ਹੋਈਆਂ ਹੋਣਗੀਆਂ। ਸੰਦੂਰੀ ਹੱਸ ਹੱਸਦੀ ਮੈਨੂੰ ਕਹੇ, ਵੇਖ ਹਰਦਾਰੀ ਕਿਵੇਂ ਆ? ਬਸ ਕੁਛ ਜ਼ਿਆਦਾ ਨਹੀਂ, ਕੁੜੀ ਪੜ੍ਹੀ ਲਿਖੀ ਹੋਵੇ, ਦੇਖਣ ਨੂੰ ਸਲੇਮੇ ਦੀ ਐਕਟਰ ਨਹੀਂ ਲੱਗਦੀ ਹੋਵੇ, ਤੇ ਮੈਨੂੰ ਪਿਆਰ ਨਾਲ ਗਰੀਜੀ 'ਚ ਕਹੇ, ਗਿਰਦਾਰੀ ਮੈਂ ਤੈਨੂੰ ਪਿਆਰ ਕਰਦੀ ਹਾਂ। ਮਤਬਲ ਗਿਰਦਾਰੀ, ਆਈ ਲਵ ਯੂ। ਉਹ ਭਾਈ ਨਾਲ ਨਾਲ ਲਿਖੀ ਚੱਲੋ ਕਾਗਜ਼ ਤੇ ਜੋ ਜੋ ਕਹਿੰਦਾ ਹੈ। ਪਰਮੇਸ਼ਰਾਂ ਬਹੁਤ ਨੇ ਮੇਰੇ ਪੁੱਤ ਦੀਆਂ, ਤਾਂ ਹੀ ਤਾਂ ਗਲਾਧੜ ਜੀ ਦਾ ਵਿਆਹ ਨਹੀਂ ਹੁੰਦਾ। ਉਹ ਭਾਈ ਤੂੰ ਕੁੜੀਆਂ ਬਾਰੇ ਦੱਸਿਆ ਸੀ ਕਿ ਸਤਰੰਗੀ ਪੀਂਘ ਪਾਈ ਸੀ, ਪਤੰਦਰ ਨੇ ਰੇਲੀ ਬੰਨਤੀ, ਅਖੇ ਆਏ ਹੋਵੇ ਓਵੇਂ ਹੋਵੇ, ਐਕਣ ਹੋਵੇ ਉਕਣ ਹੋਵੇ। ਲੈ ਐਕਣ ਉਕਣ ਨਹੀਂ, ਓਏ ਜਦੋਂ ਲਿਆਇਆ ਨਾ ਮੈਂ ਤੇਰੀ ਭਾਬੀ, ਮੈਂ ਤਾਂ ਉਹਨੂੰ ਚਿੜੀਆਂ ਦੇ ਦੁੱਧ ਨਾਲ ਰੋਟੀ ਖਿਲਾਇਆ ਕਰੂ। ਭਾਈ ਗੱਲਾਂ ਹੀ ਨੇ, ਵਿਆਹ ਦਾ ਲੱਡੂ ਨਾ ਦੂਰੋਂ ਮੋਤੀ ਚੂਰ ਦਾ ਲੱਗਦਾ, ਜਦੋਂ ਮੂੰਹ 'ਚ ਪੈਂਦਾ ਨਾ ਨੀਰੀ ਰੇਤ ਨਿਕਲਦੀ ਆ ਰੇਤ। ਨਾ ਨਾ ਨਾ, ਵਿਆਹ ਇੱਕ ਜ਼ਿੰਮੇਵਾਰੀ ਹੈ ਜਿਹੜੀ ਹਰੇਕ ਬੰਦੇ ਨੂੰ ਧਰਮ ਸ਼ਰਮ ਤੇ ਕਰਮ ਨਾਲ ਨਿਭਾਉਣੀ ਚਾਹੀਦੀ ਹੈ। ਓ ਜੇਠੂ ਸਿੰਘ ਜੀ, ਤੁਸੀਂ ਰਹਿਣ ਦੋ, ਆਪਣਾ ਗਿਆਨ ਗੋਸਤਾਬ ਦੇ ਕੋਲ ਹੀ ਰੱਖੋ। ਓ ਬਈ ਊ ਵਿਆਹ ਨਾ ਲਿਆ ਤਾਂ ਨਜ਼ਾਰੀ ਦਿੰਦਾ ਬੰਦੇ ਨੂੰ। ਹੇ ਕਿਕੜ ਓਏ, ਮੈਂ ਦੱਸਦਾ ਹੁੰਦਾ ਨੇਰਾ, ਬੰਦਾ ਥੱਕਿਆ ਟੁੱਟਿਆ ਆਉਂਦਾ ਆਪਦੇ ਘਰੇ। ਓ ਤੋੜੀ, ਓ ਬਾਪੂ ਗੁੜ ਵਾਲਾ ਦੁੱਧ ਪੀ ਲੈ, ਗਲਾ ਠੀਕ ਹੋ ਜੂ ਤੇਰਾ। ਅੱਛਾ ਬਾਈ, ਜਦੋਂ ਹੁੰਦਾ ਮੇਰਾ ਫੇਰ। ਉਹ ਫੇਰ ਕੀ, ਬੰਦਾ ਥੱਕਿਆ ਟੁੱਟਿਆ ਆਉਂਦਾ ਹੈ, ਮੰਜੇ ਤੇ ਪੈ ਜਾਂਦਾ, ਤੀਵੀਂ ਲੱਤਾਂ ਘੁੱਟਦੇ ਆ, ਗੱਲ ਖਤਮ। ਨਾ ਨਾ ਨਾ, ਗੱਲ ਤਾਂ ਜੇ ਸ਼ੁਰੂ ਵੀ ਨਹੀਂ ਹੋਈ, ਫੇਰ ਜਲਾਲੀ ਕੱਲੀਆਂ ਲੱਤਾਂ ਨਹੀਂ ਘੁੱਟਦੀ। ਉਹ ਬਾਪੂ ਸਿੰਘ ਜੀ, ਖਾਸਾ ਖਰਾਬ ਲੱਗਦਾ ਗਲਾ ਤੇਰਾ, ਮਖਿਆਲ ਪੀਲੇ ਤੱਤਾ ਕਰਕੇ। ਗਲ ਮੇਰਾ ਜਮਾ ਠੀਕ ਹੈ ਲੱਗਦਾ ਤੱਤੇ ਮਖਿਆਲ ਦਾ, ਆ ਤੱਤਿਆਂ ਤੱਤਿਆਂ ਗੱਲਾਂ ਕਰਨੀਆਂ ਛੱਡ, ਦੱਸਾਂ ਮੈਂ ਤੈਨੂੰ। ਓਏ ਆਪਾਂ ਤੱਤਿਆਂ ਗੱਲਾਂ ਕਰਦੇ ਆ, ਚਲੋ ਛੱਡੋ, ਮੈਨੂੰ ਇਹ ਦੱਸੋ ਫੇਰ ਕੀ ਹੁੰਦਾ ਲੱਤਾਂ ਘਟਾਉਣ ਤੋਂ ਬਾਅਦ। ਓਏ ਹੋਣਾ ਕੀ ਹੈ, ਲੱਤਾਂ ਘਟਾ ਕੇ ਬੰਦਾ ਮੰਜੇ ਦੇ ਸੱਜੇ ਪਾਸੇ ਉਤਰ ਜਾਂਦਾ। ਹਟੇ ਮੂੰਹ ਤੇਰੇ, ਗੰਦੀ ਲਾ ਦੇ। ਓ ਬਾਪੂ ਤੂੰ ਪੈ ਜਾ ਹੁਣ, ਗੱਲ ਮੰਗ ਕੀ ਬਾਈ, ਬੰਦਾ ਮੰਜੇ ਦੇ ਸੱਜੇ ਪਾਸੇ ਕਿਉਂ ਉਤਰਦਾ? ਉਹ ਬੰਦਾ ਆਪਣੀ ਤੀਵੀਂ ਦੇ ਉੱਤੋਂ ਦੀ ਟੱਪ ਕੇ ਥੋੜਾ ਉਤਰੂ ਮੰਜੇ ਤੋਂ। ਗੱਲ ਸੁਣ ਧਿਆਨ ਨਾਲ, ਜਦੋਂ ਬੰਦੇ ਦਾ ਵਿਆਹ ਹੁੰਦਾ ਉਦੋਂ ਬਾਅਦ ਚੁੱਪ ਕਰਦੇ ਹੋ ਕਿ ਲਿਆਵਾਂ ਡਾਂਗਾ? ਸਾਰੇ ਦੱਸਣ ਵਾਲੇ ਵੀ ਹੋ ਜੇ, ਪੁੱਛਣ ਵਾਲੇ ਵੀ ਹੋ ਜੇ, ਦੋਹਾਂ ਦੇ ਸਰਿਆ ਪਿਆ, ਸਾਰਾ ਜਹਾਨ ਜਾਣਦਾ ਵੀ ਵਿਆਹ ਹੁੰਦਾ। ਉਹ ਬਾਪੂ ਸਾਰੀ ਦੁਨੀਆਂ ਨੂੰ ਤਾਂ ਪਤਾ, ਇਹਨਾਂ ਨੂੰ ਇੰਨਾ ਪਤਾ, ਇਹ ਤਾਂ ਮੰਜੇ ਦੇ ਸੱਜੇ ਪਾਸੇ ਹੀ ਉਤਰੀ ਜਾਂਦੇ ਆ। ਬਾਪੂ ਭਲਾ ਦੀ ਤੇਰਾ ਮਤਾ ਕੀ ਕਹਿੰਦਾ, ਵਿਆਹ ਮਗਰੋਂ ਕੀ ਹੁੰਦਾ? ਵਿਆਹ ਮਗਰੋਂ ਤੁਹਾਡੇ ਵਰਗੀ ਗੱਦੀ ਲਾਦ ਹੁੰਦੀ ਆ। ਓਏ ਤੁਹਾਡੀ, ਓਏ ਓਏ ਆਪਾਂ ਹੁੰਦੇ ਆ ਓਏ। ਪਰ ਬਾਪੂ ਕਿਵੇਂ? ਗੱਲ ਤਾਂ ਪੂਰੀ ਕਰੋ, ਪੈ ਗਿਆ।
ਚਾਚੇ ਮੇਰਾ ਕੁੱਦੂ ਮਾਮਾ ਤੇ ਤੂੰ ਕਿੰਨਾ ਕਿ ਛੋਟਾ ਆ 4-5 ਕੁ ਉਂਗਲਾ ਛੋਟਾ ਆਏ ਹਾਏ ਉਮਰ ਚ ਪੁੱਛਦਾ ਚਾਚੇ ਉਹ ਅੱਛਾ ਜੀ ਆ ਤੂੰ ਹਿਸਾਬ ਲਾ ਲਾ ਵੀ ਜੋ ਤੇਰੇ ਪਾਪੇ ਦਾ ਵਿਆਹ ਸੀ ਉਦੋਂ ਮੇਰੇ ਉਹ ਗੋਡੇ ਗੋਡੇ ਕਾਉਂਦਾ ਸੀ ਲੈ ਦੇਖ ਲਾ ਇਹਦੇ ਮਾਮੇ ਨੇ ਤੇਰੀਆਂ ਗੋਡਣੀਆਂ ਲਵਾਤੀਆਂ ਤੇਰੇ ਤੋਂ ਪਹਿਲਾਂ ਬਹੂ ਲਿਆਊ ਅਗਲਾ ਅੱਛਾ ਚਾਚੇ ਤੂੰ ਤਾਂ ਹੁਣ ਭੁੱਲ ਜਾ ਵਿਆਹ ਨੂੰ ਤੇਰੇ ਨਹੀਂ ਬੰਨੇ ਬੁੰਨੇ ਜਾਣੇ ਸਿਹਰੇ ਲਾ ਸਿਹਰੇ ਤਾਂ ਮੈਂ ਬੰਨ ਕੇ ਰਹੂੰਗਾ ਪੱਕਾ ਸਿਹਰੇ ਤੇਰੇ ਤਾਂ ਬੰਨੇ ਜਾਣਗੇ ਜੇ ਤੂੰ ਕੱਲ ਨੂੰ ਹੀ ਚੱਲੇ ਮੇਰੇ ਪੇਕੇ ਆਹੋ ਮੇਲ ਗੇੜ ਚ ਬਥੇਰੀਆਂ ਆਈਆਂ ਹੋਣਗੀਆਂ ਮੇਰੀਆਂ ਸਾਲੀਆਂ ਉਹ ਕੋਈ ਤਾਂ ਹੋਊਗੀ ਤੇਰੇ ਵਿੱਚ ਦੀ ਪਾ ਦੇ ਚੋਗਾ ਪਰ ਉੱਥੇ ਕੁੜੀਆਂ ਦੇ ਟੱਬਰ ਵੀ ਆਏ ਹੋਣਗੇ ਜੇ ਕਿਸੇ ਕੁੜੀ ਦੇ ਭਾਈ ਨੇ ਮੇਰਾ ਡੰਡਾ ਟੁੱਕਤਾ ਫੇਰ ਓਏ ਤਾਂ ਤੇਰੇ ਕਾਰ ਵਿਹਾਰ ਤੇ ਐ ਵੀ ਸ਼ਗਨ ਪੈਂਦਾ ਜਾਂ ਜੁੱਤੀਆਂ ਲੈ ਐ ਕਿਹੜਾ ਮਾਰੂ ਜੁੱਤੀਆਂ ਖਰਾਰੇ ਨੂੰ ਪਾ ਦੂੰ ਜਵਾਈ ਦਾ ਭਾਈ ਵੀ ਜਵਾਈਆਂ ਬਣ ਕੇ ਹੀ ਹੁੰਦਾ ਉਹ ਤੂੰ ਘਬਰਾਈ ਨਾ ਜਿਹੜੀ ਆਈ ਪਸੰਦ ਉਹਦੇ ਤੇ ਉਂਗਲੀ ਰੱਖਦੀ ਜੱਗਰ ਤੇਰੇ ਨਾਲ ਖੜਾ ਲੈ ਫਿਰ ਖਿੱਚ ਲਓ ਤਿਆਰੀ ਚਵਾਰਾ ਪਾਉਣ ਦੀ ਉਹ ਮੈਂ ਤੇ ਮੇਰੀ ਘਰ ਵਾਲੀ ਤਾਂ ਚਵਾਰੇ 'ਚ ਪਿਆ ਕਰਾਂਗੇ ਹੋਰ ਹੋ ਗਿਆ ਕਰ ਰਾਤ ਨੂੰ ਸਲਾਹ ਨੀ ਕਰੀਦੀ ਪਰ ਮੈਂ ਜਾਣਾ ਸਵੇਰੇ ਤੇਰੇ ਸੌਰੀ ਉੱਥੇ ਤਾਂ ਮੈਨੂੰ ਲੱਗਦਾ ਖਾਸੀਆਂ ਕੁੜੀਆਂ ਹੋਣਗੀਆਂ ਮੈਨੂੰ ਕਿਹੜੀ ਜੱਚੀ ਮੈਨੂੰ ਕਿਵੇਂ ਪਤਾ ਲੱਗੂ ਉਹ ਭਰਾਵਾ ਤੇਰਾ ਦਿਲ ਦੱਸੂ ਦਿਲ ਦੀ ਸੁਣ ਲਈ ਬਾਈ ਦਿਲ ਦੀ ਤਾਂ ਸੁਣ ਲੂੰਗਾ ਪਰ ਮੈਂ ਕੁੜੀ ਨੂੰ ਕਹੂੰਗਾ ਕੀ ਕਹੀਂ ਵੀ ਆਹੀ ਜੱਟੀ ਜੱਟ ਨੂੰ ਪਸੰਦ ਆ ਤੇ ਇਹੀ ਜੱਟ ਨੇ ਵਿਆਹਣੀ ਆ ਪਰ ਜੇ ਬਾਈ ਉੱਥੇ ਉਹਦਾ ਭਾਈ ਭੂਈ ਹੋਇਆ ਫੇਰ ਫੇਰ ਕੀ ਆ ਫੈਂਟੂ ਅਗਲਾ ਐ ਕਿਵੇਂ ਫੈਂਟੂ ਆ ਬੰਦੂ ਕਾਹਦੇ ਵਾਸਤੇ ਰੱਖੀ ਹੈ ਨਾਲੇ ਤੇ ਵਿੱਚ ਦੀ ਮੋਗਾ ਨਹੀਂ ਕਰ ਦੂੰ ਆਹੋ ਇਹ ਜੱਟ ਚੜ ਜੂ ਤੂੰ ਫਾਂਸੀ ਚੜ ਜੀ ਸੋਨਿਓ ਕਿ ਨਹੀਂ ਮੈਂ ਆਵਾਂ ਉੱਤੇ ਬੀਬੀ ਬਸ ਆਉਂਦੀ ਸਿਆਲ ਨੂੰ ਤੇਰੇ ਪੋਤੇ ਦੀ ਲੋੜੀ ਵੰਡ ਦੇਣੀ ਆ ਹਾਂ ਸੱਚ ਰੱਬਾ ਜਾਂ ਤਾਂ ਹੁਣ ਮੇਰਾ ਵਿਆਹ ਕਰਾ ਦੀ ਨਹੀਂ ਤਾਂ ਜਿਨ੍ਹਾਂ ਦੇ ਹੋਏ ਨੇ ਸਲਿਆਂ ਦੇ ਉਹਨਾਂ ਦੇ ਵੀ ਤੋੜ ਦੀ ਕੀ ਕਿਹਾ ਤੁਹਾਨੂੰ ਛੱਡ ਕੇ ਕਹਿ ਰਿਹਾ ਤੇਰੇ ਗਿਰਦਾਰੀ ਦੀ ਬਹੂ ਵੀ ਉੱਥੋਂ ਹੀ ਆਉਣੀ ਆ ਬੇਬੇ ਜਦੋਂ ਚੱਕਿਆ ਨਾ ਤੇਰੀ ਨੂੰਹ ਨੇ ਘੁੰਡ ਸਾਰੇ ਪਿੰਡ ਦੇ ਕਾਲਜ ਵੱਜ ਜਾਣੇ ਮੱਚੀ ਜਾਣਦੇ ਇਹੋ ਜਿਹੇ ਸੜਦੇ ਹੁੰਦੇ ਨੇ ਬੇਬੇ ਉਹ ਵੈਸੇ ਕਿਵੇਂ ਲੱਗੀ ਤੇਰੀ ਨੂੰ ਪੁੱਤ ਬਹੁਤੀ ਤਾਂ ਤੇਰੀ ਕੂੰ ਜਰ ਗਈ ਆ ਪਰੀਆਂ ਤੋਂ ਵੀ ਵੱਧ ਆ ਅੱਛਾ ਬਸ ਤੂੰ ਇਹਦਾ ਖਿਆਲ ਰੱਖੀ ਬੇਬੇ ਮੈਂ ਤਾਂ ਇਹਨੂੰ ਕੱਚ ਦੇ ਸਮਾਨ ਨੂੰ ਸਾਫ ਸਾਫ ਰੱਖੂੰਗਾ ਫਿਕਰ ਨਾ ਕਰ ਗਿਰਦਾਰੀ ਵੇ ਗਿਰਦਾਰੀ ਬਿੱਟੂ ਨੂੰ ਵੱਟਿਆ ਕਿੱਥੇ ਗਵਾਚਿਆ ਫਿਰਦਾ ਇੱਧਰ ਮੁੰਡਾ ਮੇਰੇ ਪਿੰਡ ਨੂੰ ਲੱਗਦਾ ਦਿਮਾਗ ਨਹੀਂ ਆ ਤੇਰਾ ਉਹ ਮੈਂ ਬੀਬੀ ਨਾਲ ਗੱਲੀ ਪੈ ਗਿਆ ਸੀ ਗੱਲੀ ਪਿਆ ਸੀ ਨਾਲੇ ਹੋਰ ਚੱਲ ਚੱਲ ਹੁਣ ਨਾਲ ਨਾਲ ਰਹੀ ਉਹ ਗਿਰਦਾਰੀ ਉਹ ਕੁਛ ਖਾ ਪੀ ਲੈ ਸੁਣ ਜਾਈ ਬੈਠਾ ਉਹ ਕਦੂਆ ਸਾਲਾ ਤੂੰ ਬਾਈ ਦਾ ਸਾਲਾ ਬਣ ਕੇ ਰਹਿ ਮੈਂ ਵੱਡਾ ਤੇਰੇ ਤੋਂ
ਮੱਗਰ ਸਿੰਘ ਸੰਧੂ ਨਾ ਹੈ ਮੇਰਾ। ਜੋ ਕੁਛ ਮੇਰੀ ਸੇਵਾ ਚ ਪੇਸ਼ ਕਰਨਾ ਨਾ ਇੱਥੇ ਹੀ ਕਰ। ਗੁੱਦੂ ਵੀਰੇ, ਸੇਵਾ ਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ। ਦਿਓਰ ਮੇਰਾ ਰਾਜਿਆਂ ਨਾਲੋਂ ਘੱਟ ਨਹੀਂ। ਭੈਣੇ, ਤੇਰੇ ਰਾਜੇ ਦਿਓਰ ਲਈ ਕੋਈ ਕੁੜੀ ਲੱਭੀ ਜਾਂ ਨਹੀਂ? ਜਿਹੜੀ ਗੁੱਤ ਦੇ ਪਰਾਂਦੇ ਚ ਸ਼ੀਸ਼ੇ ਜੜ ਕੇ ਰੱਖਦੀ ਹੋਵੇ ਤੇ ਉਹਨਾਂ ਸ਼ੀਸ਼ਿਆਂ ਦੀ ਲਿਸ਼ਕੋਰ ਮੇਰੇ ਮੂੰਹ ਤੇ ਪੈਂਦੀ ਹੋਵੇ। ਛੜੇ ਤਾਂ ਭੂਤ ਪ੍ਰੇਤਾਂ ਨਾਲੋਂ ਵੀ ਭੈੜੇ ਹੁੰਦੇ ਆ। ਭੂਤ ਪ੍ਰੇਤਾਂ ਦਾ ਡੇਰਾ ਬਰੋਟੇ ਤੇ ਹੁੰਦਾ ਤੇ ਤੂੰ ਵੀ ਬਰੋਟੇ ਵਰਗੀ ਪਈ ਐ। ਕਹੇ ਤਾਂ ਇਹ ਭੂਤ ਕਰ ਲੈ ਕਬਜ਼ਾ ਬਰੋਟੇ ਤੇ। ਤੂੰ ਕਰੇਗਾ ਕਬਜ਼ਾ ਮੇਰੇ ਤੇ? ਲੱਡੂ ਜਲੇਬੀਆਂ ਤੋਂ ਉੱਠ ਕੇ ਚੱਕ ਨਾ ਹੋਏ, ਆਖੇ ਸੇਵਾ ਕਰ ਦੋ ਮੇਰੀ। ਹਵਾ ਕਰਦਾ ਆਪਦੇ ਭਾਈ ਦੇ ਸਹੁਰੇ ਕਰਿਆ। ਜਿਹਦੀਆਂ ਬਾਹਾਂ ਰੰਗ ਬਿਰੰਗੀਆਂ ਚੂੜੀਆਂ ਦੇ ਨਾਲ ਭਰੀਆਂ ਹੋਣ ਤੇ ਮੈਂ ਉਹਨੂੰ ਉਹਦੀਆਂ ਚੂੜੀਆਂ ਵਰਗੀ ਇੱਕ ਸਤਰੰਗੀ ਪੀਂਘ ਪਾ ਕੇ ਦੇਵਾਂ। ਹੁਣ ਸਹੁਰੇ ਤੇ ਸਾਲੀਆਂ ਇਹਦੇ ਲਈ ਤਾਂ ਬੀਤੇ ਜੁਗ ਦੀਆਂ ਬਾਤਾਂ ਨੇ। ਓਏ ਰਸਗੁੱਲਿਆ ਜਿਹਾ, ਇੰਨੀਆਂ ਕੌੜੀਆਂ ਗੱਲਾਂ, ਉਹ ਤੇਰੇ ਲਈ ਤਾਂ ਜੱਟ ਜੁਗ ਪਲਟਾ ਦੇ। ਸੰਗ ਕਰ ਕਾਕਾ। ਉਹ ਮਾਸੜਾ, ਜਿਹੜੇ ਜਵਾਨੀ ਵੇਲੇ ਸੰਗ ਕਰਦੇ ਆ ਨਾ, ਬੁਢਾਪੇ ਚ ਇਹੋ ਜਿਹਾ ਚੰਨ ਚਾੜਦੇ ਆ ਵੀ ਬੁੜੀਆਂ ਖੜੀਆਂ ਨੇ, ਦੇਖ ਚੌਰੇ ਨੂੰ ਕਿਵੇਂ ਜਵਾਨੀ ਚੜੀ ਹੈ। ਓ ਜਾ ਵੇ, ਟਲ ਜਾ, ਮੈਨੂੰ ਲੱਗਦਾ ਨਹੀਂ ਸਾਬਤਾ ਮੁੜਦਾ ਪਿੰਡ ਨੂੰ, ਤੂੰ ਕਿਵੇਂ ਉੱਧੜਦਾ ਹੀ ਤੁਰਿਆ ਜਾਂਦਾ। ਹੁਣ ਕੱਲਾ ਥੋੜੀ ਮੁੜੂੰਗਾ, ਤੁਹਾਡੇ ਦੋਹਾਂ ਚੋਂ ਇੱਕ ਨੂੰ ਨਾਲ ਲੈ ਕੇ ਜਾਊਂਗਾ। ਕੀ ਕਿਹਾ? ਦੋਹੇ ਪਸੰਦ ਨੇ ਮੈਨੂੰ। ਧਰਮ ਨਾਲ ਤੇਰੇ ਵਰਗੀ ਤਾਂ ਗੋਰੀ ਚਿੱਟੀ ਨਿੱਗਰ ਜੱਟੀ ਮੈਂ ਅੱਜ ਤੱਕ ਦੇਖੀ ਹੋਈ ਨਹੀਂ। ਤੇ ਆ ਆਹ ਤੇ ਜਮਾ ਮੱਖਣ ਦਾ ਪੇੜਾ ਏ ਪੇੜਾ। ਭਾਬੀ ਕਰ ਕੁਝ ਲਾ ਤੇ ਗੱਲ ਸਰੇ। ਓਏ ਇਧਰ ਚੱਕੀ ਬਾਈ, ਮੇਲੇ ਚ ਬਰੂਦਾਂ ਲਈ ਕੌਣ ਝਾਕਦਾ? ਵੈਸੇ ਤੁਸੀਂ ਹੈ ਕੌਣ? ਨਾਜਰ ਵੈਲੀ ਕਹਿੰਦੇ ਨੇ ਮੈਨੂੰ, ਸਰਜੀਤ ਦਾ ਭਾਈ ਤੇ ਇਹ ਵਰਸ਼ਾ ਜਿੰਦਰ ਦਾ ਭਾਈ। ਬਾਈ ਇਹ ਜਿੰਦਰ ਬਾਈ ਤੇ ਸਰਜੀਤ ਬਾਈ ਹੈ ਕੌਣ? ਨਾਲੇ ਵੈਸੇ ਇਹਨਾਂ ਦੀ ਪੂਸ ਤੇ ਪੈਰ ਧਰਤਾ ਹੈ ਸਾਲਾ, ਕਿਵੇਂ ਮੁੱਕਰਦਾ? ਜਿਨ੍ਹਾਂ ਨੂੰ ਨਿੱਗਰ ਤੇ ਮੱਖਣ ਦੇ ਪੇੜੇ ਦੱਸਦਾ ਸੀ ਨਾ, ਉਹ ਸਰਜੀਤ ਤੇ ਜਿੰਦਰ ਨੇ। ਅੱਛਾ, ਉਹ ਬਾਈ ਮੈਂ ਤਾਂ ਉਹਨਾਂ ਦੀਆਂ ਸਿਫਤਾਂ ਕੀਤੀਆਂ ਨੇ। ਵਾਲੀਆਂ ਸੋਹਣੀਆਂ ਨੇ ਤੁਹਾਡੀਆਂ ਭੈਣਾਂ ਬਾਈ। ਹੈ ਕਿਵੇਂ ਪੌਂਕਦਾ? ਜੇ ਮੇਰੀ ਭੈਣ ਵੱਲ ਅੱਖ ਚੱਕ ਵੀ ਵੇਖਿਆ, ਅੱਖ ਕੱਢ ਦੂੰ। ਤੇ ਜੇ ਮੇਰੀ ਭੈਣ ਵੱਲ ਪੈਰ ਵੀ ਪੱਟਿਆ ਨਾ, ਤੇ ਲੱਤ ਵੱਢ ਦੂੰ। ਚੱਲ ਆ, ਸਮਝ ਗਏ? ਠੰਡਾ ਰਿਹਾ ਸਾਲੇ, ਗੱਲਾਂ ਵਾਲੇ ਲੱਗਦੇ ਆ। ਜੇ ਕਿਤੇ ਹੁੰਦੇ ਨਾ ਜੱਗਰ ਬਾਈ ਵਾਂਗੂ ਪਹਿਲੀ, ਮੈਨੂੰ ਵੱਢ ਨਾ ਦਿੰਦੇ। ਅੱਛਾ ਤਾਂ ਤੂੰ ਐ ਸੁਰਜੀਤ? ਆਹੋ, ਮੇਰੀ ਤਾਰੋ ਭਾਬੀ ਦੇ ਮਾਮੇ ਦੀ ਕੁੜੀ। ਆ ਪੀਲੇ ਲੜਿਆਂ ਚ ਨਾ ਨੇਰੀ ਪ੍ਰਿੰਡ ਲੱਗਦੀ ਐ। ਹਾਏ ਸੱਚੀ? ਲੈ ਨਹੀਂ ਤਵਾਰ ਤਾਂ ਲੜ ਕੇ ਦੇਖ ਲੈ। ਕਿੱਥੇ? ਹਾਂ ਇੱਥੇ। ਹਟ ਸ਼ਦਾਈ ਜਾ ਨਾ ਹੋਵੇ। ਏ ਕਿੰਨਾ ਮਿੱਠਾ ਬੋਲਦੀ ਐ, ਮੈਨੂੰ ਲੱਗਦਾ ਨਾ ਤੇਰੀਆਂ ਗੱਲਾਂ ਸੁਣ ਕੇ ਨਾ ਗੰਨਿਆਂ ਚ ਰਸ ਪੈਂਦਾ ਹੋਣਾ। ਐਵੇਂ ਨਾ ਗਪੌੜ ਮਾਰੀ ਜਾ। ਲੋ ਲੋ ਗਪੌੜ ਕਾ ਦੇ, ਮੈਨੂੰ ਲੱਗਦਾ ਨਾ ਤੈਨੂੰ ਕਿਸੇ ਨੇ ਹਲੇ ਤੱਕ ਪਛਾਣਿਆ ਹੀ ਨਹੀਂ। ਤੂੰ ਬਾਹਰੋਂ ਤਾਂ ਲੱਗਦੀ ਆ ਆਕੜਖੋਰੀ, ਪਰ ਅੰਦਰੋਂ ਹੈਗੀ ਆ ਨੇਰੀ ਮੋਹ। ਧਰਮ ਨਾਲ ਨੇਮ ਚ ਕਾਲਾ, ਆ ਵਿਆਹ ਚ ਨਾ ਤੇਰੇ ਤਾਂ ਕੋਈ ਪੈਰ ਅਰਗੀ ਵੀ ਹੈ ਨਹੀਂ। ਫੂਕ ਸ਼ਕਾਉਣਾ ਹੈ ਮੈਨੂੰ? ਲਾ ਸ਼ਕਾਉਣੇ ਹੋਣਗੇ ਤਾਂ ਤੈਨੂੰ ਸ਼ਕਾਵਾਂਗੇ ਗੁਲਗਲੇ। ਤੇ ਹੋਰ ਕੀ ਕਰੇਗਾ ਮੇਰੇ ਵਾਸਤੇ? ਤੈਨੂੰ ਤਾਂ ਹੱਥਾਂ ਤੇ ਚੱਕ ਕੇ ਬੁੱਚੀਆਂ ਪਾਉਂਗਾ। ਬੁੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ। ਬੁੱਚੀਆਂ ਤਾਂ ਮੈਂ ਸੰਗਦੇ ਨੇ ਉਹੀ ਕਹਿਦਾ, ਕਹਿਣਾ ਤਾਂ ਬਸ ਹੋਰ ਸੀ। ਕੀ? ਛੱਡ,
ਉਹ ਵਿਆਹ ਤੋਂ ਮਗਰੋਂ ਕਹੂੰ। ਹੁਣ ਤਾਂ ਬਸ ਇੰਨਾ ਦੱਸ ਦੇਣਾ ਵੀ ਤੇਰੇ ਤਰ੍ਹਾਂ ਜੀ ਹੱਥ ਤੇ ਕੋਲਾ ਧਰ ਦਈਏ, ਉਹ ਵੀ ਸੋਨੇ ਦੀ ਡਲੀ ਬਣ ਜੇ। ਵੇ ਹੋਲੀ ਬੱਚਾ ਵੀਰ ਹੈ ਮੇਰਾ, ਜਾਨੋ ਮਾਰ ਦੂ ਤੈਨੂੰ। ਉਹਨੇ ਕੀ ਮਾਰਨਾ, ਨੀ ਕਤਲ ਤਾਂ ਮੈਨੂੰ ਤੇਰੀਆਂ ਅੱਖਾਂ ਨੇ ਕਰਤਾ। ਹੁਣ ਆ ਲਾਸ਼ ਨੂੰ ਮਾਰ ਕੇ ਉਹਨੇ ਗਾਹ ਪਟਿਆਲੇ ਵਾਲੇ ਰਾਜ ਤੋਂ ਹਾਥੀ ਨਾਮ ਚ ਲੈਣਾ। ਮਾਥੀਆਂ ਚੋਂ ਵੀ ਖਸੂ ਆਉਣ ਲਾ ਦੀ, ਕੁੜੀ ਕਾਹਦੀ ਆ, ਇੱਤਰ ਫਲੇਲ ਦੀ ਸੀਸੀ ਹੋਈ ਆ। ਗਿਰਦਾਰੀ ਕਿਵੇਂ ਲੱਗਿਆ? ਐਡੀ ਕੋਈ ਖਾਸ ਗੱਲ ਨਹੀਂ, ਪਰ ਤੇਰੀਆਂ ਅੱਖਾਂ ਤਾਂ ਕਹਿੰਦੀਆਂ ਨੇ ਕਿ ਸਾਡਾ ਗਿਰਦਾਰੀ ਖਾਸੋ ਖਾਸ ਹੈ। ਆਸ਼ਕ ਨਾ ਵਿੰਗ ਵਲੇ ਵਿੱਚ ਪਾਕੀ ਗੱਲਾਂ ਕਰਦੇ ਨੇ, ਪਰ ਤੁਹਾਡੇ ਵਾਲਾ ਇਹ ਤਾਂ ਸਿੱਧਾ ਹੀ ਇਹੋ ਜਿਹੀ ਗੱਲ ਮਾਰਦਾ ਕਿ ਜਨ ਹੱਥਾਂ 'ਚ ਆ ਜਾਂਦੀ ਹੈ। ਹਾਂ, ਸਾਡਾ ਗਿਰਦਾਰੀ ਹੈ ਤਾਂ ਬੜਾ ਸਿੱਧਾ। ਇੰਨਾ ਵੀ ਸਿੱਧਾ ਨਹੀਂ ਹੈਗਾ, ਪੁੱਠੇ ਕੰਮਾਂ ਬਾਰੇ ਉਹਨੂੰ ਸਾਰਾ ਕੁਛ ਪਤਾ। ਉਹ ਵੇਖੋ ਬੀਬੀ, ਸੀਗਾ ਤਾਂ ਭਾਵੇਂ ਸੁਪਨਾ ਹੀ, ਪਰ ਜਿਹੜੀ ਤੇਰੇ ਪੁੱਤ ਨਾਲ ਲਾਵਾਂ ਲਊਗੀ ਨਾ, ਲੁੱਟੂਗੀ ਮੋਜਾ ਹੀ। ਆ ਵੀ ਕਿੱਦਾਂ ਦਾ ਆ ਬੜਾ ਸੋਹਣਾ ਸੋਹਣਾ ਆ ਪਾ, ਮੈਨੂੰ ਲੱਗਦਾ ਮੈਂ ਆ ਵਾਲਾ ਪਾਉਂ। ਦਰਵਾਜਾ ਖੋਲੋ, ਮੈਂ ਤਾਂ ਤੁਹਾਡੇ ਦੋਹਾਂ ਦਾ ਮੇਚ ਲੈ ਕੇ ਦਰਜੀ ਕੋਲੋਂ ਕਾਲੀ ਸੂਫ ਦੀਆਂ ਕੁੜਤੀਆਂ ਤੇ ਸਲਵਾਰਾਂ ਬਣਾ ਦੇਣੀਆਂ ਨੇ, ਨਾਲ ਲੈ ਦੇਣੀਆਂ ਤਿੱਲੇ ਵਾਲੀਆਂ ਜੁੱਤੀਆਂ। ਉਹੀ ਜੁੱਤੀਆਂ ਤੇਰੇ ਪੈਣੀਆਂ ਚ ਹੋਰ ਅੱਗੇ ਬੋਲਿਆ। ਉਹ ਜੁੱਤੀਆਂ ਨੀ ਭਾਬੀ ਸਿਆ, ਹੁਣ ਤਾਂ ਮੁੰਦੀਆਂ ਪੈਣੀਆਂ ਨੇ। ਤੂੰ ਇਹਨਾਂ ਦੋਹਾਂ ਚੋਂ ਇੱਕ ਦੀ ਉਂਗਲੀ ਦਾ ਨਾਪ ਲੈ ਲਾ, ਸੋਨੇ ਦੀ ਛਾਪ ਤੇ ਨੱਕ ਚੜਵਾ ਦੂ ਨੀਲਮ ਨੀਲਮ। ਓ ਭਾਬੀ, ਜੇ ਟਾਕੀਆਂ ਮਾਰੀਆਂ ਬੰਦ ਕਰੇਗੀ ਮੈਂ ਕੁੜੀ ਕਿਵੇਂ ਪੱਟੂੰਗਾ? ਉਹ ਮੈਂ ਪੱਟਿਆ ਜਾਣਾ। ਉਹ ਚੱਲ ਯਾਰ, ਅੱਗੇ ਲਾਣੇਦਾਰ ਨੀ ਪੱਟੀ ਜਾ ਰਹੀ ਆ। ਮਸਕਰੀਆ ਮਾਸੜ, ਬਈ ਅਗਰ ਆਪਦੇ ਭਾਈ ਦੇ ਸਹੁਰੀ ਆਇਆ, ਥੋੜਾ ਮੋਟਾ ਟੀਚਰ ਮਖੌਲ ਤਾਂ ਕਰੂਗਾ ਹੀ। ਉਹ ਤੂੰ ਘਬਰਾਈ ਨਾ ਗਰਦਾਰੀ, ਦੇਖਦਾ ਕਿਹੜਾ ਬੋਲਦਾ ਤੈਨੂੰ। ਉਹ ਬੋਲਣ ਵਾਲੀ ਗੱਲ ਨੀ ਪ੍ਰਾਹੁਣਿਆ, ਇਹ ਤਾਂ ਗੱਲਾਂ ਹੀ ਜੁੱਤੀਆਂ ਖਾਣ ਵਾਲੀਆਂ ਕਰਦਾ। ਉਹ ਨਿਆਣ ਮਾਤਾ ਹੈ ਮਾਸੜ ਜੀ, ਇਹਦੇ ਕਹਿਣ ਦਾ ਉਹ ਮਤਲਬ ਨਹੀਂ ਹੋਣਾ। ਨਹੀਂ ਨਹੀਂ ਜੇਠੂ ਬਾਈ, ਮੇਰੇ ਕਹਿਣ ਦਾ ਮਤਲਬ ਤਾਂ ਉਹੀ ਸੀ। ਬਾਈ ਕੁੜੀਆਂ ਕਾਹਦੀਆਂ ਨੇ, ਚੁੰਬਕੇ ਨੇ, ਜਿੱਧਰ ਨੂੰ ਜਾਂਦੀਆਂ ਨੇ ਮੈਂ ਤਾਂ ਉੱਧਰ ਨੂੰ ਖਿੱਚਿਆ ਜਾਂਦਾ ਵਾ। ਚੱਕ
ਮੂਰੇ ਖਬਰਦਾਰ ਜੇ ਤੂੰ ਪੰਖ ਖੰਡਾਈ ਐ। ਲੈ ਕਿਉਂ ਨਾ ਖੜਾਵੇ ਅਗਲਾ, ਅਗਲਾ ਆਪਦੇ ਬੜੇ ਭਾਈ ਦੇ ਹੱਕ ਦੀ ਗੱਲ ਕਰਦਾ ਹੈ। ਤੂੰ ਤਾਂ ਬੋਲਣ ਨੂੰ ਰਹਿਣੀ ਦੇ। ਪਰ ਮੈਂ ਬੋਲੂੰ, ਦੇਖਦਾ ਕਿਹੜਾ ਮੇਰੇ ਭਾਈ ਨੂੰ ਕੁਝ ਕਹਿੰਦਾ, ਸਾਲੇ ਦੇ ਟੱਕਰੇ ਨਹੀਂ ਕਰ ਤੂੰ। ਤੂੰ ਤਾਂ ਵਿਆਹ ਚ ਬੀ ਦਾ ਲੇਖਾ ਪਾਉਣਾ ਹੀ ਹੁੰਦਾ। ਐ ਕਿਵੇਂ ਕਰ ਦੇਂਗਾ ਟੱਕਰੇ ਜੀਜਾ, ਤੂੰ ਗਰਦਾਰੀ ਨੂੰ ਛਿੱਲ ਜਿਹੜਾ ਸਾਡੀਆਂ ਕੁਆਰੀਆਂ ਕੁੜੀਆਂ ਨੂੰ ਛੇੜਦਾ। ਉਹ ਮੈਂ ਕਿਹੜਾ ਵਿਆਹ ਹੋਇਆ ਵਾ, ਮੈਂ ਵੀ ਤਾਂ ਕੁਆਰਾ ਹੀ ਆ। ਤੂੰ ਤਾਂ ਭਾਈ ਛੜਾ ਹੈ। ਲਾ ਛੜੇ ਦੇ ਗਾਹ ਦਿਲ ਹੀ ਹੁੰਦਾ ਹੈਗਾ, ਨਾਲੇ ਮੈਂ ਕੁੜੀਆਂ ਛੇੜੀਆਂ ਛੁੜੀਆਂ ਨਹੀਂ, ਮੈਂ ਤਾਂ ਵਿਆਹ ਕਰਾਉਣਾ। ਮੈਨੂੰ ਸਰਜੀਤ ਤੇ ਜਿੰਦਰ ਦੋਨੇ ਪਸੰਦ ਨੇ, ਜਿਹੜੀ ਮੰਨਦੀ ਆ ਉਹਦੇ ਨਾਲ ਕਰਾ ਦੋ। ਓਏ ਮੈਂ ਇੱਥੇ ਕੱਢ ਦੂੰ ਧਰਤੀ 'ਚ। ਓਏ ਉਹ ਤੂੰ ਪਹਿਲਾਂ ਤੈਨੂੰ ਨਹੀਂ ਧਰਤੀ ਤੇ ਗੁੰਡੋਏ ਵਾਂਗੂ ਲਟਾ ਦੂੰ, ਹਿਸਾਬ ਨਾਲ ਗੱਲ ਕਰ। ਨਾ ਹਿਸਾਬ ਨਾਲ ਹੁਣ ਇਹਨੂੰ ਸ਼ਗਨ ਪਾ ਦਈਏ। ਹਾਂ ਇਹ ਗੱਲ ਠੀਕ ਹੈ, ਪਾ ਦੋ ਸ਼ਗਨ, ਪਰ ਪਹਿਲਾਂ ਮੈਨੂੰ ਸੋਚ ਲੈਣ ਦੋ, ਮੈਂ ਕਿਹਦੇ ਨਾਲ ਵਿਆਹ ਕਰਾਉਣਾ। ਸਾਰਿਆਂ ਦੇ ਵਿੱਚ ਨਹੀਂ ਕੱਢ ਦੂੰ। ਉਹ ਤੂੰ ਠੰਡ ਰੱਖ ਜੱਗਰਾ, ਗਰਦਾਰੀ ਬੰਦਾ ਬਣ ਕੇ ਪਿੰਡ ਨੂੰ ਵਗ ਜਾ। ਫਿਰ ਮੈਂ ਦੋਹਾਂ ਕੁੜੀਆਂ ਨਹੀਂ ਨਾ ਹੀ ਸਮਝਾਂ। ਉਹ ਤੂੰ ਜਾ ਭਾਈ। ਇੱਕ ਵਾਰੀ ਕੁੜੀਆਂ ਨੂੰ ਤਾਂ ਪੁੱਛ ਲਓ। ਗਰਦਾਰੀ ਚੰਗੀਆਂ ਕੁੜੀਆਂ ਸੀ ਬੇਬੇ, ਸਰਜੀਤ ਤੇ ਜਿੰਦਰ। ਮੈਂ ਤਾਂ ਉਹਨਾਂ ਦਾ ਦਿਲ ਤੇ ਨਾਂ ਵੀ ਲਿਖਾ ਲਿਆ ਸੀ, ਪਰ ਮੈਨੂੰ ਲੱਗਦਾ ਉਹ ਤੇਰੇ ਪੁੱਤ ਲਈ ਬਣੀਆਂ ਹੀ ਨਹੀਂ ਸੀ। ਬਾਪੂ ਰਸਾ ਹੈਗਾ? ਹਾਂ ਲੈਣੇ। ਨਾ ਨਾ, ਘਰ ਵਾਲੀ ਨੂੰ ਪੀਂਗ ਪਾ ਕੇ ਦੇਣੀ ਹੈ। ਆ ਦੇਖ ਲੈ, ਪੀਂਗਾ ਪਾਪਾ ਦਿੰਦਾ ਤੇ ਤੂੰ? ਉਹ ਬਾਪੂ ਇਹ ਪੀਂਗਾ ਹੀ ਪਾਪਾ ਦਿੰਦਾ, ਝੂਟੇ ਤਾਂ ਕੋਈ ਹੋਰ ਹੀ ਲੈਂਦਾ। ਮਾਰੂ ਕਹਿੰਦੇ ਦੇਖ, ਭੌਂਕੀ ਜਾਂਦਾ ਬੁੱਗ, ਐ ਬੋਲੀ ਜਾਂਦਾ। ਅੱਛਾ ਕਬਦੀਆਂ ਮੰਨੀਆਂ ਮੁੰਨੀਆਂ, ਮੇਰੀ ਝੁਲਸਣੀਆਂ ਇਹ ਝੁਲਸਲਾ। ਬਾਪੂ ਦਾਲ ਤਾਂ ਬਾਹਲੀ ਸਵਾਦ ਬਣੀ ਆ, ਭਰ ਲੈ ਢਿੱਡ। ਉਹ ਜਿਹਦੇ ਪਿਓ ਦਾ ਸੀਨਾ ਛਲਣੀ ਹੋਇਆ ਪਿਆ ਹੋਵੇ ਨਾ, ਉਹਦਾ ਢਿੱਡ ਤਾਂ ਜ਼ਹਿਰ ਨਾਲ ਹੀ ਭਰੂ। ਉਹ ਜ਼ਹਿਰ ਨਾਲ ਢਿੱਡ ਭਰਿਆ ਨਹੀਂ ਭਰਿਆ ਤੂੰ ਕਿਵੇਂ ਦੱਸੇਗਾ? ਜ਼ਹਿਰ ਖਾ ਕੇ ਤੂੰ ਮਰ ਨਹੀਂ ਜਾਏਗਾ। ਵੇ ਚੁੱਪ ਨਹੀਂ ਕਰਦਾ ਬੇਅਕਲਾ ਜਿਹਾ। ਉਹ ਖੜ ਜਾ ਭਾਬੀ। ਬਾਪੂ ਸਿੰਘ ਜੀ ਮੈਨੂੰ ਦੱਸ, ਤੇਰਾ ਸੀਨਾ ਕਿਹੜਾ ਛਲਣੀ ਹੋ ਗਿਆ? ਚੰਗਾ ਭਲਾ ਬੈਠਾ ਤੂੰ। ਵੇ ਜਿਹੜੀ ਤੇਰੇ ਨਾਲ ਕੁੱਤੇ ਖਾਣੇ ਤਾਰੋ ਭੈਣ ਦੇ ਪੇਕਿਆਂ ਨੇ ਕੀਤੀ ਆ ਨਾ, ਉਹ ਗੱਲ ਕਰਕੇ ਬਾਪੂ ਦੁਖੀ ਆ। ਅੱਛਾ ਜੀ। ਆਹੋ ਜਿਹੜੀ ਉੱਥੇ ਸਿੱਤ ਖੇਪ ਵਾ ਕੇ ਆਇਆ ਨਾ, ਇੱਥੇ ਸਾਰੇ ਪਿੰਡ 'ਚ ਥੂ ਹੋਈ ਪਈ ਆ। ਮੈਂ ਸ਼ਰੀਕੇ 'ਚ ਦੱਸ ਕਿਹਨੂੰ ਮੂੰਹ ਦਿਖਾਵਾਂ? ਐਡੀ ਬੜੀ ਗੱਲ ਹੋ ਗਈ ਬਾਪੂ ਸਿੰਘ ਜੀ। ਆਹੋ ਕੁੜੇ ਜੀਤਪੁਰੇ, ਉਹ ਭਾਈ ਤੂੰ ਪੇਕੇ ਤਾਂ ਜਾਣੀ ਆ ਜਣੇਪੇ ਖਾਤਰ, ਇਹਨੂੰ ਵੀ ਨਾਲ ਲੈ ਜੀ, ਨਾਲੇ ਤਾਂ ਤੈਨੂੰ ਛੱਡਿਆਊ ਨਾਲੇ ਇੱਥੇ ਦੀ ਤੋਏ ਤੋਏ ਤੋਂ ਬਚੂ। ਉਹ ਲੈ ਬਾਪੂ ਸਿੰਘ ਜੀ, ਮੇਰੀ ਤਾਂ ਪਹਿਲਾਂ ਹੀ ਭਾਬੀ ਨਾਲ ਅੱਟੀ ਸੱਟੀ ਲੱਗੀ ਹੋਈ ਆ, ਮੈਂ ਤਾਂ ਜਾਣਾ ਹੀ ਜਾਣਾ। ਭਾਬੀ ਸਿੰਘ ਜੀ ਇਸੇ ਖੁਸ਼ੀ ਦੇ ਵਿੱਚ ਸੱਟ ਕੇ ਉਹ ਸ਼ੱਕਰ ਨਾਲ ਲਿਬੇੜ ਕੇ ਦੋ ਰੋਟੀਆਂ ਹੋਰ। ਅੱਠ ਤਾਂ ਤੂੰ ਪਹਿਲਾਂ ਹੀ ਲਿਬੇੜ ਚੁੱਕੇ ਆ। ਉਹ ਕਿਹਾ, ਉਹ ਕੋਈ ਬੌੜ ਛੱਡੀ ਜਾਣੀ ਆ ਭਾਬੀ, ਹਲੇ ਤਾਂ ਮੈਂ ਸਾ 9 ਖਾਧੀਆਂ ਮੈਂ। ਵੇ ਕਮਲਿਆ 8 9 ਤੋਂ ਘੱਟ ਹੁੰਦੀਆਂ ਨੇ। ਓਸ਼ਾ ਹੀ ਇਹ ਤਾਂ ਅਕਲ 3 ਦਾ ਵੇਰੀ ਐ। ਪਰ 13 ਤਾਂ ਆੜੀਆਂ ਬਾਪੂ ਸਿੰਘ ਜੀ, ਤੂੰ ਗਿਰਦਾਰੀ ਹੋ ਰਹੇਗਾ ਗਿਰਦਾਰੀ। ਸਤਿ ਸ੍ਰੀ ਅਕਾਲ ਸਲੀਮੋ ਤਾਈ। ਜਿਉਂਦੀ ਰਹਿ ਧੀਏ, ਸੁਖੀ ਵਸੇ। ਆ ਜਾ ਜੀਤ, ਪ੍ਰਾਹੁਣੇ ਵਾਸਤੇ ਦਾਣੇ ਪਵਾ ਲੈ।
ਇਹ ਮੇਰਾ ਪ੍ਰਾਹਣਾ ਨਹੀਂ ਤਾਈ, ਇਹ ਤਾਂ ਮੇਰਾ ਜੇਠ ਆ। ਅੱਛਾ, ਨਹੀਂ ਉਹੀ ਆ ਬਿੰਬੜ ਜਾ ਜਿਹਨੇ ਤੇਰਾ ਸਾਕ ਮੋੜਿਆ ਸੀ। ਉਹੀ ਆ, ਇਹਦਾ ਘਰ ਵਾਲਾ ਤਾਂ ਭੰਗੀ ਆ। ਮੈਂ ਤਾਂ ਸਿੱਧਾ ਸਾਦਾ, ਉਹੀ ਸਾਕ ਕਰਾਉਣਾ ਹੁਣ ਕਰਾ ਲਾ, ਹੁਣ ਨਹੀਂ ਮੋੜਦਾ। ਇਹਦਾ ਕਿਵੇਂ ਝੇਟਾਂ ਕਰਦਾ ਭਾਈ ਦੇ ਸਹੁਰੀ ਆ ਕੇ। ਇਹਦਾ ਇੰਨਾ ਕੀ ਦਿਮਾਗ ਆ ਤਾਈ? ਇਹ ਤਾਂ ਲੱਗ ਗਿਆ ਮੈਨੂੰ ਪਤਾ ਗੱਲਾਂ ਸੁਣ ਕੇ। ਹੁਣ ਤੂੰ ਲੱਡੂ ਖਵਾਉਣ ਲਈ ਤਿਆਰ ਹੋ ਜਾ, ਮੁੰਡਾ ਹੀ ਹੋਊ। ਤੈਨੂੰ ਕਿਵੇਂ ਪਤਾ? ਮੈਨੂੰ ਬਖਸ਼ਿਆ ਅੱਲਾ ਤਾਲਾ ਦੀ, ਮੈਨੂੰ ਸਭ ਪਤਾ ਲੱਗ ਜਾਂਦਾ ਕੀ ਹੋਣਾ। ਅੱਛਾ, ਫਿਰ ਦੱਸ ਮੇਰਾ ਵਿਆਹ ਕਦੋਂ ਹੋਊਗਾ ਤੇ ਕਿੱਥੇ ਹੋਊਗਾ? ਤੁਰਦਾ ਨਹੀਂ, ਇੱਥੇ ਹੀ ਡੇਰਾ ਲਾ ਕੇ ਬਹਿ ਗਿਆ। ਦੇ ਉਹਦਾ ਜਵਾਬ ਬੁੜੀਏ। ਕਦੋਂ ਹੋਊ ਕਿੱਥੋਂ ਹੋਊਦਾ ਤਾਂ ਮੈਨੂੰ ਪਤਾ ਨਹੀਂ। ਕੁੜੀਏ ਨੂੰ ਇਹੋ ਜਿਹੀ ਮਿਲੂ, ਖੜ ਖੜ ਲੋਕੀ ਦੇਖਣਗੇ ਨਾਲੇ ਲੋਕੇ ਵੀ ਆਹ ਹੋਰ ਪਰੀ ਕਿੱਥੋਂ ਲਿਆਇਆ। ਇਹਦੀ ਭੈਣ ਨੂੰ ਸਾਲਾ ਸਾਡੇ ਪਿੰਡੋਂ ਨਾ ਲੈ ਜੇ ਕਿਸੇ ਨੂੰ ਪੱਟ ਕੇ। ਉਹ ਥੋਲੂ, ਤੂੰ ਆਪਣੀ ਭੈਣ ਦਾ ਧਿਆਨ ਰੱਖੀ। ਚੱਲ ਓਏ, ਉਹ ਦਹੀਂ ਲਿਆ ਮੈਂ ਨਾਲਾ। ਲਿਆਈ ਲਿਆਈ ਮੈਂ, ਲੈ ਨਾ ਲੈ ਲੈ ਬਾਈ ਲਿਆ ਬਾਈ। ਜਦੋਂ ਕੋਠੇ ਤੇ ਖੜ ਕੇ ਕੇਸ ਕਾਵੇ, ਉਹਦੇ ਕੇਸਾਂ ਚੋਂ ਡਿੱਗਦੇ ਪਾਣੀ ਦੇ ਛੱਟੇ ਸੂਰਜ ਦਾ ਵੀ ਸੀਨਾ ਠਾਰ ਦੇਣ। ਕੰਮਾ ਨੀ ਕੰਮਾ, ਕੀ ਕਰੀ ਜਾਂਦੀ ਹੈ? ਆ ਗਈ ਭੈਣੇ, ਜਾ ਜਾ ਕੇ ਡੰਗਰਾਂ ਨੂੰ ਪੱਠੇ ਪਾਇਆ। ਹਾਂ ਠੀਕ ਹੈ। ਕੰਮੋ ਕਿੰਨੀ ਸੋਹਣੀ ਹੈ ਬੇਬੇ, ਸੁਰਜੀਤ ਤੇ ਜਿੰਦਰ ਤਾਂ ਇਹਦੇ ਪਾਇਰ ਵਰਗੀਆਂ ਵੀ ਹੈ ਨਹੀਂ ਸੀ। ਦੇਖਿਆ ਤੂੰ ਚੱਜ ਨਾਲ, ਮੈਨੂੰ ਪਹਿਲੀ ਵਾਰੀ ਹੈ, ਇੰਨੀ ਛੇਤੀ ਪਸੰਦ ਆ ਗਈ ਮੈਂ ਤੈਨੂੰ। ਮੇਰੀ ਪਸੰਦ ਨਾ ਪਸੰਦ ਦਾ ਫੈਸਲਾ ਤਾਂ ਝੱਟ ਜੀ ਹੋ ਜਾਂਦਾ ਜੀ। ਮੈਨੂੰ ਤਾਂ ਜੇ ਕੋਈ ਪਹਿਲੀ ਵਾਰੀ ਜੱਚ ਗਿਆ ਭਾਵੇਂ ਕੱਪੜਾ ਲੀੜਾ ਬੰਦਾ ਜਨੌਰ ਡੰਗਰ, ਦੂਜੀ ਵਾਰੀ ਆਪਣੀ ਗੱਲ ਨਹੀਂ ਬਣਦੀ ਹੈਗੀ। ਅੱਛਾ ਜੀ, ਮੇਰੇ ਚ ਕੀ ਜੱਚ ਗਿਆ ਤੈਨੂੰ? ਤੂੰ ਤਾਂ ਢਾਬੇ ਦੇ ਫੁੱਲ ਕਿਆਰ ਗਈ ਹੈ ਨਰਮ ਮਟਿਆਰ। ਹਾਏ ਬੇਸ਼ਰਮ ਕੁੱਤੇ ਅਰਗਾ, ਕਿਵੇਂ ਬੋਲਦਾ? ਹਾਏ ਹਰਾਮਬੜ ਜੀ, ਕਿਵੇਂ ਸੰਗਦੀ ਹੈ ਸਿਧਰਾ ਜਿਹਾ। ਹਾਏ ਚਲਾਕੋ ਜੀ, ਜੀਵਨ ਜਾਦੂ ਆਉਂਦਾ ਆਉਂਦਾ ਨਾ ਮੈਂ ਸੁਰਮਾ ਬਣ ਕੇ ਤੇਰੀਆਂ ਅੱਖਾਂ 'ਚ ਵੜ ਜਾਣਾ ਸੀ ਤੇ ਤੈਨੂੰ ਤਵੀਤ ਬਣਾ ਕੇ ਆਪਣੇ ਗਲ 'ਚ ਪਾ ਲੈਣਾ ਸੀ। ਹਾਏ ਤੂੰ ਤੇ ਡੋਰ ਦੇ ਪਿੰਨੇ ਵਾਂਗੂ ਉੱਧਰ ਦਾ ਤੁਰਿਆ ਜਾਂਦਾ। ਆ ਕੀ ਹੋ ਰਿਹਾ? ਹਾਂ ਮੋਹ ਪਿਆਰ ਦੀਆਂ ਗੱਲਾਂ। ਹਾਂ ਹਾਂ, ਮੇਰੇ ਜੀਜੇ ਦੇ ਜੀਜੇ ਦਾ ਭਾਈ ਹੈ। ਹਾਂ ਮੱਗਰ ਸਿੰਘ ਸੰਧੂ। ਅਬੱਲੀ ਨਾਲ ਦੇ ਪਿੰਡੋਂ ਲਾਹੌਰੋਂ ਪੜ ਕੇ ਆਇਆ। ਲਾ ਹਾਂ ਲਾਹੌਰ ਖੜਾ, ਦੱਸਣ ਤਾਂ ਐ ਲੱਗਿਆ ਜਿਵੇਂ ਬੜਾ ਦਿੱਲੀ ਦੱਖਣੋਂ ਪੜ ਕੇ ਆਇਆ ਹੋਵੇ। ਬੱਲੀ ਤੂੰ ਇੱਧਰ ਕੀ ਕਰਦਾ? ਉਹ ਮੇਰੇ ਸਾਈਕਲ ਦੀ ਹਵਾ ਨਿਕਲ ਗਈ ਸੀ, ਮੈਨੂੰ ਲੱਗਿਆ ਤੁਹਾਡੇ ਵਾਲੇ ਪੰਪ ਹੋਏਗਾ। ਤੇਰੇ ਲਵੇ ਸਾਈਕਲ ਹੈ? ਸਾਡੇ ਪੰਪ ਕਿੱਥੇ? ਜੀਜੇ ਲਵੇ ਕਿਹੜਾ ਸਾਈਕਲ ਹੈ? ਲਾ ਪੰਪ ਕੀ ਕਰਨਾ, ਉਹ ਸਾਈਕਲ 'ਚ ਫੂਕਤਾ ਮੈਂ ਮੂੰਹ ਨਾ ਭਰ ਦੂੰ। ਐ ਫੂਕ ਤਾਂ ਪੂਰੀ ਲੱਗਦੀ ਆ, ਭੁਲੇਖਾ ਪੈ ਗਿਆ ਲੱਗਦਾ ਪਤੰਦਰ ਨੂੰ। ਚੱਲ ਆਪਾਂ ਤਾਂ ਕਿਹੜਾ ਮਾਰੀਏ। ਮੇਰੇ ਲਈ ਰਿਸ਼ਤਾ ਆਇਆ ਪਟਿਆਲੇ ਤੋਂ, ਫਿਰ ਮੇਰੇ ਨਾਲ ਵਿਆਹ ਨਹੀਂ ਕਰਾਉਣਾ? ਕਰਾਉਣਾ? ਮੈਂ ਪੰਡਤਾਂ ਦਾ ਮੁੰਡਾ ਤੇ ਤੂੰ ਜੱਟਾਂ ਦੀ ਕੁੜੀ, ਕਿਸੇ ਨੇ ਕਰਨਾ ਹੀ ਨਹੀਂ ਆਪਣਾ। ਆਹੋ ਜੀਜੇ ਨੇ ਵਿਆਹ ਨਹੀਂ ਕਰਨੀ, ਜੇ ਮੇਰੇ ਮਾਂ ਪਿਓ ਜ਼ਿੰਦਾ ਹੁੰਦੇ ਨਾ ਤੇ ਸ਼ਾਇਦ ਹਾਂ ਕਰ ਦਿੰਦੇ। ਹੁਣ ਤਾਂ ਸਾਰੀ ਜ਼ਿੰਦਗੀ ਕੰਮੋ ਦੇ ਕੰਮ ਹੀ ਕਰਨੇ ਆ ਮੱਗਰ ਸਿਆ, ਉਹ ਵੀ ਗਰਦਾਰੀ ਲਾਲ ਬਣ ਕੇ। ਉਹ ਜਦੋਂ ਜਾਇਆ ਕਰੂਗੀ ਕੰਮੋ ਪੱਠੇ ਵੱਢਣ, ਨੀ ਤੇਰੇ ਨਾਲ ਨਾਲ ਚੱਲੂ ਨੀ ਗਿਰਧਾਰੀ ਲਾਲ, ਸ਼ਾਵਾ ਨੀ ਗਿਰਧਾਰੀ ਲਾਲ। ਮਨ ਮੇਰੀ ਇਹੀ ਕਰਨਾ ਪੈਣਾ। ਦੇਖ ਲਾ ਮਰਜ਼ੀ ਆ ਤੇਰੀ, ਜੇ ਤੂੰ ਇਹ ਕਰ ਸਕਦੀ ਆ
ਤਾਂ ਮੈਂ ਤੇਰੇ ਨਾਲ। ਇਹੀ ਕਰਨਾ ਪੈਣਾ ਜੇ ਸਾਰੀ ਉਮਰ ਇਕੱਠੇ ਰਹਿਣਾ ਤਾਂ। ਠੀਕ ਆ ਫਿਰ। ਕੰਮੋ ਨੂੰ ਬਿਠਾ ਲਿਆ ਕਰਨਾ ਗੱਦੀ ਤੇ, ਤੇ ਮੁੰਡਾ ਸਾਡਾ ਬੈਠਿਆ ਕਰੂ ਡੰਡੇ ਤੇ, ਤੜਕੇ ਹੀ ਨਿਕਲ ਜਾਇਆ ਕਰਨਾ ਵਾ। ਆਹ ਥੋੜੇ ਨੂੰ ਮੁੜਿਆ ਕਰਾਂਗੇ ਘੁੰਮ ਫਿਰ ਕੇ। ਗਿਰਧਾਰੀ ਲਾਲ ਸ਼ੁਕਰਾ ਬਾਬੇ ਦਾ ਮੈਂ ਇਕੱਲਾ ਹੀ ਸੀ, ਜੇ ਕਿਤੇ ਕੰਮੋ ਹੁੰਦੀ ਜਾ ਜਾਂਦੀ ਹੋ ਜਾਣੀ ਸੀ। ਵਿਚਾਰੀ ਦਾ ਹੱਥ ਪੈਰ ਟੁੱਟ ਜਾਂਦਾ, ਰੋਟੀ ਮੈਨੂੰ ਬਣਾਉਣੀ ਪਿਆ ਕਰਨੀ ਸੀ। ਰੋਟੀ ਪੁੱਛ ਨਾ, ਰੱਖੀ ਚੱਲ, ਤੇਰੇ ਹੱਥ ਤੋਂ ਮੈਂ ਬਿਨਾਂ ਗਿਣੇ ਦਿਨ ਰਾਤ ਖਾ ਸਕਦਾ। ਵੇ ਹੌਲੀ ਬੋਲ, ਇਹੋ ਜਿਹੀਆਂ ਗੱਲਾਂ ਮਲੱਕੜੇ ਖੁਸਰ ਫੁਸਰ ਕਰਕੇ ਕਰਦੇ ਹੁੰਦੇ ਨੇ। ਅੱਛਾ ਜੀ, ਫਿਰ ਐ ਕਰ, ਮੱਖਣ ਨਾਲ ਚੁੱਪੜ ਕੇ ਰਾੜੀਆਂ ਹੋਈਆਂ ਲੈ ਕੇ ਆ। ਭੁੱਖੜ ਓਏ, ਰੱਜੀ ਹੋਈਏ। ਮੇਰੇ ਵੱਲੋਂ ਤੈਨੂੰ ਪੱਕੀ ਹਾਂ ਏ, ਤੇਰਾ ਮਤ ਕਹਿੰਦਾ ਏ। ਵੇ ਜਦੋਂ ਦਾ ਤੈਨੂੰ ਮੈਂ ਵੇਖਿਆ ਹੈ ਨਾ, ਬਿਨਾਂ ਝਾਂਚਰਾਂ ਤੋਂ ਛਣ ਛਣ ਕਰਦੀ ਫਿਰਦੀ ਆ। ਆਹ ਗੱਲ ਸੁਣ ਕੇ ਬੁਰਕੀ ਸਿੱਧੀ ਕੜੁੱਪ ਕਰਕੇ ਅੰਦਰ ਗਈ। ਬਾਕੀ ਦੀਆਂ ਗੱਲਾਂ ਬਾਅਦ ਚ ਕਰਾਂਗੇ, ਡੰਗਰ ਵਾਲੇ ਚ ਆ ਜੀ। ਬੀਬੀ, ਤੇਰੇ ਪੁੱਤ ਨੂੰ ਡੰਗਰ ਵਾਲੇ ਚ ਬੁਲਾਉਂਦੀ ਆ ਇਕੱਲੇ ਨੂੰ, ਦੇਖੀ ਕੁਛ ਉੱਚਾ ਨੀ ਵਜਦਾ ਉਹੋ ਜੇ। ਹਾਈ, ਕੀ ਕਹਿੰਦਾ ਸੀ ਗਰਦਾਰੀ? ਕਹਿੰਦਾ ਮੇਰੀ ਭਾਬੀ ਦਾ ਖਿਆਲ ਰੱਖਿਓ, ਪੂਰੀ ਸੇਵਾ ਕਰਿਓ। ਇਹ ਬਿੰਬੜ ਜਿਹਾ ਇੰਨੀਆਂ ਸਿਆਣੀਆਂ ਗੱਲਾਂ ਕਿਵੇਂ ਕਰ ਗਿਆ? ਮੈਨੂੰ ਕੀ ਪਤਾ, ਤੂੰ ਜਾਣੇ ਤੇ ਤੇਰਾ ਦਿਓਰ ਨੀ, ਉਹ ਜੇਠ ਹੈ ਇਹਦਾ। ਕੰਮੋ, ਇੱਕ ਰੋਟੀ ਦੇ ਕੇ ਜਾਈ। ਕੀ ਕਿਹਾ? ਉੱਚੀ ਬੋਲ, ਐਂ ਕਿਉਂ ਬੋਲਦਾ ਜਿਵੇਂ ਮੂੰਹ ਸੀਤਾ ਹੁੰਦਾ? ਭਾਬੀ, ਮੇਰੇ ਪੁੱਤ ਦੀ ਉਹ ਟੰਗੜਾਈ ਜਾਂਦੀ ਆ ਬੰਦੇ ਦੀ ਵਿੱਚ। ਰੋਟੀ ਦੇ ਕੇ ਜਾਇਓ ਇੱਕ। ਜਾਦੇ ਆ ਜਾਦੇ ਆ। ਨੇੜੇ ਆ ਜਾ ਤੇਰੇ। ਹੋਰ ਕਿੰਨਾ ਨੇੜੇ ਆਵੇਂਗਾ, ਦਿਲ ਚ ਘਰ ਪਾ ਲਿਆ ਤੂੰ। ਹਾਏ, ਇਦਾਂ ਨਾ ਕਹਿ, ਮੈਨੂੰ ਹੋਰ ਹੋਰ ਉਜਿਆ ਹੁੰਦਾ। ਕਿੰਨੀਆਂ ਕਾਲੀਆਂ ਨੇ ਨੇੜੇ ਆਉਣ ਦੀਆਂ, ਹੁਣ ਆਰਾਮ ਨਾਲ ਗੱਲ ਕਰ, ਬਥੇਰੀ ਹੋ ਗਈ ਖੁਸਰ ਫੁਸਰ। ਜੀ ਕਰਦਾ ਤੈਨੂੰ ਖਿੱਚ ਕੇ ਕੋਲ ਨੂੰ ਕਰਲਾ, ਤੈਨੂੰ ਗੱਟ ਗੱਟ ਕਰਕੇ ਪੀ ਜਾ ਮੈਂ। ਵੇਖੋ ਜੀਆਂ ਗੱਲਾਂ ਕਿੱਥੋਂ ਸਿੱਖੀਆਂ ਨੇ? ਉਹ ਸੱਥ 'ਚ ਸਾਰੇ ਇਹੋ ਜਿਹੀਆਂ ਗੱਲਾਂ ਕਰਦੇ ਆ, ਬੁੜੇ ਜ਼ਿਆਦੇ ਕਰਦੇ ਆ। ਹਾਏ, ਮੈਂ ਮਰ ਜਾਵਾਂ। ਉਹ ਸੱਚੀ, ਉਹ ਤਾਂ ਤੀਵੀਂ ਦੀ ਅੱਖ ਨਾਲ ਤਲਾਸ਼ੀ ਲੈਂਦੇ ਆ। ਝੂਠਾ, ਸੌ ਲੱਗੇ ਵੱਟੇ ਮਹਾਰਾਜ ਦੀ। ਅੱਛਾ ਇੱਕ ਗੱਲ ਦੱਸ, ਹਾਂ, ਤੂੰ ਸੱਚੀ ਮੈਨੂੰ ਪਸੰਦ ਕਰਦਾ? ਉਹ ਮੈਨੂੰ ਤਾਂ ਬਾਲੀ ਜੱਜ ਗਈ ਤੂੰ। ਮੈਂ ਤੇਰੇ ਜੀਜੇ ਨਾਲ ਕੱਲ ਵੀ ਗੱਲ ਕਰ ਲੈਣੀ ਆ ਵਿਆਹ ਦੀ। ਇੱਕ ਬੁੱਗੀ ਲੈ ਲਵਾਂ ਤੇਰੀ। ਬੇ ਸ਼ਰਮਾ, ਵਿਆਹ ਤੋਂ ਪਹਿਲਾਂ ਬੁੱਗੀਆਂ ਲਵੇਂਗਾ? ਜੀਜੇ ਨਾਲ ਗੱਲ ਕਰੇਗਾ ਫੇਰ ਨਹੀਂ ਹੋਣਾ ਵਿਆਹ। ਜੇ ਵਿਆਹ ਕਰਵਾਉਣਾ ਤਾਂ ਮੈਨੂੰ ਭਜਾ ਕੇ ਲੈ ਜਾ। ਭਜਾ ਕੇ ਕਿਉਂ ਲੈ ਜਾਣਾ? ਉਹ ਮੈਂ ਠੋਕ ਕੇ ਗੱਲ ਕਰੂੰਗਾ ਆਪਣੇ ਵਿਆਹ ਦੀ ਤੇਰੇ ਜੀਜੇ ਨਾਲ। ਫੇਰ ਨਹੀਂ ਹੋਣਾ ਵਿਆਹ, ਮੇਰਾ ਜੀਜਾ ਤੈਨੂੰ ਪੂਰਾ ਪਸੰਦ ਨਹੀਂ ਕਰਦਾ, ਜੀਤੋ ਦਾ ਸਾਕ ਮੋੜਤਾ ਸੀ ਤਾਂ ਕਰਕੇ। ਓਸ਼ੇ ਹੀ? ਹਾਂਜੀ। ਲੈ ਠੀਕ ਆ ਫਿਰ, ਮੈਂ ਉਹਨਾਂ ਨੂੰ ਕਹਿ ਦੂੰਗਾ ਵੀ ਤੁਸੀਂ ਤਾਂ ਵਿਆਹਣੀ ਨਹੀਂ, ਜੱਟ ਲੈ ਚੱਲਿਆ ਕੰਮ ਨੂੰ ਕੱਢ ਕੇ। ਕਮਲਿਆ, ਕਦੇ ਕਦੇ ਮੈਨੂੰ ਲੱਗਦਾ ਹੈ ਕਿ ਤੇਰੇ ਖੋਪੜ ਵਿੱਚ ਨਾ ਦਿਮਾਗ ਨਹੀਂ ਪਾਇਆ ਰੱਬ ਨੇ। ਜੋ ਮਰਜ਼ੀ ਆ, ਮੈਂ ਤਾਂ ਦੱਸ ਕੇ ਭਜਾਊਂਗਾ। ਨਾ, ਤੈਨੂੰ ਤੇਰੀ ਬੀਬੀ ਦੀ ਸੌਂ। ਲੋ, ਹੁਣ ਬੀਬੀ ਦੀ ਸੌਂ ਪਵਾਤੀ, ਬੀਬੀ ਦੀ ਸੌਂ ਨਹੀਂ ਮੈਂ ਤੋੜਦਾ, ਨਹੀਂ ਤਾਂ ਮੇਰੀ ਮਰੀ ਹੋਈ ਬੀਬੀ ਨਾ ਮੈਨੂੰ ਮਿਲਣ ਨਹੀਂ ਆਉਂਦੀ। ਠੀਕ ਹੈ ਫਿਰ, ਹੁਣ ਕੱਲ ਰਾਤ ਤਿਆਰ ਰਹੀ, ਕਿਤੇ ਮੁੱਕਰ ਨਾ ਜਾਈ। ਲੈ, ਜੱਟ ਤਾਂ ਮਰਦਾ ਮਰ ਜੂ, ਮੁੱਕਰ ਤਾਂ ਨਹੀਂ। Thank you.
ਬੀਬੀ ਭੜਕਦਾ ਤੇਰਾ ਪੁੱਤ ਹੁਣ ਨਹੀਂ ਬਚਦਾ। ਗਰਦਾਰੀ ਚਾਹ ਮਾਰ ਲੈ ਅੱਖਾਂ, ਕੱਲ ਨੂੰ ਅੱਖਾਂ ਵਿੱਚ ਕਸੂਨ ਦੇ ਦੇ ਕੇ ਰੋਵੇਗਾ। ਕੀ ਕਿਹਾ? ਕੁਛ ਨਹੀਂ, ਚਾਹ। ਕੁਛ ਦੂਜੂ ਕਿਹਾ ਲੱਗਦਾ ਵਾ, ਮੇਰੇ ਮੂੰਹ ਚ ਭਿੱਜੀ ਪਈ ਆ। ਕੰਮੋ ਪਸੰਦ ਆ ਤੈਨੂੰ? ਸੰਗ ਕਰ, ਨਿਆਣੀ ਆ ਹਜੇ। ਨਿਆਣੀ ਨਿਉਣੀ ਨੀ, ਤੇਰੇ ਤੋਂ ਵੀ ਜ਼ਿਆਦਾ ਚੰਟਾ ਉਹ। ਅੰਦਰੋਂ ਤਾਂ ਮੈਂ ਵੀ ਨਿਆਣਾ ਹੀ ਆ। ਕਰਾਂ ਫਿਰ ਵੀਰੇ ਨਾਲ ਵਿਆਹ ਦੀ ਗੱਲ? ਹੈ ਕਮੀਨਾ, ਲੈ ਦੱਸ ਵਿਆਹ ਨੀ ਕਰਾਉਣਾ? ਨਿਆਣੀ ਹੈ ਲੈ, ਨਿਆਣੀ ਹੈ। ਐਨੀ ਵੀ ਨਿਆਣੀ ਨੀ, ਵਿਆਹ ਉਹਨਾਂ ਦੀ ਤਾਂ ਹੋਈ ਪਈ ਆ, ਤੇਰੇ ਨੀ ਲੱਛਣ ਵਿਆਹ ਕਰਾਉਣ ਦੇ। ਹੁਣ ਆਪਣਾ ਵਿਆਹ ਨੀ ਹੋਣਾ, ਭਾਬੀ ਨੂੰ ਤਾਂ ਨਾ ਕਰਤੀ। ਮੈਂ ਤਾਂ ਤੇਰੀ ਆ, ਅੱਜ ਰਾਤੀ ਆਪਾਂ ਭੱਜ ਜਾਣਾ। ਯਾਰ ਭੱਜਣਾ ਕਿਉਂ ਹੈ, ਜਦੋਂ ਭਾਬੀ ਤਾਂ ਵਿਆਹ ਲਈ ਤਿਆਰ ਹੈ। ਹਾਏ, ਮੈਂ ਦੱਸਿਆ ਸੀ ਨਾ ਮੇਰਾ ਜੀਜਾ ਤੈਨੂੰ ਪੂਰਾ ਪਸੰਦ ਨਹੀਂ ਕਰਦਾ। ਇਹ ਤਾਂ ਭੱਜਣਾ ਹੀ ਪੈਣਾ ਮੈਨੂੰ ਲੱਗਦਾ। ਓਏ ਉੱਠ, ਓਏ ਉੱਠ, ਹੌਲੀ ਜੀ ਆਵਾਜ਼ ਚ ਬੋਲੀ, ਬਣ ਜਾ ਮਿਰਜ਼ਾ ਤੇ ਲੈ ਜਾ ਮੈਨੂੰ, ਚੱਲ ਉੱਠ। ਸਵੇਰੇ ਚੱਲਾਂਗੇ, ਸੌਣ ਲੈਣ ਦੇ ਹੁਣ। ਸੌਣ ਨੂੰ ਤਾਂ ਸਾਰੀ ਉਮਰ ਪਈ ਹੈ, ਚੱਲ ਉੱਠ ਜਾ। ਕੱਲ ਤੋਂ ਸੌਣਾ ਥੋੜੀ ਆ। ਓਹੋ, ਉੱਠ ਚੱਲ। ਕੁਛ ਕਿਹਾ? ਕੁਛ ਨਹੀਂ, ਹੌਲੀ ਉੱਤਰ। ਮੈਂ ਤੇਰੇ ਹੱਡ ਤੋੜਦਾ। ਤੂੰ ਇੱਥੇ ਕਰਦਾ ਓਏ, ਕੁੜੀ ਵੀ ਤਾਂ ਕਰਨਾ ਆ। ਦੱਸ ਬਈ। ਧੰਨਵਾਦ ਭਰਾਵਾ ਮੈਨੂੰ ਘਰੋਂ ਲੈ ਕੇ ਆਉਣ ਲਈ, ਹੁਣ ਸ਼ੂਟ ਵੱਟ ਜਾ ਪਿੰਡ ਨੂੰ। ਮੈਂ ਸਮਝਿਆ ਨੀ। ਬੱਲੇ ਓ ਗਰਦਾਰੀ, ਤੂੰ ਹਲੇ ਤੱਕ ਨੀ ਸਮਝਿਆ? ਓਏ ਮੇਰੀ ਆ, ਮੇਰੇ ਨਾਲੇ ਜਾਊ। ਜੇ ਤੇਰੀ ਆ ਫਿਰ ਮੇਰੇ ਨਾਲ ਕਿਉਂ ਆਈ ਆ? ਕਿਉਂਕਿ ਮੇਰੇ ਤੇ ਕੋਈ ਸ਼ੱਕ ਨੀ ਕਰੂ, ਤੇ ਇਹਦਾ ਜੀਜਾ ਹੁਣ ਤੇਰੇ ਹੱਡ ਜ਼ਰੂਰ ਭੰਨੂ। ਇਹਦਾ ਮਤਲਬ ਜੋ ਤੂੰ ਕਿਹਾ ਉਹ ਸਭ ਝੂਠ ਸੀ? ਇਹ ਤਾਂ ਫਿਰ ਮਾੜੀ ਗੱਲ ਹੋਈ ਨਾ। ਪਰ ਜੇ ਹੁਣ ਮੇਰੇ ਨਾਲ ਆਈ ਹੈ, ਜਾਏਂਗੀ ਵੀ ਮੇਰੇ ਨਾਲ ਹੀ। ਕਿੱਥੇ, ਤੇਰੇ ਪਿੰਡ? ਨਾ, ਇਹ ਮੇਰੇ ਭਾਈ ਦੇ ਸਾਲੇ ਦੀ ਸਾਲੀ ਹੈ, ਉਸ ਘਰ ਦੀ ਇਮਾਨਤ ਹੈ, ਉੱਥੇ ਹੀ ਜਾਊਗੀ। ਕੀ ਕਰੇਂਗਾ ਓਏ? ਬੱਲੀ, ਬੱਲੀ ਇਹਨੂੰ ਛੱਡ ਦੇ, ਸਿਧਰਾ ਜਿਹਾ ਹੈ, ਆਪਾਂ ਚੱਲਦੇ ਹਾਂ ਨਾ। ਸਿਧਰੇ ਤੇ ਸਿੱਧੇ 'ਚ ਬੜਾ ਫਰਕ ਹੁੰਦਾ, ਮੈਂ ਸਿੱਧਾ ਹੈ ਤੇ ਮੇਰੇ ਹੁੰਦੇ ਕੋਈ ਪੁੱਠਾ ਕੰਮ ਨਹੀਂ ਹੋ ਸਕਦਾ। ਕੀ ਕਰ ਲਏਗਾ ਤੂੰ? ਜੱਟ ਦਾ ਪੁੱਤ ਹਾਂ, ਸੁਹਾਗਾ ਮਾਰ ਕੇ ਜ਼ਮੀਨ ਪੱਧਰੀ ਕਰ ਦੇਈ ਦੀ ਆ, ਤੂੰ ਤਾਂ ਚੀਜ਼ ਜਿਗੀ ਆ।
ਬੀਬੀ ਚੱਕ ਦਾ ਫੱਟੇ ਸਾਲੇ ਦੇ। ਹੁਣ ਤਾਂ ਤੈਨੂੰ ਮੇਰਾ ਕੀਤਾ ਹੋਇਆ ਜ਼ਹਿਰ ਵਰਗਾ ਲੱਗਦਾ ਹੋਊ, ਪਰ ਇੱਕ ਗੱਲ ਯਾਦ ਰੱਖੀ, ਜਿਹੜਾ ਹੱਕ ਨਾਲ ਤੈਨੂੰ ਘਰ ਤੁਲ ਜਾਣ ਦੀ ਹਿੰਮਤ ਨਹੀਂ ਨਾ ਰੱਖਦਾ ਉਹ ਪਿਆਰ ਕੀ ਨਿਭਾਊਗਾ। ਤੇਰੇ ਵਰਗੀ ਕੁੜੀ ਲਈ ਤਾਂ ਬੰਦਾ ਮੌਤ ਨਾਲ ਮੱਥਾ ਲਾ ਲੇ, ਇਹ ਸਾਲਾ ਘਰਦਿਆਂ ਨਾਲ ਗੱਲ ਨਹੀਂ ਕਰ ਸਕਿਆ। ਚੰਗਾ ਭਾਬੀ ਸਿੰਘ ਜੀ, ਮੈਂ ਚੱਲਦਾ ਆਪਣੇ ਪਿੰਡ ਨੂੰ, ਬਥੇਰਾ ਦੇਖ ਲਿਆ ਤੇਰਾ ਪਿੰਡ। ਆ ਕੀਤੀ ਨਾ ਮਰਦਾਂ ਵਾਲੀ ਗੱਲ ਗਰਦਾਰੀ ਨੇ, ਜਾ ਜਾ ਕੇ ਖੁਦ ਛਾਲ ਮਾਰ ਕੇ ਮਰ ਜਾ। ਬਾਪੂ, ਓ ਬਾਪੂ, ਓ ਬਾਪੂ ਸਿੰਘ ਜੀ, ਉਦੋਂ ਕੀ ਕਹਿੰਦਾ ਸੀ ਪਿਛਲੀ ਵਾਰੀ ਤੇਰਾ ਸੀਨਾ ਜਿਹਾ ਕੀ ਹੋ ਗਿਆ ਸੀ? ਛਲਣੀ ਛਲਣੀ, ਹੁਣ ਤੇਰਾ ਸੀਨਾ ਚੌੜਾ ਨਹੀਂ ਹੋਇਆ? ਬਈ ਮੇਰਾ ਪੁੱਤ ਮੱਗਰ ਸਿਉਂ ਇੰਨਾ ਚੰਗਾ ਕੰਮ ਕਰਕੇ ਆਇਆ, ਨਾ ਦੰਦੀਆਂ ਕੱਢਣੇ ਵਾਲੀ ਕੀ ਗੱਲ ਆ? ਲੋਕ ਵੀ ਮੇਰੇ ਪੁੱਤ ਦੇ ਸਾਲੇ ਏਡੇ ਖਰਾਬ ਨੇ ਨਾ, ਮਾੜੀ ਗੱਲ ਦੇ ਉੱਤੇ ਵੱਡੂ ਖੰਮ ਕਰਨ ਨੂੰ ਜਾਂਦੇ ਨੇ, ਤੇ ਚੰਗੀ ਗੱਲ ਦੇ ਉੱਤੇ ਸਾਲਾ ਕੋਈ ਸਾਬਾਸੇ ਨਹੀਂ ਦਿੰਦਾ। ਚਾਚਾ ਚਾਚਾ, ਕਈ ਵਿਹਲੀ ਆ? ਉਹ ਛੱਡ ਕੇ ਹੀ ਨੂੰ, ਤੂੰ ਦੱਸ ਤੇਰੀ ਬੇਬੇ ਵਿਹਲੀ ਆ? ਕਿਉਂ, ਕੀ ਕਰਾਉਣਾ? ਮੇਰੇ ਬਾਪੂ ਦੀਆਂ ਲੱਤਾਂ ਘਟਾਉਣੀਆਂ ਸੀ। ਹੋਰ ਨੀ ਕਹ, ਹੋਰ ਨੀ ਕਹੋ, ਸਾਲੇ 24 ਘੰਟੇ ਮੰਗਣ ਤੁਰੇ ਰਹਿੰਦੇ ਆ। ਬਾਪੂ ਤਾਂ ਝਾਕਦਾ ਹੀ ਰਹਿਣਾ ਉੱਧਰ, ਮੈਂ ਮਰ ਜੂਗਾ, ਮੈਨੂੰ ਤਾਂ ਭੂਤ ਘੇਰੀ ਖੜੇ ਨੇ। ਭੂਤ ਨੀ, ਤੈਨੂੰ ਜਮਦੂਤ ਘੇਰੀ ਖੜੇ ਨੇ, ਇੰਨਾ ਨਸ਼ਾ ਕੀਤਾ ਹੋਇਆ ਉੱਤੋਂ ਲੱਡੂ ਖਾਈ ਜਾਂਦਾ, ਉਹ ਕੋਈ ਨਿੰਬੂ ਨੁੰਬੂ ਚੱਟ ਲਾ। ਤੇਰੇ ਸਹੁਰੇ ਤੋਂ ਆਈ ਹੈ ਭਾਜੀ? ਮੇਰੇ ਸਹੁਰੇ ਤੋਂ ਤਾਂ ਮੈਂ ਵੀ ਆਈ ਹੈ, ਕੱਲ ਨੂੰ ਕਹੇਗਾ ਮੈਂ ਉਹ ਖਾਣੀ ਹੈ। ਤੇਰੇ ਵਰਗੇ ਭੰਗੀ ਨਾ ਜਾਂ ਰੋਂਦੇ ਜਾਂਦੇ ਆ, ਜਹਾਨ ਤੋਂ ਜਾਂ ਹੱਸਦੇ ਜਾਂਦੇ ਆ। ਜੇਠੂ ਭਾਈ, ਆ ਮੈਂ ਜਿਹੜਾ ਕੁਛ ਜੱਗਰ ਬਾਈ ਦੇ ਸਹੁਰੇ ਕੀਤਾ ਨਾ, ਇਹ ਸਾਰਾ ਕੁਛ ਆਪ ਹੀ ਹੋ ਗਿਆ ਮੈਥੋਂ। ਆ ਰੂੜੇ ਦੇ ਸਹੁਰੇ ਵੀ ਆਪ ਹੀ ਹੋ ਗਿਆ ਹੋਣਾ ਹੈ? ਉਹੀ ਤਾਂ ਗੱਲ ਆ ਬਾਈ, ਮੈਨੂੰ ਨਾ ਚੰਗੇ ਮਾੜੇ ਦੀ ਸਮਝ ਨਹੀਂ ਲੱਗਦੀ ਹੈਗੀ। ਜੇ ਭਲਾ ਦੀ ਚੰਗਾ ਵੀ ਬੰਦਾ ਕਰਦਾ ਤੇ ਮਾੜਾ ਵੀ ਬੰਦਾ ਕਰਦਾ, ਫਿਰ ਬੰਦਾ ਇਕੱਲਾ ਚੰਗਾ ਹੀ ਕਿਉਂ ਨਹੀਂ ਕਰਦਾ? ਚੰਗਾ ਤਾਂ ਦੇਵੀ ਦੇਵਤੇ ਕਰਦੇ ਆ। ਤੇ ਫਿਰ ਬੰਦੇ ਬਣਾਉਣ ਦੀ ਕੀ ਲੋੜ ਆ? ਰੱਬ ਨੂੰ ਇਕੱਲੇ ਦੇਵੀ ਦੇਵਤੇ ਹੀ ਬਣਾਉਣੇ ਚਾਹੀਦੇ ਆ। ਲੈ ਵੇ, ਤੂੰ ਤਾਂ ਦਿਨੋ ਦਿਨ ਸਿਆਣਾ ਹੋਈ ਜਾਣਾ, ਹੁਣ ਤਾਂ ਲੱਗਦਾ ਸਾਕ ਕਰਾਉਣਾ ਹੀ ਪਊ। ਸੱਚੀ ਭਾਬੀ? ਲੈ ਹੋਰ ਕੀ, ਮੈਂ ਤਾਂ ਜਿਹੜੇ ਬੋਲ ਕਰਤੇ ਪੁਗਾ ਕੇ ਹਟੂ। ਲੈ ਫਿਰ ਖੱਟ ਲੈ ਪੁੰਨ ਭਾਬੀ, ਮੈਨੂੰ ਲਿਆ ਦੇ ਕੋਈ ਨਾਭੇ ਦੀ ਬੋਤਲ ਅਰਗੀ। ਹੁਣ ਤਾਂ ਸਮਝ ਲੈ ਗੱਲ ਪੱਕੀ ਹੋਇਆ, ਕੁੜੀ ਨਾਭੇ ਦੀ ਹੋਇਆ, ਮੇਰੀ ਭਾਬੀ ਦੀ ਛੋਟੀ ਭੈਣ ਕੁਲਜੀਤ। ਕੁਲਜੀਤ, ਕੁਲਜੀਤੋ, ਮੈਂ ਕੀ ਕਰੂੰਗਾ? ਨੀ ਕੁਲਜੀਤੇ। ਕੀ ਸੋਚੀ ਜਾਨਾ ਪੁੱਤ? ਖਾਸਾ ਕੁਛ, ਕੁਲਜੀਤ ਬਾਰੇ ਤੇ ਦੁਨੀਆ ਬਾਰੇ। ਕੁਲਜੀਤ ਦਾ ਤਾਂ ਆਉਣ ਵਾਲਾ ਵੇਲਾ ਹੀ ਦੱਸੋ, ਤੂੰ ਦੁਨੀਆ ਦੀ ਦੱਸ। ਦੁਨੀਆ ਤਾਂ ਮੇਰੇ ਪੁੱਤ ਦੀ ਕਲੋਟੀ ਆ ਬੀਬੀ। ਕਿਵੇਂ? ਦੁਨੀਆ ਉਹੋ ਜਿਹੀ ਨਹੀਂ ਹੈਗੀ ਜਿਹੋ ਜਿਹੀ ਹੋਣੀ ਚਾਹੀਦੀ ਆ, ਇੱਥੇ ਸਾਰਾ ਕੁਛ ਪੁੱਠਾ ਹੀ ਹੁੰਦਾ। ਆਪਣੇ ਆਪ ਨੂੰ ਉਹੋ ਜਿਹਾ ਬਣਾਈਏ ਜਿਹੋ ਜਿਹਾ ਅਸੀਂ ਦੂਜਿਆਂ ਨੂੰ ਦੇਖਣਾ ਤੇ ਸੁਣਨਾ ਚਾਹੁੰਦੇ ਹਾਂ। ਹਾਂ, ਮਾਵਾਂ ਕਿੰਨੀਆਂ ਸੋਹਣੀਆਂ ਗੱਲਾਂ ਦੱਸਦੀਆਂ ਬੀਬੀ, ਫਿਰ ਵੀ ਪਤਾ ਨਹੀਂ ਰੱਬ ਉਹਨਾਂ ਨੂੰ ਕਿਉਂ ਲੈ ਜਾਂਦਾ। ਮੇਰੇ ਨਾਲ ਤਾਂ ਧੱਕਾ ਹੀ ਹੋਇਆ, ਰੱਬ ਤੈਨੂੰ ਲੈ ਗਿਆ। ਜੇ ਤੂੰ ਹੁੰਦੀ ਨਾ ਬੀਬੀ, ਮੈਂ ਅਜਿਹਾ ਨਹੀਂ ਸੀ ਹੋਣਾ। ਮੈਂ ਭਾਬੀ ਕਦ ਚੱਲੀਏ ਫਿਰ ਤੇਰੇ ਪੇਕਿਆਂ ਨੂੰ? ਤੂੰ ਕਹਿ ਕੇ ਆਪਣੀ ਭਰਜਾਈ ਨੂੰ ਸੱਦ ਲਈ, ਰਾਬੇ ਵਾਲੀ ਨੂੰ ਵੀ ਉੱਥੇ ਹੀ ਹੈ। ਬਈ ਤੂੰ ਤਾਂ ਬਾਹਲਾ ਹੀ ਤੱਤਾ ਹੁੰਦਾ, ਚੱਲਾਂਗੇ ਛੇਤੀ। ਬਈ ਮੈਂ ਤਾਂ ਜਿੱਦਣ ਜਾਣਾ ਨਾ, ਮੈਂ ਤਾਂ ਗੱਡਮਾ ਜਿਹਾ ਕੁੜਤਾ ਚਾਦਰਾ ਪਾ ਕੇ ਬੰਨ ਕੇ ਤੁਰਲੇ ਵਾਲੀ ਪੱਗ ਆ ਵਿਹੜੇ ਦੇ ਵਿੱਚ ਖੜੇ ਹੋ ਕੇ ਕਹਿਣਾ ਵੀ ਹੈ। ਹਾਏ ਨੀ ਆਪਾ ਪੱਟੇ ਗਏ ਨੀ ਪਰਸੇ ਨੀ ਆ।
ਭਾਬੀ ਦੇ ਪੇਕੇ ਜਾਣ ਦਾ ਸੱਦਾ ਆ ਗਿਆ। ਤਿਆਰ ਹੋ ਜਾਓ, ਦੋ ਤਿੰਨ ਵਜੇ ਲਾਂਬੂ ਲਾਉਣਾ। ਮੈਂ ਉਹ ਸੰਤ ਕੇ ਵੀ ਬੋਲਦਾ, ਉਹਦੇ ਵੀ ਤਾਂ ਨਾਨਕੇ ਸੀ। ਕੁੜੇ ਊਂ ਤਾਂ ਤਾਏ ਦੀ ਸੁੱਖ ਨਾਲ ਉਮਰ ਖਾਸੀ ਸੀ, ਵੱਡਿਆਂ ਦਾ ਤਾਂ ਸਹਾਰਾ ਹੁੰਦਾ। ਵੇ ਸਾਨੂੰ ਕੀ ਦੇ ਸਾਰੇ ਛੱਡ ਕੇ ਤੁਰ ਗਿਆ ਮਾਮਲਾ। ਨਾ ਤੈਨੂੰ ਕਾਹਦਾ ਚਾ ਚੜਿਆ ਵੇ, ਮੇਰਾ ਦਾਦਾ ਪੂਰਾ ਹੋ ਗਿਆ। ਭਾਬੀ ਇਸ ਦੁੱਖ ਦੀ ਘੜੀ ਦੇ ਵਿੱਚ ਨਾਭੇ ਵਾਲੀ ਆਊਗੀ। ਸਰ ਇਹੀ ਪਿਆ ਤੇਰਾ, ਲੀੜੇ ਬਦਲੋ, ਆਪਾਂ ਬਾਪੂ ਨੂੰ ਲਾਂਬੂ ਲਵਾਉਣ ਵੀ ਜਾਣਾ। ਕਈ ਵਾਰੀ ਤਾਂ ਬਾਬਾ ਐਂ ਲੱਗਦਾ ਜਿਵੇਂ ਮੋਢੇ 'ਤੇ ਬੈਠਾ ਉਹਨਾਂ ਤੂੰ, ਇੰਨੀ ਛੇਤੀ ਸੁਣੀ। ਮੱਗਰ ਸਿਆ ਬਦਲਣਾ ਕੱਪੜੇ, ਨਾਭੇ ਵਾਲੀ ਨੂੰ ਮਿਲਣ ਜਾਣਾ। ਉਹ ਗਰਦਾਰੀ ਜਾਣਾ ਕਿ ਨਹੀਂ? ਉਹ ਮੈਂ ਹੀ ਤਾਂ ਜਾਣਾ ਵਾਂ, ਆ ਗਿਆ ਬਸ। ਥੱਲੇ ਨੀ ਗਿਰਦਾਰੀ ਲਾਲ, ਸ਼ਾਵਾ ਨੀ ਗਿਰਦਾਰੀ ਚਲੀਏ। ਬਾਪੂ ਜਾਣ ਦੀ ਘੱਟੋ ਘੱਟ ਮੇਰਾ ਵਿਆਹ ਦੇਖ ਜਾਂਦਾ। ਭਾਬੀ ਨਾਭੇ ਵਾਲੀ ਕਿੱਥੇ ਆ? ਉਹ ਗੋਲੀ ਜੀ ਜਿਹੜੀ ਪੌੜੀਆਂ ਕਰਨੀ ਖੜੀ, ਚੁੱਪ ਚੁੱਪ ਜੀ, ਉਹ ਹੈ ਰੁਕ ਇੱਕ ਮਿੰਟ। ਠੀਕ ਹੈ। ਭੈਣੇ ਚੁੱਪ ਕਰ, ਰੋ ਕੇ ਕੀ ਬਣਨਾ, ਸੋਹਣੀ ਉਮਰ ਭੋਗੀ ਆ ਬਾਬੇ ਨੇ। ਨਾ ਭਾਈ ਨਾ, ਰੋ ਲੈਣ ਦੇ ਨਾਭੇ ਵਾਲੀ ਨੂੰ। ਤੂੰ ਬੁੱਕੀ ਜਾ, ਇਹਨੂੰ ਮਾਰਨਾ ਰਵਾ ਕੇ। ਨਾਲੇ ਭੈਣੇ ਸਾਹਮਣੇ ਜੀਜਾ ਬੈਠਾ ਘੂਰੀ ਜਾਂਦਾ ਤੂੰ, ਤੇ ਤੂੰ ਬਗਾਨੇ ਬੰਦੇ ਨੂੰ ਚੁੱਪੀ ਪਈ ਖੜੀ ਆ। ਨਾਭੇ ਵਾਲੀ ਨਹੀਂ ਸੀ? ਸੀਦਾ ਕੀ ਮਤਲਬ? ਹੈਗੀ ਆ ਨਾਭੇ ਵਾਲੀ? ਇਹ ਵਿਆਹੀ ਹੋਈ ਆ। ਉਹ ਜੇ ਵਿਆਹੀ ਹੋਈ ਆ ਤਾਂ ਹੀ ਤਾਂ ਇੱਥੇ ਆ, ਸਹੁਰੇ ਨੇ ਉਹਦੇ। ਇਹ ਤੂੰ ਇਹਨੂੰ ਕਿਵੇਂ ਜਾਣਦੀ ਆ? ਕਰ ਲੋ ਕਿਉਂ ਭਾਂਡਾ, ਮੈਂ ਇਹਦੀ ਛੋਟੀ ਭੈਣ ਆ ਕੁਲਜੀਤ, ਨਾਭੇ ਤੋਂ। ਮੈਂ ਵੀ ਨਾਭੇ ਵਾਲੀ ਆ। ਹਾਏ ਕੁਲਜੀਤੇ, ਗੱਲ ਲੱਗ ਕੇ ਰੁਈਏ ਕੁਲਜੀਤੇ। ਇਹ ਪਰਾਂ ਮਾਰੇ 90 ਸਾਲ ਦਾ ਹੋ ਕੇ ਮਰਿਆ ਬੜਾ, ਇਹ ਤਾਂ ਵੱਡਾ ਕਰੀ ਜਾਂਦੇ ਨੇ ਬੜੇ ਦਾ, ਤੇ ਤੈਨੂੰ ਰੋਂਦੀ ਪਈ ਆ। ਕੁੜੀ ਇਹ ਜੀ ਹੋਵੇ ਜਿਹਨੂੰ ਤੁਰਦੀ ਨੂੰ ਦੇਖ ਕੇ ਐ ਲੱਗੇ ਜਿਵੇਂ ਨਹਿਰ ਦਾ ਪਾਣੀ ਵਗਦਾ ਹੁੰਦਾ, ਜਿਹਦੀ ਚੁੰਨੀ ਦਾ ਲੜ ਧਰਤੀ ਦਾ ਸਿਰ ਪੜੋਸਦਾ ਜਾਂਦਾ ਹੋਵੇ।
ਬਾਈ ਬੁੜੀਆਂ ਤਾਂ ਆਈਆਂ ਨੀ, ਤੁਸੀਂ ਪਹਿਲਾਂ ਤੁਰ ਪਏ। ਬੁੜੀਆਂ ਨੀ ਜਾਂਦੀਆਂ ਹੁੰਦੀਆਂ, ਉਹਨਾਂ ਦਾ ਦਿਲ ਹੌਲਾ ਹੁੰਦਾ। ਅੱਛਾ ਜੀ, ਮੈਂ ਤਾਂ ਫਿਰ ਉਈ ਆ ਗਿਆ, ਮੇਰਾ ਵੀ ਤਾਂ ਦਿਲ ਇੰਨਾ ਹੌਲਾ ਹੈ। ਆਪਾਂ ਚੱਲੀਏ ਫਿਰ ਅੱਜ, ਤੁਸੀਂ ਰਹੋ ਅੱਜ ਇੱਥੇ, ਫਿਰ ਆਪਾਂ ਕੀ ਕਰਨਾ। ਮੈਂ ਤੇ ਨਾਲ ਨਹੀਂ ਗਿਆ। ਲਿਆ ਪੁੱਤ ਮੈਂ ਵੀ। ਕਿਉਂ ਪਤਾ ਤਾਂ ਹੈ ਤੈਨੂੰ ਭਾਬੀ। ਚੱਲ ਜਾ। ਮਿੱਦੀ ਨਾ ਜਾਈ ਬੇਬੇ। ਮੈਂ ਮੂਰਖਾ ਐਂ ਜਨਾਨੀਆਂ 'ਚ ਵੜ ਕੇ ਨਹੀਂ ਬੈਠੀ ਦਾ ਹੁੰਦਾ। ਕੁਲਜੀਤ ਵਰਗੀ ਕੁੜੀ ਨੂੰ ਪੱਟਣ ਵਾਸਤੇ ਉਹਨਾਂ ਸਿਆਣੀਆਂ ਗੱਲਾਂ ਕਰਨੀਆਂ ਪੈਣੀਆਂ ਨੇ। ਤੂੰ ਤਾਂ ਉਹਦੇ ਕੰਨੀਆਂ ਝਾਕਦਾ ਜਿਵੇਂ ਸਾਬਤੀ ਨੂੰ ਮੂੰਹ 'ਚ ਪਾ ਜਾਏਗਾ। ਉਹ ਭਾਬੀ ਸੁਨੱਖੀ ਉਹ ਵਾਲੀ ਆ, ਮੈਨੂੰ ਤਾਂ ਆਹ ਘਰ ਵਿਆਹ ਵਾਲਾ ਲੱਗੀ ਜਾਂਦਾ। ਕਿਤੇ ਮੁੜ ਨਾ ਜਾਵੇ, ਉਹਨੂੰ ਰੋਕ ਲੈ ਭਾਬੀ। ਵੀ ਉਹ ਤਾਂ ਭੋਗ ਤੱਕ ਇੱਥੇ ਰਹੂ, ਤੂੰ ਵੀ ਨਾ ਪਿੰਡ ਨੂੰ ਮੁੜੀ। ਚੰਗੇ ਚੰਗੇ ਕੰਮ ਕਰਕੇ ਉਹਦਾ ਧਿਆਨ ਖਿੱਚ ਆਪਣੇ ਕੰਨੀ, ਨਾਲੇ ਐਂ ਪਤਾ ਕਰ ਵੀ ਉਹਨੂੰ ਕੀ ਪਸੰਦ ਹੈ ਕੀ ਨਹੀਂ। ਪਰ ਕੀ ਤੂੰ ਪਤਾ ਕਰਾਂ? ਮੈਂ ਦੱਸ ਦਿੰਦੀ ਹਾਂ। ਮੈਨੂੰ ਸ਼ੱਕਰ ਪਾਰੇ, ਇਮਲੀ, ਰੱਜ ਕੇ ਸੋਣਾ, ਰੋੜੇ ਖੇਡਣਾ ਤੇ ਪਿੰਗ ਚਿੱਟਣਾ ਪਸੰਦ ਆ। ਓਸ਼ਾ, ਮੈਨੂੰ ਗੋਲੀਆਂ ਖੇਡਣਾ, ਗੁੱਲੀ ਡੰਡਾ, ਮਿੱਸੀ ਰੋਟੀ ਤੇ ਬੀਬੀ ਨਾਲ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ। ਮੈਨੂੰ ਚੁਗਲੀਆਂ ਚੰਗੀਆਂ ਨਹੀਂ ਲੱਗਦੀਆਂ। ਮੈਨੂੰ ਪੁੱਠਾ ਬੋਲਣਾ ਚੰਗਾ ਨਹੀਂ ਲੱਗਦਾ। ਅੱਖ ਮਾਰਨ ਵਾਲੇ ਬੰਦੇ ਤੇ ਮੈਨੂੰ ਭੋਰਾ ਪਸੰਦ ਨਹੀਂ। ਮੈਨੂੰ ਚਾਲੂ ਜਨਾਨੀਆਂ ਜਮਾਂ ਨਹੀਂ ਜੱਚਦੀਆਂ। ਮੈਨੂੰ ਨਿੱਤ ਨਹਾਉਣਾ ਬਿਮਾਰੀ ਲੱਗਦੀ ਆ। ਮੈਂ ਤਾਂ ਨਹਾਉਂਦਾ ਹੀ ਸੰਕ੍ਰਾਂਤੀ ਸੰਕ੍ਰਾਂਤਾ। ਚੱਲ ਝੂਠਾ, ਸੌਂ ਲੱਗੇ ਸੌਂ ਕੇ ਦੇਖ ਲਾ। ਕਿਉਂ ਮੈਂ ਕੀ ਸੰਗਾ, ਮੈਂ ਕੀ ਤੇਰੀ ਘਰ ਵਾਲੀ ਆ? ਫਿਰ ਬਣ ਜਾ ਮੇਰੀ ਘਰ ਵਾਲੀ, ਕੁੜੇ ਦੇ ਭੋਗ ਦੇ ਨਾਲ ਹੀ ਲਾਵਾ ਲੈ ਲਾਂਗੇ। ਮਸਕਰੀਆਂ ਕਰਦਾ ਸੀ। ਬੋਲ ਹੁਣ। ਉਹ ਬਾਪੂ ਸੱਚੀ ਸੌਂ ਲੱਗੇ ਮੈਨੂੰ ਬੀਬੀ ਦੀ, ਮੈਨੂੰ ਪਤਾ ਹੀ ਨਹੀਂ ਸੀ ਵੀ ਵਿਆਹ ਜੀ ਗੱਲ ਇੰਨੀ ਜ਼ੋਰ 'ਚ ਨਹੀਂ ਕਰਦੇ। ਉਹ ਤੂੰ ਕਿਉਂ ਹਰੇਕ ਥਾਂ 'ਤੇ ਨੱਕ ਵਢਾਉਣ ਦੀ ਸੋਚ ਕਿਉਂ ਨਾ ਹੁੰਦਾ? ਸੰਗ ਸ਼ਰਮ ਹੈ ਨਹੀਂ ਤੈਨੂੰ? ਲੈ ਜੇਠੂ ਬਾਈ, ਇਹਦੇ ਸੰਗ ਵਾਲੀ ਕੀ ਗੱਲ ਹੈ, ਮੈਨੂੰ ਕੁਲਜੀਤ 'ਤੇ ਪਸੰਦ ਹੈ। ਕੁਲਜੀਤ ਕੌਰ ਗਿੱਲ ਹੈ ਮੇਰੀ ਭੈਣ ਦਾ ਨਾਂ। ਅੱਛਾ ਜੀ, ਅੱਜ ਤੱਕ ਜਿੰਨੀਆਂ ਵੀ ਮਿਲੀਆਂ ਨੇ ਨਾ, ਕੁਲਜੀਤ ਕੌਰ ਗਿੱਲ ਦੇ ਤਾਂ ਕੋਈ ਪੈਰ ਵਰਗੀ ਵੀ ਹੈ ਨਹੀਂ। ਵੇ ਤੂੰ ਮੈਨੂੰ ਕਿਤੇ ਨਜ਼ਰ ਹੀ ਨਾ ਲਾ ਦੀ। ਵੇ ਤੇਰਾ ਤਾਂ ਆਵਾ ਹੀ ਉੱਤਿਆ ਪਿਆ, ਕੀਕਣ ਬੋਲਦਾ ਮੇਰੀ ਜੁਆਕੜੀ ਬਾਰੇ? ਤੇਰੇ ਅਰਗੇ ਬਿੱਜੂ ਨਾਲ ਤਾਂ ਮੈਂ ਉਹੀ ਨਾ ਕਰਾਂ ਆਪਦੀ ਕੁੜੀ ਦਾ ਸਾਥ। ਸਾਡਾ ਦਾਦਾ ਮਰਿਆ, ਇਹਨੂੰ ਆਸ਼ਕੀਆਂ ਸੋਚਦੀਆਂ। ਗਰਦਾਰੀ, ਮਾਫੀ ਮੰਗ ਸਾਰਿਆਂ ਤੋਂ ਤੇ ਥੜਕੇ ਨੂੰ ਪਿੰਡ ਨੂੰ ਬਗ ਜੀ। ਮਾਫੀ ਮੂਫੀ ਰਹਿਣ ਦਿਓ, ਹੁਣੇ ਦਬੱਲੋ ਇਹਨੂੰ। ਜੇਠੂ ਭਾਈ ਮਾਫੀ ਕਿਹੜੀ ਗੱਲ ਦੀ, ਇਹੋ ਜਿਹਾ ਮੈਂ ਕੀ ਕਰਤਾ? ਮੈਂ ਕਿਹੜਾ ਕੋਈ ਲੁੱਚੀ ਗੱਲ ਕੀਤੀ ਆ? ਚੁੱਪ ਕਰ ਜਾ ਖਸਮਾ। ਮੈਂ ਕਰਾਵਾਂ ਚੁੱਪ, ਜੀਜੇ ਦੇ ਮੂੰਹ ਨੂੰ ਚੁੱਪਾਂ। ਹੱਦ ਹੋ ਗਈ ਤੁਹਾਡੇ ਸਾਰਿਆਂ ਦੀ, ਕਿਵੇਂ ਹੱਥ ਧੋ ਕੇ ਮਗਰ ਪਏ ਨੇ ਵਿਚਾਰੇ ਦੇ, ਇਹਨੇ ਕਿ ਜਗੋ ਤੇਰਵੀਂ ਕਰਤੀ। ਤੂੰ ਚੁੱਪ ਕਰ ਕੁਲਜੀਤੇ। ਹੈਂ? ਕੁਲਜੀਤ ਕਰ ਗਿਆ। ਮੈਂ ਰੱਖਣਾ ਮਾਰੂ ਇੱਕ ਤੇਰੇ।
ਕਿ ਤੁਹਾਨੂੰ ਬੋਲਣਾ ਆਉਂਦਾ? ਅਗਲੇ ਨੇ ਕਹਿਤੀ ਜੋ ਦਿਲ ਚਾਹੀ। ਮੈਂ ਕਿਹੜਾ ਗਾਹਾਂ ਦੀ ਇਹਨਾਂ ਲਾਵਾਂ ਲੈ ਕੇ ਚੱਲੀ ਆ। ਪੈਰ ਤਾਂ ਪੱਟ, ਜੇ ਡੱਕਰੇ ਨਾ ਕਰਤੇ ਤਾਂ ਕਹੀਂ। ਅੱਛਾ ਕਾਕਾ ਬਲੀ ਬਚਦਾ ਫਿਰ ਤੂੰ ਵੀ ਨਹੀਂ ਹੈਗਾ। ਜਿਹੜਾ ਕੁਲਜੀਤ ਕੌਰ ਗਿੱਲ ਨੂੰ ਹੱਥ ਲਾਊਗਾ ਨਾ, ਉਹਨੂੰ ਤਾਂ ਮੈਂ ਛਿੱਲ ਕੇ ਧਰ ਦੂੰ। ਹੋਏ ਕੁਲਜੀਤ ਵਰਗੀਆਂ ਕੁੜੀਆਂ ਤਾਂ ਹਰ ਘਰ 'ਚ ਹੋਣੀਆਂ ਚਾਹੀਦੀਆਂ ਨੇ। ਇਹੋ ਜਿਹੀਆਂ ਕੁੜੀਆਂ ਤਾਂ ਹਨੇਰੇ 'ਚ ਦੀਵੇ ਵਾਂਗੂ ਜਗਦੀਆਂ ਨੇ। ਮਗਰਾ ਹਾਂ ਯਾਰ, ਹੁਣ ਤਾਂ ਤੈਨੂੰ ਵੀ ਪਤਾ ਲੱਗ ਗਿਆ ਹੋਣਾ ਬਈ ਇਸ਼ਕ ਦੇ ਗਨਾਹ ਸਾਲੇ ਦੋਵੇਂ ਇੱਕੋ ਜਾਤ ਦੇ ਨੇ। ਬੰਦੇ ਨੂੰ ਆਪਦਾ ਜਾ ਬਣਾ ਕੇ ਕਿਸੇ ਜੋਗਾ ਨਹੀਂ ਛੱਡਦੇ। ਮੈਨੂੰ ਲੱਗਦਾ ਬਾਪੂ ਤੇਰਾ ਸੀਨਾ ਐਤਕੀ ਫੇਰ ਛਲਣੀ ਜਿਹਾ ਹੋ ਗਿਆ ਹੋਣਾ। ਮੇਰੇ ਕੀਤੇ ਦਾ ਵੱਡਾ ਹੀ ਸਦਮਾ ਲੱਗਿਆ ਲਾਦਾ ਤੈਨੂੰ। ਨਾ ਨਾ, ਐਂ ਤਾਂ ਮਰਦਾਂ ਵਾਲਾ ਪੂਰਾ ਕਾਣਾ ਤੇਰੇ ਚ। ਓਸ਼ਾ ਫਿਰ ਮਿਰਜੇ ਵਾਂਗੂ ਲਿਆਵਾਂ ਕੁਲਜੀਤ ਨੂੰ ਕੱਢ ਕੇ। ਬੋਲਾ ਮਿਰਜਾ ਤਾਂ ਵੱਢਤਾ ਸੀ ਅਗਲਿਆਂ ਨੇ। ਓਸ਼ਾ ਤਾਕ ਹੁੰਦਾ ਰਜਾਮੰਦੀ ਨਾਲ, ਧੱਕੇ ਨਾਲ ਤਾਂ ਕਬਜ਼ੇ ਲੈ ਜਾਂਦੇ ਆ। ਸੱਤ ਵਚਨ ਬਾਪੂ ਜੀ। ਲੈ ਬਾਈ ਹੁਣ ਮੇਰਾ ਚਿੱਤ ਜਾ ਖੜ ਗਿਆ। ਇਹ ਤੂੰ ਛੜਾ ਨਹੀਂ ਮਰਦਾ, ਕਰਤਾਰ ਬਣਾਓ ਤੇਰਾ ਸੰਜੋਗ। ਕਰਤਾਰ ਕੌਣ? ਬਰਾਲਾ। ਓਸ਼ਾ ਜੀ ਭੂਆ ਹੀ ਦਿੰਦੀ ਆ, ਫੁੱਫੜ ਨਹੀਂ ਦਿੰਦਾ ਹੋਣਾ ਤੁਹਾਨੂੰ। ਬਾਪੂ ਸਿਰ ਤਾਂ ਪਲੋਸ ਦੇ। ਜਿਉਂਦੀ ਰਿਹਾ ਭੈਣੇ, ਵੁੱਡ ਸੁਹਾਗਣ ਹੋਵੇ। ਤੇਰਾ ਸਿਰ ਤਾਂ ਮੈਂ ਪਲੋਸਣਾ, ਇੱਥੋਂ ਵੱਡੀ ਆ ਮੈਂ। ਓਸ਼ਾ ਜੀ ਓਏ ਟਾਂਗੇ ਵਾਲੇ ਦਾ ਕਿਰਾਇਆ ਦਵੇਗਾ ਕਿ ਮੈਂ ਦਵਾਂ ਫੇਰ? ਓ ਬ੍ਰਾਹਮਣਾ ਭੜਕਾਉਣਾ ਤਿਆਰੀ ਹੈ ਨੀ। ਜੀਜਾ ਨਵੇਂ ਲੀੜੇ ਲੁੜੇ ਤਾਂ ਸਵਾ ਲੈਣ ਤੇ ਸਾਨੂੰ। ਲੈ ਲੀੜੇ ਬਥੇਰੇ ਨੇ, ਅਸੀਂ ਤਾਂ ਸਾਰੇ ਨਾਲ ਹੀ ਚੱਲਾਂਗੇ। ਤੂੰ ਤਾਂ ਮੇਰੇ ਵਾਲਾ ਕੁੜਤਾ ਚਾਦਰਾ ਪਾ ਲਈ ਜਿਹੜਾ ਪੁਰਾਣ ਸਮੇਂ ਆਇਆ ਤੀ ਵਿਸਾਖੀ ਤੇ। ਨਾ ਇਹਨੂੰ ਨੀ ਲੈ ਕੇ ਆਉਣਾ ਵਿਆਹ ਦੇ, ਇਹਨੇ ਥਾਂ ਥਾਂ ਥੂ ਥੂ ਕਰਾਉਣ ਦਾ ਠੇਕਾ ਲਿਆ ਪਿਆ। ਮੈਂ ਆਪਦੀ ਭੈਣ ਦੇ ਵਿਆਹ ਦੇ ਵਿੱਚ ਸਿਆਪਾ ਨੀ ਪਾਉਣਾ ਯਾਰ ਕੋਈ। ਉਹ ਚੱਲ ਸਾਊ, ਜਿਵੇਂ ਤੂੰ ਕਹੇਗਾ ਉਵੇਂ ਕਰ ਲਾਂਗੇ। ਲੈ ਚੱਕ ਜੀਜਾ ਦੁੱਧ। ਓਹ ਤੂੰ ਤਾਂ ਸ਼ਰਾਬ ਜੂਲਸ ਰਿਹਾ। ਓਏ ਤੈਨੂੰ ਬੋਲਣ ਦੀ ਅਕਲ ਨਹੀਂ, ਚਲੋ ਸੁਣਾ ਕੀ ਹੁੰਦਾ। ਲੈ ਜੱਠੂ ਬਾਈ ਤੂੰ ਆਪ ਹੀ ਤਾਂ ਕਹਿਣਾ ਹੁੰਦਾ ਵੀ ਦੁੱਧ ਛਕੀਦਾ ਹੁੰਦਾ ਤੇ ਸ਼ਰਾਬ ਝੁਲਸੀ ਦੀ ਹੁੰਦੀ ਆ। ਲੈ ਓ ਮੇਰੀ ਦਾਰੂ ਪਰਖਦੇ ਹੋ ਯਾਰ ਤੁਸੀਂ, ਤੁਸੀਂ ਬੜੀ ਗਾਹ ਮੈਨੂੰ ਬੱਕਰੇ ਨਾਲ ਪਿਆਤੀ ਯਾਰ। ਮੈਲੋ ਉੱਠ ਜੀਜੇ, ਹੁਣੇ ਤਾਂ ਆਇਆ ਤੀ, ਮੈਲੀ ਜਾਣ ਦਿੰਦਾ। ਉਹ ਪਿਆਰ ਹੈ ਸਾਲਿਆ, ਮੈਂ ਤਾਂ ਅੰਦਰ ਜਾਣ ਦੀ ਗੱਲ ਕਰਦਾ ਯਾਰ। ਦੇਖੋ ਬਈ ਜਾਂ ਤਾਂ ਮੈਂ ਉੱਠ ਕੇ ਜਾਂਦਾ ਜਾਂ ਇਹਨੂੰ ਕਹੋ ਵਗ ਜੇ ਯਾਰ। ਲੈ ਮੈਂ ਵਗ ਜਾਂਦਾ, ਮੈਂ ਕਿਧਰੇ ਚੂੰਟੀਆਂ ਵੜਤੀਆਂ ਚੀਜ਼ਾਂ। ਮੈਂ ਤਾਂ ਊਂ ਵੀ ਜਾ ਕੇ ਕਬੂਤਰਾਂ ਨੂੰ ਦਾਣਾ ਪਾਉਣਾ ਵਾ। ਆਇਆ ਸਰਦਾਰੋ। ਲੈ ਭਰੋਈਏ ਨੂੰ ਕਦੇ ਝੋਲਸਲਾ ਦੱਸਦਾ, ਕਦੇ ਚੂੰਡੀਆਂ ਵੱਢਦਾ, ਕਹਿੰਦਾ ਕਬੂਤਰਾਂ ਨੂੰ ਸਰਦਾਰੋ। ਹੁਣ ਤਾਂ ਇਹਨੂੰ ਜਮੀ ਨੀ ਲੈ ਕੇ ਆਉਣਾ ਯਾਰ। ਉਹ ਮੈਂ ਤਾਂ ਊਂ ਹੀ ਨੀ ਆਉਣਾ ਹੈਗਾ, ਮੈਂ ਤੇ ਬਾਪੂ ਘਰ ਦਾ ਖਿਆਲ ਰੱਖਾਂਗੇ। ਕਿਉਂ ਬਾਪੂ ਸਿੰਘ ਜੀ? ਨਾ ਬਾਪੂ ਨੂੰ ਤਾਂ ਅਸੀਂ ਨਾਲ ਹੀ ਲੈ ਕੇ ਜਾਣਾ। ਓਸ਼ਾ ਪਰ ਮੈਨੂੰ ਤਾਂ ਕੱਲੇ ਨੂੰ ਘਰੇ ਡਰ ਲੱਗੂਗਾ। ਲੈ ਤੂੰ ਬੀਬੀ ਨੂੰ ਬੁਲਾ ਲਈ, ਦੋਏ ਮਾਂ ਪੁੱਤ ਬੈਠ ਕੇ ਗੱਲਾਂ ਕਰਿਓ ਰੱਜ ਕੇ। ਓਸ਼ਾ ਜੀ
ਕਿਉਂ ਬੀਬੀ ਇਹ ਗੱਲ ਵੀ ਠੀਕ ਆ। ਉਹ ਗੁਰਦਾਰੀ। ਹਾਂ ਬਾਬੂ। ਇੱਥੇ ਕੀ ਕਰੀ ਜਾਂਦਾ? ਉਹ ਆ ਜੀਜੇ ਦਾ ਬਿਸਤਰਾ ਲਾਉਣਾ, ਕਹਿੰਦਾ ਮੈਂ ਕੋਠੇ ਤੇ ਪੈਣਾ ਨੀ। ਗੱਲ ਸੁਣ, ਤੂੰ ਕਿਤੇ ਆਪਦੇ ਜੀਜੇ ਦੀ ਗੱਲ ਦਾ ਗੁੱਸਾ ਤਾਂ ਨੀ ਕਰ ਗਿਆ? ਕਿਹੜੀ ਗੱਲ ਦਾ? ਓਏ ਉਹੀ ਵੀ ਉਹ ਤੈਨੂੰ ਵਿਆਹ ਤੇ ਜਾਣ ਤੋਂ ਮਨਾ ਕਰ ਗਿਆ। ਓ ਲਿਆ ਓਏ, ਉਹਦੇ ਚ ਕੀ ਗੱਲ ਤਾ ਬਾਪੂ, ਉਹ ਮੇਰੇ ਕੰਮ ਹੀ ਗਲੋਟਿਆ, ਜਿੱਥੇ ਜਾਣਾ ਉੱਥੇ ਤਾਂ ਪੰਗਾ ਖੜਾ ਕਰ ਦੇਣਾ। ਨਾ ਨਾ ਨਾ, ਲੈ ਮੇਰਾ ਪੁੱਤ ਤਾਂ ਜਿਹੜੀ ਗੱਲ ਕਰਦਾ ਜਮਾਂ ਸਹੀ ਕਰਦਾ, ਉਹ ਵੱਡੇ ਦਿਮਾਗ ਵਾਲਿਆਂ ਦੇ ਤੇਰੀ ਗੱਲ ਪੱਲੇ ਨਹੀਂ ਪੈਂਦੀ। ਲੈ ਬਾਪੂ, ਉਹ ਤੂੰ ਵੀ ਬੀਬੀ ਵਾਂਗੂ ਬੜੀਆਂ ਬੜੀਆਂ ਛੱਡਣ ਲੱਗ ਗਿਆ, ਜਾ ਕੇ ਪੈ ਜਾ, ਮੇਰੇ ਦਿਮਾਗ 'ਚ ਕੁਛ ਨਹੀਂ ਹੈਗਾ, ਗੁੱਸਾ ਆ ਗਿਆ ਨਾਲੇ ਕੁਛ ਹੋਰ। ਜਦੋਂ ਮੇਰਾ ਵਿਆਹ ਹੋਇਆ ਨਾ, ਮੈਂ ਤਾਂ ਦੂਰ ਨੇੜੇ ਦੇ ਸਾਰੇ ਰਿਸ਼ਤੇਦਾਰ ਸੱਦੂ, ਜਿਹੜੇ ਸਾਲੇ ਨਹੀਂ ਬੋਲਦੇ ਨਾ ਮੇਰੇ ਨਾਲ, ਉਹ ਵੀ ਸੱਦੂ ਵੀ ਆ ਜਾਓ, ਗਿਰਧਾਰੀ ਦਾ ਵਿਆਹ ਹੈ, ਹੋ ਹੀ ਜਾਊਗਾ ਇੱਕ ਦਿਨ। ਜੀਜਾ ਆ ਜਾ। ਜੇ ਮਾੜੀਆਂ ਕਰਤੂਤਾਂ ਨਾ ਕਰਦਾ ਹੁੰਦਾ ਤਾਂ ਅੱਜ ਗੱਡੇ 'ਚ ਨਾਲ ਬੈਠਾ ਹੁੰਦਾ। ਘਰ ਦੀ ਨਿਗਰਾਨੀ ਲਈ ਘਰੇ ਕੋਈ ਸਿਆਣਾ ਬੰਦਾ ਵੀ ਚਾਹੀਦਾ, ਪਸ਼ੂਆਂ ਨੂੰ ਕੱਖ ਕੰਡਾ ਕੌਣ ਪਊ? ਚੱਲ ਚੱਲ ਵਗ ਜਾ। ਉਹ ਜਾ ਤੂੰ। ਮੈਨੂੰ ਸਭ ਪਤਾ, ਤੂੰ ਬੰਦੇ ਅੰਦਰ ਲਿਜਾ ਕੇ ਉਹਨਾਂ ਨਾਲ ਗੰਦੀਆਂ ਗੱਲਾਂ ਕਰਦੀਆਂ। ਹਾਂ ਮੈਂ ਕੰਨ ਤੇ ਮਾਰਨੀ ਤੇਰੇ। ਮਾਰ ਜਿੱਥੇ ਮਰਜ਼ੀ ਲੈ, 12-12 ਡਿਊਟੀ ਨਹੀਂ ਖੇਡਣੀ ਮੈਂ। ਹਾਂ ਆਪਾਂ ਖੇਡੀ ਤਾਂ ਨਾ, ਦਿਓਰ ਭਾਬੀ ਖੇਡਾਂਗੇ। ਠੀਕ ਹੈ ਭਰਜਾਈ, ਜਿਵੇਂ ਤੂੰ ਕਹੇ। ਮੈਂ ਤੈਨੂੰ ਮਾਰ ਦੂ ਗਰਦਾਰੀ। ਮੈਂ ਕਿਹੜਾ ਖੇਡਣ ਲੱਗ ਗਿਆ, ਮਾਰ ਤਾਂ ਉਹਨੂੰ ਜਿਹੜਾ ਘਰੇ ਬਾਜੀ ਲਾਈ ਜਾਂਦਾ। ਗਾਲ ਨੀ ਕੱਢੀ ਦੀ ਹੈਗੀ, ਪਿੰਡ ਦੀ ਧੀ ਭੈਣ ਸਭ ਦੀ ਸਾਂਝੀ ਹੁੰਦੀ ਆ, ਘਰ ਵਾਲੀ ਹੁੰਦੀ ਆ ਇਕੱਲੇ ਦੀ, ਜਾ ਕੇ ਉਹਨੂੰ ਸਾਂਭ। ਨਾਲੇ ਜੇ 12 ਡਿਊਟੀ ਨਹੀਂ ਖੇਡਣੀ ਆਉਂਦੀ, ਅੱਡਾ ਖੱਡਾ ਖੇਡ ਲਿਆ ਕਰ। ਉਹ ਹੁਣ ਕੀ ਬਣੂ ਜੀਤਿਆ? ਬਣਨਾ ਕੀ ਹੈ ਤਾਇਆ, ਹੁਣ ਤੋਦੀ ਨੇ ਘਰ ਥੋੜੀ ਜਾਣਾ, ਸਿੱਧਾ ਖੇਤ ਜਾਊ। ਨਾਲੇ ਜਿਹੜੇ ਉਸਤਾਦ ਨੂੰ ਪੜਾਉਣਾ ਨਹੀਂ ਨਾ ਆਉਂਦਾ, ਉਹ ਜਵਾਕਾਂ ਨੂੰ ਕੁੱਟਦਾ ਨਹੀਂ ਹੁੰਦਾ। ਉਹ ਚੁੱਲ੍ਹੇ ਅੱਗ ਨਾ ਕੜੇ ਦੇ ਵਿੱਚ ਪਾਣੀ, ਉਹ ਛੜਿਆਂ ਦੀ ਜੂਨ ਬੁਰੀ, ਉਹ ਛੜਿਆਂ ਦੀ ਜੂਨ ਬੁਰੀ। ਹਾਏ ਓਏ ਹੋਏ ਮਚਤਾ, ਬਈ ਅੱਗ ਮਚਾਉਣੀ ਵੀ ਰੱਬ ਨੂੰ ਪ੍ਰਗਟ ਕਰਨ ਵਾਲੀ ਉਹ ਗੱਲ ਆ, ਹਲੇ ਰੋਟੀ ਲਾਉਣ ਵੇਲੇ ਪਤਾ ਨਹੀਂ ਕੀ ਹੋਊ। ਗਿਰਧਾਰੀ, ਰੋਟੀ ਲੈ ਕੇ ਆਈ ਆ ਤੇਰੇ ਲਈ, ਮੈਨੂੰ ਪਤਾ ਸੀ ਤੇਥੋਂ ਲਾਣੀ ਹੋਣੀ। ਐ ਨਾ ਕਹਿ ਧਰਮ ਨਾਲ, ਮੇਰਾ ਤਾਂ ਕਾਲਜਾ ਜਿਹਾ ਥੱਲੇ ਨੂੰ ਜਾਈ ਜਾਂਦਾ। ਦਾਲ ਤੇ ਭੁੰਨੇ ਹੋਏ ਆਲੂ ਲੈ ਕੇ ਆਈ ਆ। ਲਿਆ ਫਿਰ ਫੜਾ, ਬੈਠ ਛੇਤੀ, ਬੈਠ ਬੈਠ ਬੈਠ। ਓਏ ਹੋਏ 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 ਹੋਏ, ਦੇਖੀ ਕਿਤੇ ਮੈਨੂੰ ਨਾ ਖਾ ਜੀ। ਲੈ ਭੁੱਖਾ ਵਾ, ਹਲਕਿਆ ਥੋੜੀ ਆ, ਤੂੰ ਵੀ ਖਾ। ਨਹੀਂ ਨਹੀਂ ਤੂੰ ਖਾ,
ਮੈਂ ਤਾਂ ਤੈਨੂੰ ਖਾਂਦੇ ਨੂੰ ਦੇਖ ਕੇ ਰੱਜੂ। ਓਏ ਐ ਥੋੜੀ ਭੁੱਖ ਮਿਟਦੀ ਐ ਕਮਲੀਏ। ਹੋਰ ਕਿਵੇਂ ਭੁੱਖ ਮਿਟਦੀ ਐ? ਐ ਪਿਆਰ ਨਾਲ। ਰੱਬ ਤਾਂ ਨਾਲ ਦੀ ਬੀਚ ਹੀ ਵਸਦਾ ਸੀ, ਮੈਂ ਉਹ ਯਾਰ ਪਤਾਣ ਲੱਭੀ ਗਿਆ। ਬੜਾ ਹੀ ਭਲਾ ਮਾਨਸ ਐ ਤੂੰ ਵੀ, ਤੈਨੂੰ ਤੇ ਪਤਾ ਹੀ ਨਹੀਂ ਜਦ ਤੂੰ ਮੇਰੀ ਲਵੇਂ ਦੀ ਲੰਘਦਾ ਮੈਂ ਦੀਵੇ ਵਾਂਗੂ ਜਗਣ ਲੱਗ ਜਾਂਦੀ ਆ। ਹਾਏ, ਪਹਿਲਾਂ ਕਦੇ ਦੱਸਿਆ ਹੀ ਨਹੀਂ, ਇਹੋ ਜਿਹੀਆਂ ਗੱਲਾਂ ਲੁਕੋ ਕੇ ਨਹੀਂ ਰੱਖੀਦੀਆਂ। ਜਿੰਨਾ ਅੱਜ ਇਸ ਬੁਰਕੀ ਨਾਲ ਰੱਜ ਆਇਆ ਅੱਜ ਤੱਕ ਕਦੇ ਨਹੀਂ ਆਇਆ। ਹਾਏ ਹਾਏ, ਅੱਛਾ ਲੈ ਇੱਕ ਹੋਰ ਖਾ। ਓ ਤੇਰਾ ਭਾਈ ਜਾ ਬੇੜਾ ਤੇਰਾ, ਹਾਏ ਨਹੀਂ ਮੈਂ ਮੁੰਡਾ ਤੇ ਮੈਂ ਕੁੜੀ ਨੂੰ ਬੁਰਕੀਆਂ ਖਵਾ ਖਵਾ ਕੇ ਉੱਪਰ ਮਾਰਿਆ। ਭੂਆ ਹਾਏ, ਛੱਡ ਦੇ ਤੂੰ ਮੈਨੂੰ, ਛੱਡ ਜੁੱਤੇ ਖਾਏਗਾ ਤੂੰ ਮੈਨੂੰ। ਕੀ ਪਾੜਦੀ ਓ ਸਰ ਨਾਲ, ਕੋ ਸੌਰ ਬੁਰਕੀਓ ਖਵਾਈਆ ਕੁੜੀ ਨੂੰ? ਭੂਆ ਤੁਸੀਂ ਮੇਰੀ ਗੱਲ ਸੁਣੋ, ਮੈਂ ਆਪਣੀ ਮਰਜ਼ੀ ਨਾਲ ਆਈ ਆ ਤੇ ਆਪਣੀ ਮਰਜ਼ੀ ਨਾਲ ਬੁਰਕੀ ਖਾਤੀ ਹੈ। ਨਹੀਂ ਤੈਨੂੰ ਨਹੀਂ ਪਤਾ ਅਹੇ ਜੇ ਬੰਦੇ ਬੜੇ ਚਾਲੂ ਹੁੰਦੇ ਆ। ਸਭ ਪਤਾ ਸੰਧੂ ਸਾਹਿਬ, ਤੁਸੀਂ ਰੋਟੀ ਖਾਓ, ਤੁਸੀਂ ਚਲੋ, ਸੰਧੂ ਸਾਹਿਬ ਤੁਸੀਂ ਚਲੋ ਮੇਰੇ ਨਾਲ। ਸੰਧੂ ਸਾਹਿਬ ਤੁਸੀਂ, ਹੈਲੋ। ਹਾਂ ਬਾਪੂ। ਪੁੱਤ, ਆਹ ਕੁੜੀ ਕੌਣ ਹੈ? ਇਹ ਗਵਾਂਢੀ ਸ਼ਾਮੋ ਆ। ਸਾਊ ਹੈ, ਘਰ ਦਾ ਕੰਮ ਕਾਰ ਕਰਨ ਵਾਲੀ, ਪਰ ਭਾ ਖੋਟੇ ਆ। ਵਿਚਾਰੀ ਦਾ ਰਿਸ਼ਤਾ ਹੋਇਆ ਸੀ ਕੁਝ ਸਾਲ ਪਹਿਲਾਂ ਫੌਜੀ ਨਾਲ, ਤੇ ਉਹ ਜਰਮਨ ਦੀ ਲੜਾਈ 'ਚ ਸ਼ਹੀਦ ਹੋ ਗਿਆ। ਮੁੜ ਕੇ ਕਿਸੇ ਨੇ ਸਾਕ ਨਹੀਂ ਲਿਆ, ਤੇ ਜੇ ਹੁਣ ਕੋਈ ਰਿਸ਼ਤਾ ਆਉਂਦਾ ਤਾਂ ਲੋਕ ਭਾਨੀ ਮਾਰ ਦਿੰਦੇ। ਆਪਣੇ ਮਗਰ ਨੂੰ ਕਰਾ ਰਿਸ਼ਤਾ? ਆਹ ਤਾਂ ਮੈਂ ਸੋਚਿਆ ਹੀ ਨਹੀਂ, ਮੈਂ ਕਰਦੀ ਸ਼ਾਮੋ ਦੇ ਬਾਪੂ ਨਾਲ ਗੱਲ। ਮੇਰੀ ਭੈਣ ਦੇ ਕਾਜ ਰਚਾਉਣ ਆਏ ਹੋ ਕਿ ਗਰਮ ਤਵੇ ਤੇ ਆਪਦੇ ਫੁਲਕੇ ਲਾਉਣ? ਸੰਗ ਮੰਨੀ ਦੀ ਹੁੰਦੀ ਆ ਕੁਛ? ਇਹ ਤਾਂ ਐਵੇਂ ਬੋਲੀ ਜਾਂਦੇ, ਮੈਂ ਕਰਦੀ ਹਾਂ ਸ਼ਾਮੋ ਦੇ ਬਾਪੂ ਨਾਲ ਗੱਲ। ਰੂੜਿਆ, ਤੜ ਕੀ ਭੰਗ ਪੀ ਕੇ ਲਲਕਾਰੇ ਮਾਰੀ ਜਾਣਾ? ਭੈਣ ਦੇ ਸਹੁਰੇ ਆਏ ਹੋਏ ਆਪਾਂ। ਉਹ ਮੁੰਡਾ ਹੋਇਆ ਜੱਟ ਦੇ, ਮੈਂ ਤਾਂ ਚੱਕ ਨੂੰ ਬਾਹਰ ਤੇ ਰੂੜੀ ਭਾਈ, ਗੱਲ ਸੁਣ ਲੋ, ਸਾਡੇ ਪਿੰਡ ਆਇਓ, ਮੁੰਡੇ ਨੂੰ ਜੰਮਣ ਦੀ ਖੁਸ਼ੀ ਮਿਲਾਵਾਂਗੇ। ਵਧਾਈਆਂ ਵੀਰੇ, ਵਧਾਈਆਂ। ਓਏ ਅੱਜ ਤਾਂ ਪੇਗ ਲਾਵਾਂਗੇ। ਉਹ ਜਗਰਾ ਪਹਿਲਾਂ ਝੁਲਸੀ ਦਾ ਜਾਣਾ ਤੂੰ? ਉਹ ਪੇਗ ਹੈ ਬਾਈ, ਹਾੜਾ ਨੀ ਗਰੇਜਾ ਬਗੂ ਗਲਾਸ ਭਰਿਆ ਭਰਿਆ ਕੇ ਉਹ ਬੜੀ ਬਜ਼ੁਰਗ। ਸ਼ੁਕਰ ਹੈ ਬੰਦੂਕ ਨਹੀਂ ਦਿੱਤੀ। ਨੀ ਸ਼ਾਮੋ, ਮੇਰੀ ਭਾਬੀ ਬਣੇਗੀ? ਕੋਈ ਨਾ, ਮੈਂ ਕਰਦੀ ਤੇਰੇ ਬਾਪੂ ਨਾਲ ਗੱਲ। ਉਹ ਤੂੰ ਕਿੱਧਰ ਕੋਲੇ ਕੱਸਦਾ ਫਿਰਦਾ? ਮੈਂ ਤੈਨੂੰ ਕਦੋਂ ਦਾ ਭਾਲਦਾ ਫਿਰਦਾ? ਉਹ ਜੱਗਰ ਬਾਈ, ਤੂੰ ਕੋਈ ਚੰਦ ਤਾਂ ਨਹੀਂ ਚੜਾਦਾ? ਮੁੱਲਾ ਦਾ ਜੀਜੇ ਨੇ ਤੈਨੂੰ ਹੀ ਮੋੜਤਾ ਘਰ ਨੂੰ। ਉਹ ਮੈਂ ਚੰਦ ਨਹੀਂ ਚਾੜਿਆ ਪਤੰਦਰਾ, ਤੂੰ ਸੂਰਜ ਥੱਲੇ ਲਾ ਲਿਆ, ਤੇਰਾ ਸਾਗ ਪੱਕਾ ਕਰਤਾ। ਉਹ ਕਿਉਂ ਜੱਗਰ ਬਾਈ, ਤੜਕੇ ਤੜਕੇ ਦਾਰੂ ਪੀ ਕੇ ਮੇਰੇ ਤੇ ਖੜਾਉਣ ਲੱਗਿਆ ਤੂੰ? ਓਏ ਹਲੇ ਤਾਂ ਮੈਂ ਪੀਤੀ ਨਹੀਂ, ਅੱਜ ਤਾਂ ਦੁਪਹਿਰ ਤੱਕ ਹੀ ਮੱਟ ਖਾਲੀ ਕਰ ਦੂੰ। ਤੂੰ ਜਾ ਆਪਣਾ ਕੁੜਤਾ ਚਾਦਰਾ ਕੱਢ, ਅੱਜ ਤੈਨੂੰ ਸ਼ਗਨ ਪੈਣਾ। ਸੱਚੀ? ਸੱਚੀ ਬਣਾ ਦੇ ਕੰਮ, ਹੁਣ ਤਾਂ ਮੇਰੀਆਂ ਬੁੱਗੀਆਂ ਲੈਣ ਲੱਗ ਗਿਆ।
ਅੰਬ ਦੇ ਚਾਰ ਦੀ ਪਾਣੀ ਕਰ ਲੈ, ਠੀਕ ਹੋ ਜਾਏਗਾ। ਲਓ ਜੀ ਦੇਖੋ, ਸ਼ਹਿਰੀਆਂ ਵਾਂਗ ਹੋ ਰਹੇ ਸ਼ਗਨ ਮੇਰੇ ਵੀਰੇ ਦਾ। ਜਿਹੜਾ ਡੰਗਰ ਜ਼ਿਆਦਾ ਛੜਾ ਮਾਰਦਾ ਨਾ, ਬੰਨ ਕੇ ਰੱਖਣਾ ਪੈਂਦਾ ਹੁੰਦਾ ਹੈ। ਭੈਣੀ ਇੱਥੇ ਆ ਕੇ ਬੈਠੂਗੀ? ਹਾਂ, ਨਾ ਕੀ ਉਹਦਾ? ਸ਼ਾਮੋ। ਸ਼ਾਮੋ ਲੈ ਆ ਗਈ। ਉਹ ਤੁਹਾਡੇ ਤਾਂ ਕੋਈ ਪੈਰ ਅਰਗੀ ਵੀ ਹੈ ਨਹੀਂ ਸੀ। ਵਾਲਾ ਮੂੰਹ ਨਹੀਂ ਖੋਲੀਦਾ ਹੁੰਦਾ, ਮੱਖੀ ਪੈਂਦੀ ਹੁੰਦੀ ਹੈ ਮੂੰਹ ਦੇ ਵਿੱਚ। ਆ ਰਿਸ਼ਤਾ ਜਿਹੜਾ ਹੋਣ ਲੱਗਿਆ ਨਾ, ਹੁਣ ਤੋਂ ਪਹਿਲਾਂ ਨਾ ਤੜਾ ਕੇ ਬਹਿ ਜਾਈ ਕਿਤੇ। ਨਹੀਂ ਨਹੀਂ, ਕਰ ਲਓ ਜਿਹੜੇ ਸਗਨ ਸੁਗਨ ਕਰਨੇ ਆ, ਫਿਰ ਹੋਰ ਕੰਮ ਧੰਦੇ ਵੀ ਲੱਗੀਏ, ਸਵੇਰ ਨੂੰ ਬਰਾਤ ਵੀ ਆਉਣੀ ਹੈ। ਆਓ ਚਾਚਾ ਜੀ, ਕਰੋ ਧੀ ਦੇ ਸ਼ਗਨ, ਬਣਾਓ ਸਾਡੇ ਮੁੰਡੇ ਨੂੰ ਆਪਣਾ। ਮੁੰਡਾ? ਉਹ ਇਹਦੇ ਨਾਲ ਦੇ ਤਾਂ ਨੌਹਾਂ ਲਿਆਉਣ ਵਾਲੇ ਹੋਏ ਪਏ ਆ, ਮੁੰਡਾ ਦੱਸ ਦਈਏ ਉਹਨੂੰ। ਜੀ ਬਸ ਕਰੋ, ਹੁਣ ਬਹੁਤ ਹੋ ਗਿਆ। ਤੂੰ ਕਿਉਂ ਵਿੱਚ ਬੋਲਣ ਲੱਗੀ ਆ? ਵੱਡੀ ਵਿਚੋਲਣ, ਮੈਂ ਕਿਹੜਾ ਸਿਧਰੇ ਦਾ ਪੈਰ ਮਿੱਧਤਾ? ਸਿਧਰਾ ਨੀਗਾ ਜੀ ਜੇ ਮੈਂ? ਨਾ ਨਾ, ਤੂੰ ਕਾਹਨੂੰ ਸਿਧਰਾ, ਤੂੰ ਤਾਂ ਲਾਟ ਸਾਹਿਬ ਲੱਗਿਆ ਹੋਇਆ। ਚਲੋ ਖਵਾ ਲਓ ਲੱਡੂ, ਜਿਹੜਾ ਖਵਾਉਣਾ ਜੀ ਧਿਆਨ ਨਾਲ ਖਵਾਇਓ, ਲੱਡੂ ਖਵਾਉਂਦਿਆਂ ਦੇ ਦੰਦੀ ਵੀ ਮਾਰਦਾ ਹੁੰਦਾ ਇਹ। ਪਿਛਲਾ ਰਿਸ਼ਤਾ ਵੀ ਇਸੇ ਕਰਕੇ ਟੁੱਟਿਆ ਸਾਹਿਬ। ਹੱਥ ਹੋ ਗਈ ਤੁਹਾਡੇ ਵਾਲੀ, ਜੋ ਮੂੰਹ ਚੋਂ ਦੋਹੀ ਬੋਲੀ ਜਾਂਦੇ ਹੋ। ਮੈਂ ਉੱਠ ਕੇ ਦੇਵਾਂ ਤੈਨੂੰ ਤਣੇ ਸਰੀ। ਹੈਂ, ਬਕਵਾਸ ਕਿਵੇਂ ਕਰਨ ਲੱਗੀ ਹੈ? ਬਕਵਾਸ ਤਾਂ ਤੂੰ ਮਾਰੀ ਜਾਣਾ ਜੀ ਜੇ, ਭੈਣ ਨੇ ਤਾਂ ਕੁਛ ਕਿਹਾ ਵੀ ਹੈ ਨੀਗਾ, ਤੇਰੀ ਪੁੱਠੀ ਬੁਰਕੀ ਪਈ ਲੱਗਦੀ ਆ। ਮੈਨੂੰ ਬਕਵਾਸ ਦੱਸਦਾ? ਉਹ ਸਾਲਾ ਹੋ ਕੇ ਆਕੜ ਕਰਦਾ ਮੇਰੇ ਨਾਲ। ਸਾਲਾ ਮਾਂ ਗੁਲਾਮ ਥੋੜੀ ਆ, ਨਾਲੇ ਮੈਨੂੰ ਜੋ ਮਰਜ਼ੀ ਕਹਿ ਲਾ, ਭੈਣ ਨੂੰ ਕਦੇ ਕਹਿ ਰਹਾ ਮਾਂ। ਮੇਰੀ ਤੀਵੀਂ ਆ, ਮੈਂ ਤਾਂ ਸੱਤ 'ਚ ਖੜ ਕੇ ਵੀ ਕੁੱਟੂ, ਕਿਆ ਕਰ ਲੇਗਾ? ਉਹ ਕਿਆ ਨਹੀਂ, ਖੜ ਜਾ ਯਾਰ ਤੂੰ ਵਿੱਚੋਂ। ਭੈਣ ਆ ਪਹਿਲਾਂ ਮੇਰੀ, ਫਿਰ ਨਾਲ ਹੀ ਲੈ ਜੀ ਭੈਣ ਨੂੰ, ਇੱਥੇ ਨਾ ਛੱਡ ਕੇ ਜਾਈ ਹੁਣ। ਓਏ ਹੁਣ ਤੂੰ ਤਾਂ ਚੁੱਪ ਕਰ ਜਾ, ਕਰੋ ਸ਼ਗਨ ਕਰੋ। ਹਾਂ ਹਾਂ ਸ਼ਗਨ ਕਰੋ, ਕਾਰ ਵਿਹਾਰ ਕਰੋ ਸਾਰੇ। ਮੈਂ ਢੋਲ ਵਾਲਾ ਵੀ ਬੁਲਾਉਣਾ, ਢੋਲ ਵਜਾਓ। ਜਵਾਈ ਦੀ ਬੇਇੱਜ਼ਤੀ ਹੋਈ ਹੈ, ਜਵਾਈ ਦਾ ਕਿਆ ਹੁੰਦਾ? ਉਹ ਸਾਊ ਦੇਖ, ਇਹਦੇ ਕਨੀਓ ਮੈਂ ਮਾਫੀ ਮੰਗਦਾ। ਮਾਫੀ ਕਾਹਦੀ ਬਾਪੂ, ਮੈਂ ਕਿਹੜਾ ਡਾਂਗ ਮਾਰਤੀ? ਉਹ ਸਾਲਿਆ ਤੂੰ ਮਾਰੇਗਾ ਡਾਂਗ ਮੇਰੇ, ਮੈਂ ਮੁੱਕਾ ਮਾਰੂਗਾ ਅਗਰ ਤੇਰਾ ਸਾਲਾ ਉੱਥੇ ਨਾ ਬਣਾ ਲਈ ਮੈਥੋਂ। ਮੈਨੂੰ ਤਾਂ ਚਾਚਾ ਤੇਰੀ ਸਮਝ ਨਹੀਂ ਆਉਂਦੀ, ਕਿਹੋ ਜਿਹੇ ਮੂੰਹ ਨੂੰ ਲੱਡੂ ਲਾਉਣ ਲੱਗਿਆ ਤੂੰ। ਉਹ ਜਿਹੜਾ ਜੀਜੇ ਦੀ ਇੱਜ਼ਤ ਨਹੀਂ ਕਰਦਾ, ਤੇਰੀ ਕੁੜੀ ਦੀ ਇੱਜ਼ਤ ਕਿਆ ਕਰੂ? ਕਹਿਰਤੀ ਮਰ ਗਈ ਯਾਰ ਤੇਰੀ, ਤੇਰੀ ਥਾਂ ਤੇ ਮੈਂ ਹੁੰਦਾ, ਕੁੜੀ ਠਾ ਕੇ ਲੈ ਜਾਂਦਾ ਯਾਰ ਹੁਣ ਨੂੰ। ਸ਼ਾਮੋ ਚਲਤੀ ਏ ਘਰੇ, ਉਹਨੂੰ ਜੀਜੇ ਨਾਲ ਗੱਲ ਕਰਨ ਦੀ ਦਾਖਲ ਨਹੀਂ ਹੈ। ਤੇਰੀ ਕੁੜੀ ਨੂੰ ਕਿਆ ਰੱਖੂਗਾ ਯਾਰ ਇੱਜ਼ਤ ਨਾਲ? ਸ਼ਾਮੋ ਵਾਲੀ ਕਰੀ ਜਾਂਦੇ ਯਾਰ, ਹੋ ਜਾ ਹੁਣ ਮਗਰ। ਅਗਰਾ ਤੇਰਾ ਸਖਤ ਟੁੱਟ ਗਿਆ, ਕਿਤੇ ਤੇਰੀ ਭੈਣ ਦਾ ਨਾਂ ਟੁੱਟ ਜਾਏ। ਰੋਣੇ ਤੋਂ ਮਾਫੀ ਮੰਗਿਆ, ਮੰਗ ਲੈ। ਸੁਣਿਆ ਨੀ ਤੇਰੇ ਪਾਪੂ ਨੇ ਕੀ ਕਿਹਾ? ਮੂਰਖ ਸਾਗ ਤੋੜਦੇ ਹੁੰਦੇ ਨੇ, ਸਿਆਣੇ ਰਿਸ਼ਤੇ ਜੋੜਦੇ ਹੁੰਦੇ ਨੇ। ਤੂੰ ਕੁਛ ਵੀ ਮਾੜਾ ਨਹੀਂ ਕੀਤਾ ਪੁੱਤ, ਪਰ ਆਪਣੀ ਭੈਣ ਦਾ ਸੋਚ, ਉਹਨੇ ਤਾਂ ਤੇਰੇ ਲਈ ਚੰਗਾ ਹੀ ਸੋਚਿਆ ਸੀ ਨਾ। ਮਾਫੀ ਮੰਗਣ ਨਾਲ ਕਦੀ ਕੋਈ ਛੋਟਾ ਨਹੀਂ ਹੁੰਦਾ। ਦੁਨੀਆਂ ਜਾਣਦੀ ਹੈ ਕਿ ਕੌਣ ਗਲਤ ਹੈ ਤੇ ਕੌਣ ਸਹੀ। ਸਿਆਣਾ ਬਣ ਮੇਰਾ ਪੁੱਤ। ਮੈਂ ਆਪਣੀ ਭੈਣ ਲਈ ਤਾਂ ਤਰ ਤਰ ਦੀ ਭੀਖ ਵੀ ਮੰਗ ਸਕਦਾ ਬੇਬੇ।
ਲਾਲਾ ਗੱਲ ਨਾਲ ਕਿਹਾ ਸੁਣਿਆ ਮਾਫ ਕਰਦੇ ਛੋਟੇ ਤੇਤੋਂ ਤੂੰ ਤਾਂ ਉਹੀ ਰਗੜਿਆ ਗਿਆ ਸਿਧਰਿਆ ਰੌਲਾ ਦਾ ਚਾਚੇ ਨਾਲ ਹੈ ਸਾਡਾ ਪੱਟ ਦਾ ਨਾਲ ਲੱਗਦੀ ਜ਼ਮੀਨ ਨਹੀਂ ਸੀ ਵੇਚੀ ਉਹਨੇ ਸਾਨੂੰ ਹੁਣ ਸਾਡੇ ਇੱਥੇ ਬੈਠੇ ਚਾਚੇ ਦੀ ਕੁੜੀ ਦਾ ਸਾਕ ਹੋ ਜੇ ਜੱਟ ਦਾ ਤਾਂ ਮਰਨ ਹੋ ਗਿਆ ਕਿ ਨਹੀਂ ਚਲੋ ਜੀ ਕਰਤਾ ਜੀ ਜਵਾਕ ਨੂੰ ਮਾਫ ਫਿਰ ਵੀ ਛੋਟਾ ਸਾਡੇ ਤੋਂ ਉਹ ਅਸਲਮ ਲਿਆ ਵੀ ਗਰਮ ਗਰਮ ਜਲੇਬ ਖਵਾ ਵੀ ਪ੍ਰਾਹੁਣਿਆਂ ਨੂੰ ਕਰਾ ਵੀ ਇਹਨਾਂ ਦਾ ਮੂੰਹ ਮਿੱਠਾ ਚਾਚੇ ਕੋਲ ਜਾ ਕੇ ਪੈ ਜਾ ਟੁੱਟ ਗਿਆ ਤੇਰਾ ਦਿਲ ਚ ਤਾਂ ਹੁਣ ਤੂੰ ਵੜ ਗਈ ਤੈਨੂੰ ਸਾਂਭ ਕੇ ਰੱਖਣ ਲਈ ਇਹਨੂੰ ਤਾਂ ਸਾਬਤਾ ਰੱਖਣਾ ਹੀ ਪਊਗਾ ਕਿੰਨਾ ਖਰਾ ਬੰਦਾ ਹੈ ਤੂੰ ਤੂੰ ਵੀ ਤਾਂ ਸੁਲਫੇ ਦੀ ਲਾਟ ਵਰਗੀ ਹੈ ਆਏ ਨਹੀਂ ਕਹਿੰਦੇ ਹੁੰਦੇ ਜੇ ਕੁੜੀ ਦੀ ਸਿਫਤ ਕਰਨੀ ਆ ਤਾਂ ਕਹਿੰਦੇ ਹੁੰਦੇ ਆ ਤੂੰ ਬਾਲੀ ਸੋਹਣੀ ਆ ਮੈਨੂੰ ਤਾਂ ਜਿਵੇਂ ਉੜਦੀ ਉਵੇਂ ਸਿੱਟ ਦੇਣਾ ਪਰ ਤੂੰ ਹੈਗੀ ਉਹ ਬਾਲੀ ਬੰਬ ਹੈ ਇਹ ਬੰਬਾ ਬਰੂਦਾ ਨੇ ਤਾਂ ਮੇਰੀ ਕਿਸਮਤ ਰੋਲਦੀ ਸਾਰੇ ਮੈਨੂੰ ਕਹਿੰਦੇ ਮੈਂ ਮਾੜੀ ਕਿਸਮਤ ਆ ਲਿਆ ਨਾ ਪਾਗਲ ਜਿਹੜੀ ਆਪਣੇ ਹੋਣ ਵਾਲੇ ਘਰ ਵਾਲੇ ਨੂੰ ਖਾ ਗਈ ਲੈ ਤੇਰਾ ਘਰ ਵਾਲਾ ਤਾਂ ਜੰਗ 'ਚ ਸ਼ਹੀਦ ਹੋਇਆ ਲੋਕ ਤਾਂ ਐਵੇਂ ਬੋਲੀ ਜਾਂਦੇ ਨੇ ਜਦੋਂ ਮੈਂ ਤੈਨੂੰ ਚੱਕ ਕੇ ਮੋਢਿਆਂ 'ਤੇ ਦਿੱਤਾ ਨਾ ਪਿੰਡ ਦਾ ਗੇੜਾ ਲੋਕਾਂ ਨੇ ਕਿਹਾ ਕੁੜੀ ਕਿੰਨੇ ਭਾਗਾਂ ਵਾਲੀ ਆ ਧਰਤੀ 'ਤੇ ਪੈਰ ਨਹੀਂ ਲਾਉਂਦੀ ਚੰਗਾ ਤਾਂ ਤੂੰ ਬਾਲਾ ਹੈ ਪਰ ਕਰਦਿਆਂ ਨੇ ਤੋਰਨਾ ਨਹੀਂ ਤੇਰੇ ਨਾਲ ਅਤੇ ਇਹ ਵੀ ਨਹੀਂ ਕਹਿ ਸਕਦੀ ਕਿ ਕੱਢ ਕੇ ਲੈ ਜਾ ਨਾ ਨਾ ਕੱਢਣ ਕਢਾਉਣ ਵਾਲਾ ਕੰਮ ਨਹੀਂ ਕਰਨਾ ਪਹਿਲਾਂ ਫਸਾ ਦੇਣਾ ਹੀ ਮੈਨੂੰ ਕੰਮ ਉਹਨੇ ਵਿਆਹ ਕਰਾ ਲਾ ਜੇ ਕਰਾਉਣਾ ਵਿਆਹ ਲਾ ਤਾਂ ਰੌਲਾ ਪੈ ਗਿਆ ਆਪਣਾ ਮੂੰਹ ਆਉਂਦਾ ਮੇਰਾ ਤੈਨੂੰ ਆਉਂਦਾ ਹਾਂ ਹਾਂ ਉਹ ਬੇਬੇ ਦੇਖਦੀ ਹੈ ਤੈਨੂੰ ਜਦੋਂ ਤੂੰ ਘੱਸ ਕੇ ਉਹ ਬੇਬੇ ਵਰਗੀ ਹੋ ਗਈ ਨਾ ਮੈਂ ਤੈਨੂੰ ਉਦੋਂ ਵੀ ਇੰਨਾ ਹੀ ਮੂੰਹ ਕਰਿਆ ਕਰੂੰਗਾ ਤੈਨੂੰ ਇਕੱਲੀ ਨੂੰ ਛੱਡ ਕੇ ਕਦੇ ਨਹੀਂ ਜਾਂਦਾ ਤੇਰੇ ਨਾਲ ਬੈਠ ਕੇ ਸੇਵੀਆਂ ਵੱਟਿਆ ਕਰੂੰ ਤੇ ਮੈਂ ਕਹੂੰਗੀ ਸ਼ਰਮ ਕਰ ਬੁੜਿਆ ਹੁਣ ਆਪਾਂ ਬੁੜੇ ਹੋ ਗਏ ਤਕੜੀ ਹੋ ਕੇ ਕਹਿਣਾ ਆਪਣੇ ਬਾਪੂ ਨੂੰ ਮੈਂ ਵਿਆਹ ਕਰਾਉਣਾ ਮੱਘਰ ਸਿੰਘ ਸੰਧੂ ਨਾਲ ਮੈਂ ਮਰਦਾ ਮਰ ਜੂੰ ਪਰ ਬਚਣਾ ਤੋਂ ਨਹੀਂ ਮੁੱਕਰਦਾ ਬਾਪੂ ਨੇ ਮੰਨਣਾ ਨਹੀਂ ਉਹ ਕਹਿੰਦੇ ਮੁੰਡਾ ਨਹੀਂ ਠੀਕ ਬਹੁਤ ਭੈੜਾ ਬੋਲਦਾ ਸੀ ਤੇਰੇ ਬਾਰੇ ਬੋਲੀ ਜਾਵੇ ਮੇਰੇ ਬਾਰੇ ਤਾਂ ਸਾਰੇ ਭੈੜਾ ਬੋਲਦੇ ਆ ਤੇਰੇ ਵਰਗਾ ਬੰਦਾ ਤਾਂ ਮਸਾ ਹੀ ਮਿਲਦਾ ਹੈ ਏਦਾਂ ਨਾ ਕਹਿ
ਮੈਂ ਕੰਧ ਢਾ ਕੇ ਫੜ ਲੈਣਾ ਤੈਨੂੰ। ਤੈਨੂੰ ਡਰ ਨਹੀਂ ਲੱਗਦਾ? ਲੋਕ ਤਾਂ ਬੰਦਾ ਮਾਰਨ ਲੱਗੇ ਨਹੀਂ ਡਰਦੇ, ਮੈਂ ਮੋਹ ਕਰਨ ਲੱਗੇ ਡਰੀ ਜਾਵਾਂ। ਜੇ ਕਰਦਾ ਤੂੰ ਬਾਤਾਂ ਪਾਈ ਜਾਵੇਂ ਤੇ ਮੈਂ ਹੁੰਗਾਰਾ ਭਰੀ ਜਾਵਾਂ। ਜੀ ਤਾਂ ਮੇਰਾ ਵੀ ਇਹੀ ਕਰਦਾ, ਪਰ ਮੇਰੇ ਜੀਜੇ ਨੇ ਮੇਰੀ ਭੈਣ ਨੂੰ ਛੱਡ ਦੇਣਾ। ਜੀਜੇ ਦੀ ਭੈਣ ਗੱਲ ਨਹੀਂ ਕੱਟੀ ਤੀ, ਤੈਨੂੰ ਕੱਢ ਕੇ ਨਹੀਂ ਲਿਜਾ ਸਕਦਾ, ਗੱਲ ਕੱਢ ਨਹੀਂ ਸਕਦਾ, ਫਿਰ ਮੈਂ ਕੀ ਕਰਾਂ? ਤੇਰੇ ਮੂਹਰੇ ਰੋਂਦਾ ਵੀ ਨਹੀਂ ਚੰਗਾ ਲੱਗਣਾ। ਉੱਧਰ ਲਾਵਾਂ ਹੋ ਚੱਲੀਆਂ ਹੋਣੀਆਂ, ਜੇ ਮੈਂ ਸ਼ਗਨ ਨਾ ਪਾਇਆ ਜੀਜਾ ਗੁੱਸਾ ਕਰੂਗਾ। ਚੱਲਦਾ ਮੈਂ, ਸਤਿ ਸ਼੍ਰੀ ਅਕਾਲ। ਚਿੱਠੀ ਲਿਖੇਗਾ ਮੈਨੂੰ ਜਾ ਕੇ? ਮੈਨੂੰ ਤਾਂ ਇਲ ਤੇ ਕੁੱਕੜ ਨਹੀਂ ਲਿਖਣਾ ਆਉਂਦਾ। ਪਿਆਰ ਸਭ ਕੁਝ ਸਿਖਾ ਦਿੰਦਾ ਹੈ, ਮੈਂ ਉਡੀਕ ਕਰੂੰਗੀ ਚਿੱਠੀ ਦੀ। ਸਵਾਦ ਲੈਂਦੀਆਂ ਦੁਨੀਆ ਬਾਪੂ, ਹੱਸਦਿਆਂ ਨੂੰ ਰੁਆ ਕੇ। ਰੋ ਕੇ ਤੁਰਨ ਵਾਲਾ ਤਾਂ ਆਪਣੇ ਆਪ ਨਾਲ ਪਾਪ ਕਮਾਉਂਦਾ ਹੈ। ਆਪਣੇ ਆਪ ਦਾ ਤਾਂ ਪਤਾ ਨਹੀਂ ਬਾਪੂ, ਪਰ ਤੇਰੇ ਪੁੱਤ ਨੇ ਕਿਸੇ ਨਾਲ ਦਖਾ ਨਹੀਂ ਕਮਾਇਆ। ਦੇਖ ਪੁੱਤ, ਚੱਜ ਦੀ ਜ਼ਿੰਦਗੀ ਜਿਉਣ ਦਾ ਇੱਕੋ ਹੀ ਢੰਗ ਹੈ। ਹਾਂ ਪਤਾ ਮੈਨੂੰ ਬਾਪੂ, ਬਿਨਾਂ ਕਸੂਰ ਤੋਂ ਮਾਫੀ ਮੰਗੀ ਜਾਓ ਤੇ ਆਪਣੇ ਬਦਲੇ ਲਈ ਕਿਸੇ ਨੂੰ ਵੀ ਝਟਕਾ ਦਿਓ। ਪਹਿਲਾਂ ਤੇਰੇ ਵਰਗਾ ਕੋਈ ਕੰਮ ਨਹੀਂ ਸੀ ਹੁੰਦਾ ਰੂੜੇ, ਤੇ ਹੁਣ ਸਾਰਾ ਦਿਨ ਤੇਰੇ ਨੱਕ ਤੋਂ ਮੱਖੀ ਨਹੀਂ ਉੱਡਦੀ। ਉਹ ਮੈਂ ਤਾਂ ਨਾ ਬਾਈ ਭੰਗ ਦਾ ਵੈਲ ਐਵੇਂ ਚੌੜ ਚੌੜ ਚ ਲਾ ਬੈਠਾ ਯਾਰ, ਉਵੇਂ ਮੈਂ ਇਸ਼ਕ ਕਮਾ ਬੈਠਾ। ਉਹ ਇਸ਼ਕ ਬੰਦੇ ਨੂੰ ਬਰਬਾਦ ਕਰ ਦਿੰਦਾ। ਅੱਛਾ ਜੀ, ਹੋਰ ਭੰਗ ਤਾਂ ਜਿਵੇਂ ਬੰਦੇ ਨੂੰ ਬੜੀ ਉਮਰ ਕਰ ਦਿੰਦੀ ਆ, ਸਾਰਾ ਦਿਨ ਜਾਂ ਹੱਸਦਾ ਰਹਿੰਦਾ ਜਾਂ ਰੋਂਦਾ ਰਹਿੰਦਾ ਰੂੜਿਆ। ਜੇ ਇੰਨੀ ਝੋਰਾ ਕਰਦਾ ਭਾਈ ਦਾ ਲੱਜ ਤੋਂ ਭੰਗ ਛੱਡੀ ਹੈ ਨੀ, ਬਚਨ ਦੇ ਵੀ ਮੇਰੇ ਭਤੀਜ ਨੂੰ ਪੰਗੀ ਪਿਓ ਨਹੀਂ ਦੇਂਗਾ। ਦਿੱਤਾ, ਪਰ ਫਿਰ ਮੈਨੂੰ ਵੀ ਮੇਰਾ ਪਹਿਲਾਂ ਵਾਲਾ ਭਾਈ ਚਾਹੀਦਾ, ਸਲਗਿੰਡਰ ਵਾਲਾ। ਦਿੱਤਾ, ਇੱਕ ਕੰਮ ਕਰ, ਮੈਨੂੰ ਐਂ ਦੱਸ ਆਪਣੇ ਆਂਢ ਗੁਆਂਢ 'ਚ ਕੋਈ ਪੜ੍ਹਿਆ ਲਿਖਿਆ ਹੈ? ਹੈਗਾ। ਕੌਣ? ਸੁਰਮਾ ਪਾ ਲਿਆ ਅੱਖਾਂ 'ਚ। ਚਲੋ ਯਾਰ ਦੱਸੋ ਕੀ ਲਿਖਣਾ। ਤੂੰ ਲਿਖ,
ਸਤਿਕਾਰਯੋਗ ਸਰਜੀਤ ਕੌਰ ਜੀ। ਪੈਰੀ ਪਹਿਨਾ ਆ ਲੋ। ਉਹ ਮਸ਼ੂਕ ਦੇ ਪੈਰੀ ਨਹੀਂ ਪਈਦਾ। ਹੋਰ ਮਸ਼ੂਕ ਦੇ ਕਿੱਥੇ ਪਈਦਾ? ਭੁੱਗ ਉਹ ਯਾਰ, ਤੂੰ ਜੱਪੀ ਜੁੱਪੀ ਲਿਖ ਦੇ ਯਾਰ। ਵੀ ਪਾਉਣ ਤੱਕ ਹੀ ਠੀਕ ਲੱਗਣੀ ਹੈ, ਲਿਖਣ 'ਚ ਵੀ ਗੰਦੀ ਲੱਗਣੀ ਹੈ। ਓਸ਼ਾ ਜੀ, ਫਿਰ ਤੂੰ ਲਿਖ ਸਤਿਕਾਰਯੋਗ ਸਰਜੀਤ ਕੌਰ ਜੀ। ਹਾਂ, ਸਤਿ ਸ਼੍ਰੀ ਅਕਾਲ। ਮੈਨੂੰ ਜਦ ਵੀ ਤੇਰਾ ਚੇਤਾ ਆਉਂਦਾ, ਮੈਂ ਤੇਰੇ ਵਰਗੀ ਇੱਕ ਗੱਦੜ ਜੀ ਕਿੱਕਰ ਨੂੰ ਘੁੱਟ ਕੇ ਜੱਫੀ ਪਾ ਲੈਂਦਾ, ਅਤੇ ਉਹਦੇ 'ਚੋਂ ਮੈਨੂੰ ਚੰਦਨ ਦੀ ਵਾਸ਼ਨਾ ਆਉਣ ਲੱਗ ਜਾਂਦੀ ਹੈ। ਅਤੇ ਇੱਕ ਗੱਲ ਤਾਂ ਮੈਂ ਬੀਬੀ ਦੀ ਸਹੁੰ ਖਾ ਕੇ ਕਹਿ ਸਕਦਾ, ਤੈਨੂੰ ਮੇਰਾ ਚੇਤਾ ਤਾਂ ਨਹੀਂ ਭੁੱਲਿਆ ਹੋਣਾ। ਮੈਂ ਤੇਰੀਆਂ ਵੰਗਾਂ ਦੇ ਰੰਗਾਂ ਵਾਂਗੂੰ ਧਰਤੀ ਸੱਤ ਰੰਗੀ ਕਰਨੀ ਚਾਹੁੰਦਾ ਸੀ, ਪਰ ਕਰ ਨਹੀਂ ਸਕਿਆ, ਕਿਉਂਕਿ ਅਕਸਰ ਹੀ ਜੱਟ ਦੀ ਫਸਲ ਦੇ ਉੱਤੇ ਗੜੇਮਾਰ ਹੋ ਜਾਂਦੀ ਹੈ। ਅਤੇ ਆਹ ਜੱਟ ਦੇ ਖੋਪੜ 'ਚ ਇਕੱਲ ਵਾਲਾ ਖਾਨਾ ਹੀ ਨਹੀਂ ਪਾਇਆ ਰੱਬ ਨੇ, ਤਾਂ ਹੀ ਉਦਣ ਜੱਟਾਂ ਵਾਲੀ ਕਰਕੇ ਤੇਰੇ ਭੂੰਡਾਸ਼ਕ ਦੇ ਧਰਨ ਪਾਤੀ ਸੀ। ਇਹ ਨਾ ਸਮਝੀ ਵੀ ਇਹ ਕੁਛ ਮੈਂ ਕਿਸੇ ਖੁੰਦਕ 'ਚ ਕੀਤਾ ਨਾ, ਬਸ ਪਤਾ ਲੱਗ ਗਿਆ ਸੀ ਵੀ ਜਿਹੜਾ ਹਿੰਮਤ ਨਹੀਂ ਰੱਖ ਸਕਦਾ ਉਹ ਤੈਨੂੰ ਕੀ ਰੱਖੂਗਾ। ਰੱਬ ਨੇ ਹੁਣ ਤੱਕ ਜਿੰਨੀਆਂ ਕੁ ਚੰਗੀਆਂ ਚੀਜ਼ਾਂ ਬਣਾਈਆਂ ਨੇ, ਤੂੰ ਉਹਨਾਂ 'ਚੋਂ ਇੱਕ ਹੈ। ਤੂੰ ਨਾਭੇ ਦੀ ਬੰਦ ਬੋਤਲ ਨਹੀਂ, ਤੂੰ ਤਾਂ ਖੁੱਲ੍ਹੇ ਅਸਮਾਨ ਚੁੜਦੀ ਉਹ ਪਤੰਗ ਹੈ ਜਿਹਦੀ ਡੋਰ ਗਿਰਦਾਰੀ ਫੜ ਨਹੀਂ ਸਕਿਆ। ਅਤੇ ਜਦੋਂ ਮੇਰੇ ਚੁੱਲ੍ਹੇ 'ਚ ਅੱਗ ਨਹੀਂ ਸੀ ਬਲਦੀ, ਤੂੰ ਮੇਰੇ ਅੰਦਰ ਤੰਦੂਰ ਭਖਣ ਲਾਤਾ ਸੀ। ਮੈਂ ਤਾਂ ਉਸ ਦਿਨ ਇਸ਼ਕ ਦਾ ਨਰਮ ਫੁਲਕਾ ਆਪਣੇ ਅੱਖੀ ਫੁੱਲਦਾ ਦੇਖਿਆ, ਅਤੇ ਜਦੋਂ ਤੇਰੀਆਂ ਦੀਵੇ ਵਾਂਗੂ ਜਗਦੀਆਂ ਅੱਖਾਂ ਵੇਖੀਆਂ ਤਾਂ ਪਹਿਲੀ ਵਾਰੀ ਦੁਨੀਆ ਮੈਨੂੰ ਸੋਹਣੀ ਸੋਹਣੀ ਲੱਗੀ ਸੀ। ਜੇ ਉਸ ਦਿਨ ਆਪਣਾ ਸ਼ਗਨ ਅਧੂਰਾ ਨਾ ਰਹਿੰਦਾ, ਅਤੇ ਜੇ ਆਪਣੇ ਵਿਚਾਲੇ ਉਹ ਕੰਧ ਨਾ ਆਉਂਦੀ, ਅਤੇ ਜੇ ਸਾਲੀ ਅੱਜ ਇਹੀ ਨਾ ਹੁੰਦੀ, ਤਾਂ ਹੁਣ ਤੱਕ ਕਦੋਂ ਦਾ ਆਪਾਂ ਚੁਬਾਰਾ ਛੱਤ ਕੇ 12 ਡੇਟੀ ਖੇਡਦੇ ਹੋਣਾ ਸੀ। ਚਲੋ ਜੋ ਰੱਬ ਨੂੰ ਮਨਜ਼ੂਰ। ਅੱਛਾ, ਅੱਗੇ ਸਮਾਚਾਰ ਇਹ ਹੈ ਵੀ ਮੇਰੇ ਹੋਇਆ ਹੈ ਭਤੀਜ, ਅਤੇ ਅਸੀਂ ਭਤੀਜੇ ਦੇ ਜਨਮ ਦੀ ਖੁਸ਼ੀ 'ਚ ਜਸ਼ਨ ਮਨਾ ਰਹੇ ਹਾਂ। ਅਤੇ ਜੇ ਇਸ ਜਸ਼ਨ ਦੇ ਵਿੱਚ ਤੇਰੀ ਝਾਂਜਰ ਛਣਕੂਗੀ ਨਾ, ਤਾਂ ਜੱਟ ਨੂੰ 12 ਦੀਵਾਲੀਆਂ ਜਿੰਨਾ ਚਾਹ ਚੜ ਜਾਣਾ। ਚੱਲ ਬਸ, ਇੰਨਾ ਹੀ ਬਹੁਤ ਆ ਯਾਰ। ਇਹਦੇ ਥੱਲੇ ਕੀ ਲਿਖਾਂ? ਉਹ ਲਿਖ ਦੇ ਵੀ ਮੈਨੂੰ ਨੂੰ ਤੜਫ ਰਿਹਾ ਤੇਰਾ ਯਾਰ। ਉਹਨੇ ਨਹੀਂ, ਉਹ ਗੰਦਾ ਲੱਗੂਗਾ। ਤੂੰ ਲਿਖ ਤੇਰਾ ਆਪਣਾ ਮੱਗਰ ਸਿੰਘ ਸੰਧੂ। ਨਹੀਂ ਨਹੀਂ, ਤੂੰ ਲਿਖ ਲਿਖਤਮ ਗਿਰਦਾਰੀ ਲਾ। ਚਾਵਾ ਹੋਏ ਗਿਰਦਾਰੀ ਲਾ। ਇਸ਼ਕ 'ਚ ਨੀਂਦਰ ਉੱਡ ਜਾਂਦੀ ਤੇ ਸੁਪਨੇ ਆਉਣ ਅਵਲੇ। ਹਾਂ, ਚੰਗੀਆਂ ਭਲੀਆਂ ਅਕਲਾਂ ਵਾਲੇ ਉਹ ਜਾਂਦੇ ਨੇ ਚੱਲੇ। ਲੈ ਜਾਓ ਉਧਰ ਲੱਡੂ ਪਕੌੜੇ, ਦੇਖੀਏ ਲੂਣ ਮਿਰਚ। ਹੁਣ ਮੈਂ ਰੂੜਾ ਭੰਗੀ ਥੋੜੀ ਆ ਰੂੜਾ ਬਾਲ ਭਾਈਆ। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ। ਗਿਰਦਾਰੀ ਕਿੱਥੇ ਆ? ਕੁੜੇ ਸਾਨੂੰ ਤਾਂ ਮਿਲ ਜਾ। ਕਿੱਥੇ ਸੁੱਤਾ ਨਹੀਂ ਪਿਆ ਭੂਆ? ਚਾਚੇ ਦੇ ਉੱਤੇ ਸੁੱਤਾ ਪਿਆ। ਵੇ ਗਿਰਦਾਰੀ, ਹੱਦ ਤੱਕ ਸੁੱਤਾ ਹੀ ਪਿਆ।
ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਵੁੱਡ ਪਲੇਟ ਨੂੰ? ਸਤਿ ਸ਼੍ਰੀ ਅਕਾਲ ਭੈਣੇ, ਸਤਿ ਸ਼੍ਰੀ ਅਕਾਲ। ਤੁਸੀਂ ਆ ਵੀ ਗਏ ਜੀਜਾ ਤੇ ਉਹ ਜੀਜੇ? ਤੇਰੇ ਦੀ ਬਥੇਰੀ ਲਾਪਾ ਕੀਤੀ ਮੈਂ, ਮੈਂ ਕਿਹਾ ਮੈਂ ਜਾਂਦੀ ਹਾਂ, ਤੂੰ ਰਹਿ ਇਕੱਲਾ। ਹੁਣ ਦੇਖੀ ਕਿਵੇਂ ਮਗਰ ਮਗਰ ਆਊ, ਨਾਲੇ ਚਾਚੇ ਵਾਲੀ ਜ਼ਮੀਨ ਦਾ ਵੀ ਮਸਲਾ ਹੱਲ ਹੋ ਗਿਆ, ਇਸ ਲਈ ਸ਼ਾਮੂ ਨੂੰ ਵੀ ਨਾਲ ਲੈ ਕੇ ਆਊ। ਸੱਚੀ ਨਾ ਤੇਰੇ ਚ ਇੰਨੀ ਹਿੰਮਤ ਕਿਵੇਂ ਪੈ ਗਈ ਸ਼ਾਮੂ ਨੂੰ ਸੱਦਣ ਦੀ? ਲੈ ਮੈਂ ਕਿਹੜਾ ਇਕੱਲੀ ਸ਼ਾਮੂ ਸਦੀ ਹੈ, ਮੈਂ ਸਾਰੀਆਂ ਸਦੀਆਂ ਨੇ। ਜਾ ਵੇ ਜਾ ਚਲ। ਹਲੇ ਕਾਹਨੂੰ ਉੱਠਣਾ ਸੀ? ਆ ਦੇਖ ਲੈ ਪੁੱਤ, ਤੇਰੇ ਚਾਚਾ ਹੁਣ ਸੁੱਤਾ ਪਿਆ ਉੱਠਿਆ। ਉਹ ਭਤੀਜ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ ਹੈਗਾ, ਚਾਚਾ ਤੇਰਾ ਆਇਆ ਹੁਣੇ ਟੂਚ ਕੱਢ ਕੇ। ਚਾਚਾ ਨੀ ਤਾਇਆ, ਉਹ ਵੀ ਛੜਾ। ਬਈ ਕਿਸੇ ਸਿਆਣੇ ਨੇ ਕਿਹਾ ਵੀ ਜੇ ਘੱਗਰੀ ਪੱਤਿਆਂ ਦੀ ਹੋਵੇ ਨਾ ਤਾਂ ਬੱਕਰੀ ਦਾ ਸਹਿਲਪੁਣਾ ਨਹੀਂ ਪਾਈਦਾ। ਉਹੀ ਗਲਤੀ ਮੈਂ ਕਰ ਲਈ। ਆਹ ਮੇਰਾ ਬਾਪੂ ਸਿੰਘ ਜੀ ਮੈਨੂੰ ਕਹਿੰਦਾ ਉਹ ਸਾਰੀ ਦਿਹਾੜੀ ਲੋਕਾਂ ਦੇ ਕੰਮ ਕਰਾਉਂਦਾ ਫਿਰਦਾ, ਆਪਦੇ ਬਾਰੇ ਸੋਚ, ਓਏ ਵਿਆਹ ਕਰਾ ਲੈ, ਵਿਆਹ ਬਿਨਾਂ ਬੰਦੇ ਦੀ ਜੂਨ ਨਹੀਂ ਹੈਗੀ। ਇੰਨੀ ਜ਼ਮੀਨ ਆਉਂਦੀ ਆ ਤੈਨੂੰ, ਤੈਨੂੰ ਕਿਹਨੇ ਕੁੜੀ ਦੇਣ ਨੂੰ ਨਾ ਕਰਨੀ ਆ? ਮੈਨੂੰ ਵੀ ਲੱਗਿਆ ਵੀ ਗੱਲ ਤਾਂ ਠੀਕ ਹੈ, ਓਏ ਮੈਂ ਤਾਂ ਆਪਣੀ ਘਰਵਾਲੀ ਨੂੰ ਹੱਥਾਂ 'ਤੇ ਚੱਕ ਕੇ ਫਿਰੂੰ, ਚਾਰ ਨੌਕਰ ਰੱਖ ਦੂੰ ਸੇਵਾ ਕਰਨ ਲਈ, ਪਰ ਇਹ ਤਾਂ ਮੈਂ ਭੁੱਲ ਹੀ ਗਿਆ ਵੀ ਮੇਰੇ ਕੋਲ ਜ਼ਮੀਨ ਹੈ, ਪਿਆਰ ਕਰਨ ਵਾਲਾ ਦਿਲ ਵੀ ਹੈ, ਸਾਲਾ ਦੁਨੀਆ ਨਾਲ ਚੱਲਣ ਵਾਲਾ ਦਿਮਾਗ ਨਹੀਂ ਨਾ ਹੈਗਾ। ਭਾਈ ਮੈਂ ਹੈਗਾ ਰਾਂਝੇ ਦੀ ਨਸਲ 'ਚੋਂ, ਮੱਝਾਂ ਤਾਂ ਚਾਰ ਸਕਦਾ ਬੰਦੇ ਨਹੀਂ, ਪਰ ਫਿਰ ਵੀ ਇਹਨਾਂ ਕੁੜੀਆਂ ਨੇ ਮੇਰੇ ਇੱਕ ਸੱਦੇ ਦੇ ਉੱਤੇ ਇੱਥੇ ਆ ਕੇ ਮੇਰਾ ਮਾਣ ਵਧਾਇਆ, ਮੇਰੀ ਬੇਬੇ ਦੇ ਵਿਹੜੇ ਦੇ ਵਿੱਚ ਪੈਰ ਪਾਇਆ, ਵਿਹੜਾ ਧੰਨ ਹੋ ਗਿਆ। ਮੈਂ ਕਿਤੇ ਨਾ ਕਿਤੇ ਤੁਹਾਡਾ ਗੁਨਾਹਗਾਰ ਹਾਂ, ਚਾਹੁੰਦੇ ਨਾ ਚਾਹੁੰਦੇ ਮੈਂ ਕਿਤੇ ਨਾ ਕਿਤੇ ਤਾਂ ਤੁਹਾਨੂੰ ਤਕਲੀਫ 'ਚ ਪਾਇਆ ਹੀ ਆ, ਉਹਦੇ ਲਈ ਮੈਂ ਮਾਫ਼ੀ ਮੰਗਦਾ। ਚਲੋ ਛੱਡੋ, ਇੱਕ ਗੱਲ ਤਾਂ ਪੱਕੀ ਹੈ ਬਈ ਇਸ ਧਰਤੀ 'ਤੇ ਕੋਈ ਵੀ ਕੁੜੀ ਤੁਹਾਡੇ ਤਾਂ ਪੈਰ ਅਰਗੀ ਵੀ ਹੈ ਨੀ, ਤਾਂ ਹੀ ਤਾਂ ਮੈਂ ਤੁਹਾਨੂੰ ਪਿਆਰ ਕਰਦਾ, ਉਹ ਵੀ ਸੱਚਾ। ਹੁਣ ਇਹ ਨਾ ਕਹਿ ਦਿਓ ਵੀ ਐਂ ਕਿਵੇਂ, ਉਹ ਜਦੋਂ ਮੈਂ ਆਪਣੇ ਤਿੰਨੇ ਭਾਈਆਂ ਨੂੰ ਪਿਆਰ ਕਰ ਸਕਦਾ, ਭਾਬੀਆਂ ਨੂੰ ਪਿਆਰ ਕਰ ਸਕਦਾ, ਆਪਣੇ ਬੇਬੇ ਬਾਪੂ ਨੂੰ ਪਿਆਰ ਕਰ ਸਕਦਾ, ਭਤੀਜੇ ਭਤੀਜੀਆਂ ਨੂੰ ਕਰ ਸਕਦਾ, ਹੋਰ ਅਲਮ ਗਲਮ ਨੂੰ ਕਰ ਸਕਦਾ, ਫਿਰ ਇਹਨਾਂ ਕੁੜੀਆਂ ਨੂੰ ਕਿਉਂ ਨੀ? ਹੋਏ ਕਿਸੇ ਨੂੰ ਵੀ ਪਿੰਜਰੇ 'ਚ ਕੈਦ ਨਹੀਂ ਉਹ ਕੀਤਾ, ਕਿਸੇ ਨੂੰ ਵੀ ਕੁੱਟਿਆ ਤੇ ਮਾਰਿਆ ਤੇ ਨਹੀਂ ਹੋ, ਜਿਹੜੀ ਗੱਲ ਕੀਤੀ ਆ ਮੈਂ ਸਿੱਧੀ ਦਿਲੋਂ ਕੀਤੀ, ਹੋਏ ਐਵੇਂ ਉਲਝਾ ਕੇ ਗੱਲੀ ਚਾਰਿਆ ਤੇ ਨਹੀਂ ਹੋ, ਇਸ਼ਕੇ ਦੀ ਖੰਡ ਖਾਧੀ, ਇਸ਼ਕ ਹੀ ਵੰਡੇ ਆਏ, ਭਾਵੇਂ ਲੈ ਲਵੋ ਸਬੂਤ, ਕੋਈ ਸਾਹ ਤੇ ਨਹੀਂ ਪੀਤਾ। ਓਏ ਫੇਰ ਕੀ ਹੋਇਆ ਜੇ ਮੈਥੋਂ ਵਾਰ ਵਾਰ ਹੋਇਆ ਹੈ, ਪਿਆਰ ਹੀ ਤੇ ਕੀਤਾ ਹੈ, ਗੁਨਾਹ ਤੇ ਨਹੀਂ ਕੀਤਾ, ਪਿਆਰ ਹੀ ਤੇ ਕੀਤਾ ਹੈ। ਪਰ ਸੌ ਵੱਡੇ ਮਹਾਰਾਜ ਦੀ, ਇਹਨਾਂ ਕੁੜੀਆਂ ਦੇ ਲਈ ਮੇਰੇ ਮਨ 'ਚ ਕੋਈ ਮਹਿਲ ਨਹੀਂ ਹੈਗੀ, ਓਏ ਮੁਹੱਬਤ ਕਰਨ ਵਾਲਾ ਤਾਂ ਸਾਰਾ ਹੀ ਮੁਹੱਬਤ ਦਾ ਬਣਿਆ ਹੁੰਦਾ, ਉਹ ਮੁਹੱਬਤ ਦੀ ਨਜ਼ਰ ਨਾਲ ਹੀ ਮੁਹੱਬਤ ਨੂੰ ਦੇਖਦਾ ਹੈ। ਬਾਕੀ ਮੈਂ ਤਾਂ ਤੁਹਾਡੇ ਨਾਲ ਨਾਲ ਚੱਲਣ ਵਾਲਾ ਗਿਰਧਾਰੀ ਲਾਲ ਹਾਂ ਜੀ, ਜਦੋਂ ਆਵਾਜ਼ ਮਾਰੋਗੇ ਹਾਜ਼ਰ ਹੋ ਜੂੰਗਾ। ਤੁਹਾਡਾ ਇੱਥੇ ਆਉਣ 'ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਹੱਸਦੇ ਵੱਸਦੇ ਰਹੋ, ਨਾਲੇ ਹਾਂ ਕਦੇ ਕਦੇ ਮੇਰੇ ਵਾਂਗੂ ਆਪਣੇ ਆਪ ਲਈ ਛੱਡ ਕੇ ਦੂਜਿਆਂ ਲਈ ਵੀ ਜੋਲਿਆ ਕਰੋ, ਸਵਾਦ ਆਊਗਾ।
ਗਰਦਾਰੀ ਬੀਬੀ ਬੀਬੀ ਕਿਵੇਂ ਲੱਗੀਆਂ ਮੇਰੀਆਂ ਗੱਲਾਂ? ਗੁੜ ਨਾਲੋਂ ਵੀ ਮਿੱਠੀਆਂ ਪੁੱਤ। ਦੇਖਿਆ ਮੈਂ ਦਿਮਾਗ ਜਿਹਾ ਵਰਤ ਕੇ ਜ਼ਮੀਨ ਜਾਇਦਾਦ ਵੀ ਦੱਸਤੀ, ਨਾਲੇ ਮੈਂ ਵੀ ਦੱਸਤਾ ਵੀ ਮੈਂ ਆਪਣੀ ਬਹੂ ਨੂੰ ਰੱਖੂਗਾ ਕਿਵੇਂ। ਮੈਂ ਕਿਹਾ ਕੀ ਪਤਾ ਕਿਸੇ ਦਾ ਵਿਚਾਰ ਹੀ ਬਦਲ ਜੇ। ਚੱਲ ਚੰਗਾ ਕੀਤਾ ਪੁੱਤ। ਵੈਸੇ ਬੀਬੀ ਜੇ ਮੇਰੇ ਲਈ ਕੋਈ ਬਣੀ ਹੋਊਗੀ ਮੈਨੂੰ ਤਾਂ ਮਿਲੇ ਜਾਊਗੀ ਨਾ? ਕਿਉਂ ਸੌਂ ਜਾ ਮੇਰਾ ਪੁੱਤ। ਠੀਕ ਹੈ ਬੀਬੀ। ਉਹ ਲਿਖੀ ਆ ਮੇਰੀ ਕਿਸਮਤ ਚ ਕੋਈ ਕਿ ਨਹੀਂ। ਲੈ ਬੀਬੀ ਕੋਈ ਕਾਹਲੀ ਥੋੜੀ ਆ, ਸੋਚ ਕੇ ਦੱਸਦੀ ਮੈਂ ਪਹਿਨਾ। ਚੰਗਾ ਓ ਬਾਈ, ਓ ਵੱਡੇ ਬਾਈ, ਓ ਗਰਦਾਰੀ, ਓਏ ਉੱਠ ਵੱਡੇ ਬਾਈ, ਹੋਰ ਸੁਪਨੇ ਨਾ ਲੈ, ਉੱਠ ਖੜਾ ਹੁੰਦਾ। ਕੀ ਹੋ ਗਿਆ? ਹੋਇਆ ਉਹ ਜਿਹੜੇ ਤੂੰ ਸੁਪਨੇ ਲਏ ਸੀ ਨਾ ਚਿੱਠੀ ਵਾਲੀਆਂ ਦੇ, ਸਾਰੇ ਸੱਚ ਹੋ ਗਏ। ਓਏ ਸੇ ਦੀਆਂ ਸੇ ਦੇ ਸਾਹ ਕਾਏ ਪਿਆ। ਉਹ ਮੈਂ ਤਾਂ ਕਹਿਣਾ ਭੁਰੁਕਦੇ ਹੋਏ ਕੰਮ ਆਏ ਹੋਏ ਮੇਰਾ ਧਨ ਧਨ ਨੀ ਛੱਲ ਛੱਲ ਹੋਇਆ ਕਰੂ। ਉਹ ਮੈਂ ਤਾਂ ਨੀ ਬਾਨੀ ਨਾ ਸਾਰੀਆਂ ਦੇ ਪੈਰੀਆਂ ਤਲਾਇਆ ਕਰੂ, ਕਦੇ ਇਹਦੇ ਕਦੇ ਉਹਦੇ ਕਦੇ ਇਹਦੇ। ਉਹ ਤੇਰੇ ਵੀ ਲਾਤੇ ਉੱਠ ਕਰ ਬਾਈ ਬਣ ਕੇ ਤੋਂ ਲੈ। ਉਹ ਆ ਗਿਆ ਉਹ ਗਿਰਦਾਰੀ, ਤੇਰੇ ਇਸ਼ਕ ਦੇ ਪੰਛੀ ਤਾਂ ਖੰਭ ਲਾ ਕੇ ਆਪਣੇ ਵਿਹੜੇ ਉੱਤਰੇ ਫਿਰਦੇ ਆ। ਇਹ ਫੈਸਲਾ ਹੁਣ ਤੂੰ ਕਰਨਾ ਪੁੱਤ, ਵੀ ਤੂੰ ਆਪਣੀ ਜ਼ਿੰਦਗੀ ਦੀ ਉਡਾਨ ਕਿਹਦੇ ਨਾਲ ਭਰਨੀ ਆ। ਲੈ ਉਹ ਫੈਸਲਾ ਤਾਂ ਹੋਇਆ ਪਿਆ, ਉਹ ਸਾਡੇ ਵਾਲੀ ਸ਼ਾਮੋਂ ਚੱਤੇ ਪੈਰ ਖੰਭ ਖਿਲਾਰ ਕੇ ਇਹਦੇ ਖਿਆਲਾਂ ਦੇ ਵਿੱਚ ਗੁੱਟਰ ਹੂੰ ਕਰਦੀ ਫਿਰਦੀ ਆ। ਜੀਜੇ ਨੂੰ ਮਨਾ ਕਰਦਾ ਕਿਤੇ ਹੈ, ਪਾ ਜੱਫੀ ਸੇਰਾ ਪਾਲਾ 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 ਜੱਫਾ। ਕਹਿੰਦੇ ਰੱਬ ਜਦੋਂ ਵੀ ਦਿੰਦਾ ਨਾ ਛੱਪੜ ਪਾਰ ਕੇ ਦਿੰਦਾ। ਆ ਸਾਡੇ ਵਾਲੇ ਗਰਦਾਰੀ ਵਾਸਤੇ ਲੱਗਦਾ ਰੱਬ ਨੇ ਸਮਾਨ ਚ ਮੋਰਾ ਕਰਤਾ, ਵੀ ਚੱਕ ਮਿੱਤਰਾ ਖੁੱਲੇ ਕੱਪੇ ਆ। ਵਾ ਉਹ ਖਜ਼ਾਨਾ ਤਾਂ ਇਹਦਾ ਮੇਰੇ ਕੋਲ ਹੀ ਆ। ਵੀ ਗਰਦਾਰੀ, ਇਸ਼ਕ ਵਿਆਹ ਤੇ ਭਗਤੀ ਕਦੇ ਕਿਸੇ ਦੇ ਕਹੇ ਤੇ ਨਹੀਂ ਕਰਨੀ ਚਾਹੀਦੀ, ਨਾ ਹੀ ਕਾਲ ਕਰਨੀ ਚਾਹੀਦੀ ਹੈ। ਦੇਖ ਸ਼ੇਰਾ, ਤੂੰ ਅੱਜ ਤੱਕ ਆਪਣੇ ਦਿਲ ਦੀ ਮੰਨੀ ਹੈ, ਅੱਜ ਵੀ ਦਿਲ ਦੀ ਹੋ ਮੰਨੀ। ਜਾ ਬਹਾਨੇ ਨਾਲ ਪਿੰਡ ਦਾ ਗੇੜਾ ਕੱਢਿਆ, ਸੋਚ ਲੈ ਆ ਕੇ ਦੱਸ ਦੀ ਹੈ। ਜਾ 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 ਮੇਰਾ ਸ਼ੇਰ। ਗਿਰਦਾਰੀ ਦਾ ਬਸ ਆ ਮਾੜਾ ਜਿਹਾ ਮੋੜ ਤੱਕ ਚੱਲਿਆ, ਮੁੜ ਆਊਗਾ ਆਪੇ ਆ ਕੇ ਸਾਰਾ ਕੁਝ ਦੱਸ ਦੂਗਾ। ਉਦੋਂ ਤੱਕ ਤੁਸੀਂ ਆਹ ਦੁੱਧ ਤੇ ਮਿੱਠਾ ਛਕੋ। ਦੇਖਦੇ ਹਾਂ ਭਾਈ ਇਸ ਘਰ 'ਚ ਕਿਹੜੀ ਭਾਗਾਂ ਵਾਲੀ ਆਉਂਦੀ ਹੈ। ਜਿਸ ਮਿੱਟੀ 'ਤੇ ਘਾਹ ਨਾ ਉੱਗਿਆ ਉੱਥੇ ਵੱਖਰੇ ਫੁੱਲ ਉੱਗੇ ਨੇ, ਜਿਹਨੂੰ ਸੱਦਾ ਕਦੇ ਨਾ ਮਿਲਿਆ ਉਹਦੇ ਘਰ ਮਹਿਮਾਨ ਪੁੱਜੇ ਨੇ। ਧਰਮ ਨਾਲ ਸਾਰੀ ਦੁਨੀਆ ਪੜ ਜੇ, ਮੇਰਾ ਤਾਂ ਜੀ ਕਰਦਾ ਮੈਂ ਆਪ ਸਕੂਲ ਚ ਭਰਤੀ ਹੋ ਜਾ। ਵੈਰੀ ਫਨੀ, ਮੈਂ ਕਿਸੇ ਹੋਰ ਨੂੰ ਪੁੱਛ ਲਾਂਗੀ, ਤੁਸੀਂ ਰਹੋ ਆਪਣੇ ਰੰਗ ਚ ਰਾਜ਼ੀ।
ਤੁਹਾਡਾ ਵਿਆਹ ਹੋ ਗਿਆ ਜੀ? ਜੇ ਨਹੀਂ ਹੋਇਆ ਤਾਂ ਮੈਨੂੰ ਦੱਸ ਦਿਓ ਜੀ ਤੁਹਾਨੂੰ ਕਿੱਦਾਂ ਦਾ ਮੁੰਡਾ ਚਾਹੀਦਾ। ਜਿਹੜਾ ਮੇਰੇ ਨਾਲ ਨਾਲ ਚੱਲੇ, ਬੋਲੀਆਂ ਵਾਲੇ ਗਿਰਧਾਰੀ ਲਾਲ ਵਰਗਾ। ਛੇ ਪਹਿਲਾਂ ਸੱਤ ਵੀ ਹੈ ਤੁਹਾਡੀ ਉਪਾਇਲ ਉੱਤੇ, ਬੀਬੀ ਕੀ ਬਣੂਗਾ ਤੇਰੇ ਪੁੱਤ ਦਾ? ਸ਼ਾਮਾ ਹੋਏ ਗਿਰਧਾਰੀ ਲਾਲ। ਸਵਾਲ ਤਾਂ ਚਾਹੇ ਗਿਰਧਾਰੀ ਨੇ ਮੈਨੂੰ ਕੀਤਾ ਬਈ ਬੀਬੀ ਕਿਹਨੂੰ ਹਾਂ ਕਰੀਏ, ਪਰ ਇਹਦਾ ਜਵਾਬ ਤਾਂ ਹੁਣ ਦਾਤਾ ਹੀ ਦਊਗਾ। ਤੁਹਾਨੂੰ ਤਾਂ ਹੁਣ ਪਤਾ ਹੀ ਹੈ ਵੀ ਗਿਰਧਾਰੀ ਨੂੰ ਤਾਂ ਸਾਰੀਆਂ ਹੀ ਵਧੀਆ ਲੱਗਦੀਆਂ ਨੇ। ਜਿਹੜਾ ਆਪ ਚੰਗਾ ਹੋਵੇ, ਸਿੱਧਾ ਹੋਵੇ, ਸਾਫ਼ ਸਪਸ਼ਟ ਹੋਵੇ, ਉਹਨੂੰ ਕੋਈ ਵੀ ਗਲਤ ਅਤੇ ਬੁਰਾ ਨਹੀਂ ਲੱਗਦਾ। ਪਰ ਹੁਣ ਗਿਰਧਾਰੀ ਪਟਿਆਲੇ ਵਾਲਾ ਰਾਜਾ ਥੋੜ੍ਹੀ ਹੈ ਵੀ ਸਾਰੀਆਂ ਨੂੰ ਹੀ ਵਿਆਹ ਲਿਆਊਗਾ। ਵਿਆਹ ਤਾਂ ਕਿਸੇ ਇੱਕ ਨਾਲ ਹੀ ਹੋਊਗਾ ਨਾ। ਮੈਨੂੰ ਪੂਰਾ ਯਕੀਨ ਹੈ ਕਿ ਦਾਤਾ ਸਾਡੇ ਗਿਰਧਾਰੀ ਨੂੰ ਕਿਸੇ ਇੱਕ ਦੇ ਨਾਲ ਨਾਲ ਚੱਲਣ ਵਾਲਾ ਜ਼ਰੂਰ ਬਣਾਊਗਾ। ਓਏ ਰੰਗ ਬਿਰੰਗੇ ਫੁੱਲਾਂ ਦੀ ਸਾਨੂੰ ਤੇ ਖੁਸ਼ਬੋ ਪਸੰਦ ਹੈ, ਜਿਹੜੇ ਸਾਨੂੰ ਅੰਦਰੋਂ ਪੜ ਗਏ ਆਖਣ ਤੇਰੀ ਰੂਹ ਪਸੰਦ ਹੈ। ਜਿੱਥੇ ਪਾਣੀ ਭਰਦੀਆਂ ਕੁੜੀਆਂ ਮੌਲਾ ਤੇਰੇ ਖੂਹ ਪਸੰਦ ਹੈ। ਓਏ ਕਿਸੇ ਕੁੜੀ ਦਾ ਦਿਲ ਨਾ ਤੋੜਾਂ, ਸਭ ਨੂੰ ਆਖਾਂ ਤੂੰ ਪਸੰਦ ਹੈ, ਸਭ ਨੂੰ ਆਖਾਂ ਤੂੰ ਪਸੰਦ। ਹੇ ਭਾਈ ਚੋਰੇ ਦਾ ਘਰ ਕਿੱਥੇ ਆ? ਕੁੜੀਆਂ ਤਾਂ ਬਹੁਤ ਮਿਲੀਆਂ, ਤੇਰੇ ਤਾਂ ਕੋਈ ਪੈਰ ਅਰਗੀ ਵੀ ਹੈ। ਬੱਲੇ ਨੀ ਗਿਰਧਾਰੀ ਲਾਲ, ਸ਼ਾਵਾ ਨੀ ਗਿਰਧਾਰੀ ਲਾਲ। ਸਨੋ ਸਪਰੇ ਚੱਲ ਨੈਕਸਟ ਸਨੋ ਸਪਰੇ ਸਨੋ ਸਪਰੇ ਚੱਲ ਇਹ ਸਾਰੇ ਸਨੋ ਸਪਰੇ ਮਰਿੰਡਾ ਮਰਿੰਡਾ ਯੇ ਚੱਲ ਡਿਊ ਲੈ ਮੋਜਾਂ ਕਰ ਸਨੋ ਸਪਰੇ ਹੋ ਰਿਹਾ ਆ ਜਾ ਸਨੋ ਸਪਰੇ ਵਾਹ ਨਹੀਂ
ये तो गाइस, अगर आपको हमारी वीडियो पसंद आई है तो हमारी वीडियो को लाइक करें और चैनल को सब्सक्राइब करें ऐसी इंटरेस्टिंग वीडियो देखने के लिए। अल्लाह हाफिज़।